ਪਿਓ ਦੀ ਹੌਲੀ ਹੌਲੀ ਵਿਕਦੀ ਜ਼ਮੀਨ ਨੂੰ ਦੇਖਦੇ ਆ ਨਾ ਵੱਡਾ ਹੋਇਆ ਕਿਉਂਕਿ ਸੱਤਾ ਕੋਲੇ 35 ਸੀ ਤਾਂ ਪਿਓ ਕੋਲੇ 5 ਸੀ ਬਾਈ ਤਾਂ ਉਹ 5 ਕਿੱਲੇ ਮੈਂ ਹੌਲੀ ਹੌਲੀ ਖੁਰਦੇ ਦੇਖੇ ਸਾਰੀ ਜ਼ਮੀਨ ਵਿਕੀ ਸੀ ਹਾਂ ਸਾਰੀ ਵੇਗੀ ਸੀ ਬਾਈ ਜਦੋਂ ਮੈਂ ਬੀ ਐਚ ਸੀ ਗ੍ਰੈਜੂਏਸ਼ਨ ਵੇਲੇ ਜਾਨੀ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੇਰੇ ਪਿਓ ਕੋਲੇ ਹੁਣ ਹੁਣ ਕੁਝ ਵੀ ਨਹੀਂ ਹੈਗਾ ਇਹ ਹੌਲੀ ਹੌਲੀ ਖਰੀਸਿਓ ਬੇਵਸੀ ਸੀ ਕਹਿੰਦਾ ਜਦੋਂ ਤੇਰੀ ਭੈਣ ਵਿਆਹਣੀ ਸੀ ਤੇ ਮਾਤਾ ਨੂੰ ਮੇਰੀ ਨੂੰ ਕੈਂਸਰ ਸੀ ਸੋ ਬਿਮਾਰੀ ਨੇ ਫਿਰ ਘਰ ਤੇ ਬਾਕੀ ਜਦੋਂ ਸਾਰੀਆਂ ਪੁੱਠੀਆਂ ਪਈਆਂ ਵੀ ਸੀ ਬਾਈ ਉਹਨਾਂ ਦੇ ਨਾਲ ਚ ਯੂਨੀਵਰਸਿਟੀ ਦਾ ਕਾਹਕੇ ਤਾਂ ਘਰ ਵੀ ਵੇ ਗਿਆ ਸਾਡਾ ਜਿਹੜਾ ਸਾਡਾ ਜੱਦੀ ਘਰ ਸੀ ਸੋ ਉਹ ਵੀ ਸਾਡੇ ਗਵਾਂਢੀ ਮੇਰੇ ਜਣੀਆਂ ਭرائی ਲੱਗਦੇ ਉਹਨਾਂ ਨੇ ਖਰੀਦਿਆ ਸੀ ਤਾਂ ਫਿਰ ਸਾਡਾ ਜਿਹੜਾ ਗੋਹੇ ਕੁੜੇ ਵਾਲਾ ਵਾੜਾ ਜਿਵੇਂ ਆਪਣੇ ਪਿੰਡਾਂ ਚ ਸੋ ਉੱਥੇ ਫਾਦਰ ਸਾਹਿਬ ਨੇ ਦੋ ਕਮਰੇ ਪਾਏ ਸੀ ਤੇ ਉਹ ਵੀ ਬਾਈ ਜਣੀਆਂ ਇਹ ਲਾ ਲੋ ਵੀ ਪਲਸਟਰ ਨਹੀਂ ਹੋਏ ਸੀ ਲੋਕ ਤਾਂ ਕਹਿੰਦੇ ਮੈਂ ਧਰਤੀ ਤੋਂ ਉੱਠਿਆ ਮੈਂ ਤਾਂ ਟੋਏ ਚੋਂ ਉੱਠਿਆ ਬਾਈ ਸੋ ਇੰਨੀ ਗਰੀਬੀ ਜਾਨੀ ਘਰੇ ਪਰ ਮੈਂ ਸਤਕੇ ਜਾਵਾਂ ਮੇਰੇ ਵਾਲੇ ਲਾਨਦਾਰ ਦੇ ਬਾਈ ਐਟਾ ਹਿੰਮਤੀ ਬੰਦਾ ਹੋ ਸੱਚੀ ਆ ਹੁਣ ਵੀ ਹੁਣ ਹਾਲਾ ਕਿ ਉਹ ਰਾਜਾ ਹੈ ਹੁਣ ਮਾਇਆ ਦਾ ਮੀ ਪਿਆ ਹੋਇਆ ਉਹਦੇ ਤੇ ਪਿਛਲੇ 10 ਸਾਲਾਂ ਤੋਂ ਤੇ ਲੋ ਇਨਕਮ ਟੈਕਸ ਵਾਲੇ ਵੀ ਭਰਾ ਹੈ ਤਾਂ ਉਹਦੋਂ ਵੀ ਮੈਂ ਰਾਜਿਆਂ ਵਾਂਗੂ ਇਹ ਗੱਲਾਂ ਬੋਲ ਗਿਆ ਕਿ ਬਾਈ ਖਾੜਾ ਜ਼ਰੂਰ 15-16 ਹੈ ਪਰ ਕੋਈ ਬੈਂਕ ਵਿੱਚ ਦਿਖਾ ਦਿਓ ਪੰਜੀ ਪਾਈ ਜਮੇਨੇ ਉਸ ਤੋਂ ਬਾਅਦ ਕੋਈ ਦਿਖਾ ਦਿਓ ਘਰਾਂ ਕਿਰਾਏ ਤੇ ਐ ਇੱਕ ਇਮਾਨਦਾਰੀ ਨਾਲ ਕਹਿ ਰਹੇ ਆ ਵੀ ਇੱਕ ਬਹੁਤ ਸੋਹਣਾ ਘਰ ਬਣਾ ਰਹੇ ਆ ਉਹ ਜ਼ਰੂਰ ਮੇਰਾ ਚਾਹ ਪੂਰਾ ਕੀਤਾ ਕਿ ਸੋਹਣਾ ਘਰ ਹੋਵੇ ਉਸ ਤੋਂ ਬਿਨਾ ਅੱਜ 2023 ਚ ਬੈਠੇ ਮਹਾ ਬਾਈ ਮਰਦੇ ਦਮ ਤੱਕ ਕੋਈ ਇੱਕ ਪ੍ਰਾਪਰਟੀ ਦਿਖਾ ਦਿ ਮੈਨੂੰ ਵੀ ਕੋਈ ਕੈਨੇਡਾ ਚ ਘਰ ਬਣਾ ਲੈਣ ਜਾਂ ਕੋਈ ਮਹੱਲੇ ਚ ਇੱਥੇ ਕੋਈ ਏਅਰਪੋਰਟ ਤੇ ਕੋਈ ਖਰੀਦ ਲੈਣ ਕਿੱਥੇ ਜਾਂਦਾ ਉਹ ਪੈਸਾ ਫਿਰ ਮਤਲਬ ਪੈਸਾ ਤੁਸੀਂ ਮੇ ਖਾੜੇ ਲੱਗਦੇ ਨੇ ਪੈਸਾ ਆਉਂਦਾ ਹੋਊਗਾ ਅਰੇ ਦੇ ਇੱਕ ਖੜੇ ਦਾ ਤੁਸੀਂ ਚੰਗੇ ਪੈਸੇ ਲੈਂਦੇ ਹੋਗੇ ਆ ਤੁਹਾਡੀ ਟੀਮ ਲੈਣੀ ਚਾਹ। ਲੱਗਦਾ ਕਿ ਮਹਾਰਾਜ ਦੀ ਮਾਇਆ ਹੈ ਤੇ ਮਹਾਰਾਜ ਦੀ ਗੋਲਕ ਚ ਪਈ ਰਹੇ। ਰਾਜਵੀਰ ਦੇ ਬੰਦਾ ਹੂੰ ਹੂੰ ਤਾਂ ਉਦੋਂ ਪੜਦਾ ਹੁੰਦਾ ਸੀ ਤਾਂ ਇਹਨੇ ਤੂੰ ਵੀ ਵਿਆਹਣੀ ਮੇਰੇ ਨਾਲ ਨਾਲ ਮੇਰੇ ਗਾਉਣਾ ਆਵਾਜ਼ ਲਾਉਣੀ। ਸੁਖਲਵਿੰਦਰ ਬਿੱਲਾ ਮੇਰਾ 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 ਹਮਸਫਰ ਹੀ ਉਸ ਨਾਲ ਹੀ ਸੀ ਮੇਰਾ। ਸੋ ਮੇਰੇ ਨਾਲ ਦਾਈ ਸੀ। ਉਹ ਬਾਈਓ ਆਈ ਸੀ ਨਾ ਸਿਸਟਮ। ਉਦੋਂ ਰਾਜਵਿੰਦਰ ਹਣੀ ਕੱਲ ਹੋਣੀ ਇਹ ਮੇਰੇ ਵਧੀਆ ਦੋਸਤ ਨੇ ਸੋ ਡੇਵਿਡ ਹੁੰਦਾ ਸੀ ਇਹ ਸਾਰੇ ਇਹ ਸਾਰਿਆਂ ਨੇ ਮੇਰੇ ਖਿਆਲ ਚ ਜਿਹੜੀ ਆਰਗੇਨਾਈਜੇਸ਼ਨ ਬਣਾਈ ਸੀ ਸੋ ਮੈਨੂੰ ਨਾ ਟਿਚਣਾ ਕਰਦੇ ਰਹਿੰਦੇ ਸੀ ਵੀ ਤੂੰ ਵੀ ਆ ਜਾ ਸਾਡੇ ਚ ਪਾਰਟੀ ਚ ਬਿਕੋਸ਼ ਯਾਰ ਮੈਂ ਤੁਹਾਡੇ ਨਾਲ ਭਰਾ ਮੇਰਾ ਕੀ ਕੰਮ ਮੈਂ گاਉਂ ਵਾਲਾ ਬੰਦਾ ਐ ਤਾਂ ਇਹਨਾਂ ਚੋ ਕਿਸੇ ਦੀ ਰਾਇ ਸੀ ਕਹਿੰਦੇ ਫਿਰ ਐਂ ਕਰਦੇ ਆ ਉਹ ਕੋਈ ਸੱਭਿਆਚਾਰਕ ਗਤੀਵਿਧੀ ਚ ਕੋਈ ਕੋਈ ਜਗ੍ਹਾ ਦੇ ਦਿੰਨੇ ਸੱਭਿਆਚਾਰਕ ਵਿੰਗ ਦਾ ਪ੍ਰਧਾਨ ਲਾ ਹਾਂ ਤਾਂ ਮੈਨੂੰ ਉਹਨਾਂ ਨੇ ਉਹਦਾ ਪ੍ਰੈਜ਼ੀਡੈਂਟ ਬਣਾਤਾ ਹੁਣ ਉਹ ਫੋਟੋ ਲਾਤੀ ਮੇਰੀ ਉਹ ਜਿਹੜੀ ਪੋਸਟਰੀ ਚ ਪੋਸਟਰ ਲੱਗੇ ਸੀ ਤੁਹਾਡੀ ਫੋਟੋ ਲੱਗੀ ਸੀ ਵਗੈਰਾ ਤੌਰ ਤੇ ਹਾਂਜੀ ਕੁਝ ਉਹ ਸਾਰਾ ਛੱਡ ਛਡਾ ਕੇ ਅਧਿਆਤਮਕ ਰੰਗ ਚ ਰੰਗੇ ਜਾਂਦੇ ਹੋ ਥੋੜਾ ਗੀਤ ਆਉਂਦਾ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਹੋਰੀ ਅੱਖਾਂ ਨੇ ਉਹ ਬੜਾ ਪਪੂਲਰ ਗੀਤ ਹੁੰਦਾ ਤੇ ਤੁਹਾਡਾ ਬੜਾ ਡੀਪ ਕਨੈਕਸ਼ਨ ਇੱਕ ਡੇਰੇ ਨਾਲ ਆ ਜਿਸ ਦੌਰ ਚ ਡੇਰਾਬਾਦ ਦੀ ਬੜੀ ਲੋਚਨਾ ਵੀ ਹੋ ਰਹੀ ਆ ਪੰਜਾਬ ਦੇ ਅੰਦਰ ਤੁਸੀਂ ਸਾਰਾ ਛੜ ਛੜਾ ਕੇ ਡੇਰੇ ਤੇ ਚਲੇ ਜਾਂਦੇ ਹੋ ਨੌਕਰੀ ਵੀ ਛੱਡਦੇ ਨੇ ਇਹ ਕਿਵੇਂ ਹੋਇਆ ਅੱਜ ਜੇ ਮੈਂ ਕੱਲਾ ਕਾਰ ਚਲਾ ਕੇ ਪ੍ਰੋਗਰਾਮ ਕਰਦਾ ਫਿਰਦਾ ਕੋਈ ਮੇਰੇ ਆਸੇ ਪਾਸੇ ਸਿਕਿਉਰਿਟੀ ਨਹੀਂ ਹੈ ਤਾਂ ਇਹਦਾ ਕਾਰਨ ਬੇਬੇ ਹੈ ਮੈਂ ਪੁੱਛਾ ਜ਼ਿੰਦਗੀ ਜਿਉਣੀ ਜਾਂ ਜ਼ਿੰਦਗੀ ਕੀ ਹੁੰਦੀ ਹੈ ਇਹ ਬੇਬੇ ਨੇ ਸਿਖਾਈ ਹੈ ਯੂਨੀਵਰਸਿਟੀ ਨੇ ਨਹੀਂ ਸਿਖਾਈ ਜਾਂ ਯੂਨੀਵਰਸਿਟੀ ਨੇ ਵੀ ਸਿਖਾਈ ਬੇਬੇ ਨੇ ਉਹਨੂੰ ਉਸ ਮਕਾਮ ਤੇ ਲਿਆ ਖੜੇ ਕਰਤਾ ਜਿੱਥੋਂ ਲੱਗਦਾਗਾ ਕਿ ਕਮਰ ਕਮਰ ਮੈਨੂੰ ਭਾਈ ਉਡਣਾ ਯੂਨੀਵਰਸਿਟੀ ਨੇ ਸਖਾਇਆ ਤੁਸੀਂ ਬਿਬਰੇ ਇੰਨਾ ਬੋਲਦੇ ਹੋਗੇ ਜੀ ਤੁਹਾਨੂੰ ਤਾਂ ਪਤਾ ਉਹ ਕੌਣ ਨੇਗੇ ਜੀ ਜੇ ਤੁਸੀਂ ਦੁਨੀਆ ਨੂੰ ਦੱਸਣਾ ਹੋਵੇ ਥੋੜੇ ਸ਼ਬਦਾਂ ਚ ਉਹਨਾਂ ਦੀ ਵਿਆਖਿਆ ਕੀ ਹੈਗੀ ਕੌਣ ਨੇ ਉਹ ਅਸੀਂ ਮਾਂ ਪੁੱਤ ਆ ਗੁਰੂ ਚੇਲਾ ਨਹੀਂ ਹੈਗੇ ਪਹਿਲੋ ਪਹਿਲ ਜਦੋਂ 15 ਰੋਲ ਪਿਆ ਸੀ ਨਾ ਜਦੋਂ ਮੈਨੂੰ ਲੋਕ ਕਹਿੰਦੇ ਸੀ ਕਿ ਇੱਕ ਪ੍ਰੋਡਕਟ ਆ ਗਿਆ ਹੁਣ ਇਹ ਆਪਦੇ ਬੇਬੇ ਨੂੰ ਉਹਦਾ ਕਰੂਗਾ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਕਹਿੰਦਾ ਸੀ ਨਹੀਂ ਓਏ ਉਹ ਤਾਂ ਆਪ ਮੈਨੂੰ ਕਹਿ ਕੇ ਤੋਰਦੀ ਆ ਰੋਜ਼ ਕਿ ਵੇਖੀ ਕਿਤੇ ਸਟੇਜ ਤੇ ਆਏ ਨਾ ਕਹਦੀ ਨਹੀਂ ਮਾਤਰੀ ਗੁਰੂ ਮਾਂ ਹੈ ਮਤਰੀ ਮਾਂ ਪੁੱਤ ਦੀ ਆਪਣੀ ਡਿਸਕਸ਼ਨ ਹੈ ਬਸ ਪਰਾਂਤੀ ਨੇ ਉਹਨਾਂ ਲਈ ਕੁਝ ਲੋਕੀ ਵੀ ਮੰਨਦੇ ਨੇ ਕਿ ਇਹ ਤਾਂ ਰੱਬ ਤਾਂ ਹੁੰਦਾ ਹੀ ਨਹੀਂਗਾ ਉਹ ਉਹਨਾਂ ਨੂੰ ਮੁਬਾਰਕ ਹੈ ਬਾਈ ਹਨਾ ਉਸ ਚੀਜ਼ ਚ ਪਾ ਕੇ ਮੈਂ ਆਪਦਾ ਸਮਾ ਬਿਲਕੁਲ ਨਹੀਂ ਖਰਾਬ ਕਰ ਸਕਦਾ ਅਧਿਆਤਮਿਕ ਇਸ਼ਕ ਤਾਂ ਬਹੁਤ ਹੋਏ ਤਨਿਆ ਵਿਸ਼ਕ ਵੀ ਹੋਇਆ ਕੋਈ ਮੇਰਾ ਤਾਂ ਬੜੇ ਇਸ਼ਕਰੇ ਹੈ ਭਾਈ ਮੇਰਾ ਤਾਂ ਇਸ਼ਕ ਹੀ ਇਸ਼ਕ ਨੇ ਮੇਰਾ ਸਭ ਤੋਂ ਵੱਡਾ ਇਸ਼ਕ ਤਾਂ ਮੇਰਾ 6ਵੀਂ ਕਲਾਸ ਚ ਉਦੋਂ ਪੈ ਗਿਆ ਹੰਕਾਰ ਨਹੀਂ ਹੈ ਕਮਰ ਕਰੇ ਵਾਲ ਨੀ ਹੈ ਬੇਸ਼ੱਕ ਹੈ ਬੇਸ਼ੱਕ ਹੈ ਮੈਂ ਤੁਹਾਨੂੰ ਕਹਿ ਰਹੇ ਹਾਂ ਉਹ ਅਸਲੀ ਮੈਂ ਤਾਂ ਮੰਨ ਰਿਹਾ ਜੇ ਮੈਨੂੰ ਮਹਾਰਾਜ ਇਹ ਨੂਮਰ ਦਿੱਤੀ ਹੋਈ ਤੇ ਇਹ ਸ਼ੋਹਰਤ ਇਸ ਤਰ੍ਹਾਂ ਦਿੱਤੀ ਹੋਈ ਤੁਸੀਂ ਇਹ ਗਵਈਆ ਪਹਿਲਾ ਗਵਈਆ ਦੇਖੋਗੇ ਜਿਹੜਾ ਇੱਕ ਪ੍ਰੈਸ ਕਾਨਫਰੈਂਸ ਕਰਕੇ ਅਨਾਉਂਸਮੈਂਟ ਕਰੂੰਗਾ ਕਿ ਅੱਜ ਤੋਂ ਬਾਅਦ ਮੈਂ ਮੈਂ ਖੜੇ ਲਾਵਾਂਗਾ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਹੋਰ ਹੀ ਅੱਖਾਂ ਨੇ ਪੱਥਰ ਦੀ ਇਮਾਰਤ ਐ ਜਿੱਥੇ ਜਾ ਕੇ ਬੈਨੇ ਆ ਤੇਰਾ ਪਤਾ ਨਹੀਂ ਮਿਲਦਾ ਪਰ ਨਾਂ ਤਾਂ ਲੈਨੇ ਆ ਇਹ ਲਾਈਨਾਂ ਅਜ ਤੋ 13 ਸਾਲ ਪਹਿਲਾਂ ਜਦੋਂ ਕਮਰ ਗਰੇਵਾਲ ਨੇ ਕਹੀਆਂ ਉਹਨੂੰ ਵੀ ਨਹੀਂ ਪਤਾ ਸੀ ਕਿ ਇਹ ਡੈਸਟਨੀ ਉਹਨੂੰ ਇੱਥੇ ਤੱਕ ਲੈ ਆਏਗੀ ਉਸ ਤੋਂ ਬਾਅਦ ਕਮਰ ਗਰੇਵਾਲ ਦੇ ਬਹੁਤ ਸਾਰੇ ਫੇਜ਼ ਨੇ ਜਿਨ੍ਹਾਂ ਸਾਰੇ ਪੰਜਾਬ ਨੇ ਕਮਰ ਗਰੇਵਾਲ ਨੂੰ ਜਾਣਿਆ ਔਰ ਸੈਲੀਬ੍ਰੇਟ ਹੋਇਆ ਕਿਸਾਨ ਅੰਦোলন ਨੇ ਇੱਕ ਹੋਰ ਵੱਖਰੀ ਪਛਾਣ ਦਿੱਤੀ ਕਮਰ ਗਰੇਵਾਲ ਕਮਰ ਗਰੇਵਾਲ ਬਣਦਾ ਕਿਵੇਂ ਆ ਉਹਦੀ ਜ਼ਿੰਦਗੀ ਦਾ ਸੰਘਰਸ਼ ਕੀ ਹੈ ਅੱਜ ਸੰਘਰਸ਼ ਐਪੀਸੋਡ ਚ ਗੱਲਬਾਤ ਕਰਾਂਗੇ ਕਮਰ ਗਰੇਵਾਲ ਦੇ ਨਾਲ ਇਹ ਯਾਤਰਾ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਯਾਤਰਾ ਕਿੱਥੇ ਖੜੀ ਹੈ ਇਹ ਯਾਤਰਾ ਕਿੱਥੇ ਖਤਮ ਹੋਏਗੀ ਸਵਾਗਤ ਕਰਦੇ ਹਾਂ ਸਵਾਗਤ ਹੈ ਪਰੂ ਪੰਜਾਬ ਟੀਵੀ ਤੇ ਬਾਈ ਜੀ ਬਹੁਤ ਸਤਿ ਸ਼੍ਰੀ ਅਕਾਲ ਬਾਈ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੇ ਲਈ ਔਰ ਜਿੰਨੇ ਵੀ ਸਾਡੇ ਪਰਿਵਾਰ ਸਾਨੂੰ ਦੋਵੇਂ ਭਰਾਵਾਂ ਨੂੰ ਸਣ ਦੇਖ ਰਹੇ ਹੋ ਤੁਹਾਡੇ ਸਾਰਿਆਂ ਲਈ ਬਹੁਤ ਬਹੁਤ ਪਿਆਰ ਸਤਿਕਾਰ ਤਾਂ ਸ਼ੁਰੂਆਤ ਵਿੱਚ ਹੀ ਇੱਥੋਂ ਕਰਦੇ ਆ ਪਿੰਡ ਕਿਹੜਾ ਸੀਗਾ ਤੇ ਪਿੰਡ ਚ ਇਹ ਦੀਵਾ ਕਿਵੇਂ ਜਗਿਆ ਅ ਜਿਲ੍ਹਾ ਬਠਿੰਡਾ ਬਾਈ ਮੇਰਾ ਤੇ ਮੈਂ ਮੈਂਮਾ ਸਵਾਈ ਪਿੰਡ ਹੈ ਮੇਰਾ ਭਾਈ ਤੇ ਕਈ ਮੈਂਮੇ ਸਾਡੇ ਉੱਤੇ ਇਕੱਠੇ ਮੈਂਮਾ ਸਰਜਾ ਬਹੁਤ ਸਾਰੇ ਮੈਂਮੇ ਮੈਂਮਾ ਸਰਕਾਰੀ ਹੈ ਭਗਵਾਨਾ ਮੈਂਮਾ ਬੁਰਜ ਮੈਂਮਾ ਸੋ ਸੋ ਮੈਂ 84 ਦਾ ਭਾਈ ਹੂੰ ਸੋ ਪਹਿਲੀ ਜਨਵਰੀ 1984 ਨੂੰ ਨਵੇਂ ਸਾਲ ਵਾਲੇ ਦਿਨ ਤੜਕੇ ਸਵਾ 7 ਵਜੇ ਜਾਨੀ ਜਦੋਂ ਜਨਮ ਹੋਇਆ ਸੀ ਮੇਰਾ ਸਾਰਾ ਡੱਬਰ ਖੁਸ਼ੀ ਵੀ ਬੜੀ ਫਿਰ ਭਾਈ ਮੈਨੂੰ ਵੱਡਾ ਭਾਈ ਨਾ ਕਿਹਾ ਕਰ ਯਾਰ ਤੂੰ ਤਾਂ ਮੈਥੋਂ ਵੱਡਾ 5 ਮਹੀਨੇ ਫਿਰ ਅੱਛਾ ਮੈਂ ਤੁਹਾਡੇ ਤੋਂ ਵੱਡਾ ਜੂਨ 84 ਦਾ ਹਾਂਗਾ ਤੁਸੀਂ ਜੂਨ 83 ਦੇ ਹੋ ਕੋਈ ਨਹੀਂ ਭਾਈ ਮਣੀ ਦੂਦ ਵੱਡਾ ਨਹੀਂ ਕਹਿਣਾ ਕਦ ਕਦ ਤੁਹਾਡੇ ਹੀ ਵੱਡਾ ਨਹੀਂ ਨਹੀਂ ਅਸੀਂ ਅਸੀਂ ਛੋਟੇ ਹੀ ਹਾਂ ਤਾਂ ਬਸ ਹੋ ਗਿਆ ਤਾਂ ਭਾਈ 39 ਸਾਲਾਂ ਦੇ ਸੁਖਣਾ ਤੋਂ ਬੜਾ ਪੱਦਰ ਜਾਂ ਪਿੰਡ ਹੈ ਬਹੁਤ ਮਾੜਾ ਹੈ ਮੈਂ ਉਸ ਪਿੰਡ ਨੂੰ ਸੋ ਅੱਜ ਤੱਕ ਮਾਰ ਰਿਹਾ ਉਹੀ ਦੋਸਤ ਮਿੱਤਰ ਸਾਰੇ ਉਹੀ ਯਾਰ ਬੇਲੀ ਉਹੀ ਖੇਡਾਂ ਸਭ ਹਾਂਜੀ ਤਾਂ ਕਿਵੇਂ ਸ਼ੁਰੂਆਤ ਕਿਹਾ ਜਾ ਪਰਿਵਾਰ ਸੀਗਾ ਡੈਡੀ ਕੀ ਕਰਦੇ ਸੀ ਮਾਤਾ ਜੀ ਕੀ ਕਰਦੇ ਸੀ ਮਾਤਾ ਤਾਂ ਆਪਣੀਆਂ ਸਾਰੀਆਂ ਘਰੀ ਹੁੰਦੀਆਂ ਸੀ ਮੋਸਟਲੀ ਬਾਪੂ ਕਿਸੇ ਦਾ ਖੇਤੀ ਕਰਦਾ ਸੀ ਕਿਸੇ ਦਾ ਜੌਬ ਕਰਦਾ ਸੀ ਅਸੀਂ ਖੇਤੀਬਾੜੀ ਵਾਲੇ ਸੀ ਪਹਿਲਾਂ ਬਾਈ ਜਾਨੀ ਫਾਦਰ ਸਾਹਿਬ ਹਣੀ ਵੱਡਾ ਪਰਿਵਾਰ ਹੈ ਜਾਨੀ ਉਹ ਵੇਲਾ ਦਾਦਾ ਦਾਦੀ ਘਰੇ ਫਿਰ ਉਹਨਾਂ ਦੇ ਸੱਤ ਪੁੱਤ ਜਾਨੀ ਫਾਦਰ ਸਾਹਿਬ ਹਣੀ ਸੱਤ ਭਰਾ ਸਾਡੇ ਪੂਆ ਜੀ ਸਭ ਤੋਂ ਛੋਟੇ ਤੇ ਸਾਰਿਆਂ ਦੇ ਵਿਆਹ ਹੋਏ ਵੇ ਵੱਡਾ ਟੱਬਰ ਜਣੀ ਜਦੋਂ ਅਸੀਂ ਅੱਖਾਂ ਜੀਆਂ ਖੋਲੀਆਂ ਬਣ ਕੇ ਚੱਲੋ ਵੀ ਘਰੇ ਵਾਵਾ ਕਮਰ ਵਾਲੀ ਪੈਂਦੀ ਹੁੰਦੀ ਸੀ ਤੇ ਬਹੁਤ ਜਣੀ ਉਧਰੋਂ ਅਸੀਂ ਗਾਂ ਫਿਰ ਅਸੀਂ ਵੀ ਉਹ ਨਹੀਂ ਸੱਤਾ ਦੇ ਬਣ ਕੇ ਚੱਲੋ 20 25 ਅਸੀਂ ਹੈਗੇ ਸੋ ਬੜੀ ਰੌਣਕ ਸੀ ਉਸ ਘਰ ਚ ਤੇ 35 ਕਿੱਲਾਂ ਦੀ ਖੇਤੀ ਹੁੰਦੀ ਸੀ ਉਦੋਂ ਤੇ ਪਰ ਹੌਲੀ ਹੌਲੀ ਫਿਰ ਉਹ ਚੀਜ਼ਾਂ ਜਿਵੇਂ ਮੇਰੇ ਤਿੰਨ ਤਾਇਆ ਜੀ ਉਹਨਾਂ ਨੇ ਪਿੰਡੋਂ ਪੈਲੀ ਵੇਚ ਕੇ ਰਾਜਸਥਾਨ ਚ ਆਪਣਾ ਪੀੜੀਆਂ ਬੰਗਾ ਦੇ ਲਾਗੇ ਚੱਕਾ ਇੱਕ ਸੋ ਚੱਕ 32 ਉੱਥੇ ਜ਼ਮੀਨ ਲੈ ਲਈ ਉਹ ਉੱਥੇ ਉਹਨਾਂ ਨੇ ਆਪਣੀ ਰਹਿائش ਕਰ ਲਈ ਤੇ ਉਹਨਾਂ ਨੇ ਉਦੋਂ ਬਾਅਦ ਫਿਰ ਇੱਕ ਮੇਰੇ ਤਾਇਆ ਜੀ ਡਾਕਟਰ ਨੇ ਉਹ ਬਠਿੰਡੇ ਨੇ ਸੋ ਉਹ ਵੀ ਬਹੁਤ ਸਾਲਾਂ ਤੋਂ ਸਾਡੀ ਸੁਰਤ ਬਸ ਹਜੇ ਸਬਲੀ ਜੀ ਸੀ ਉਹੋਂ ਦੇ ਉਹ ਬਠਿੰਡੇ ਚਲੇ ਗਏ ਸੀ ਇੱਕ ਮੇਰੇ ਦੋ ਤਾਇਆ ਜੀ ਮੇਰੇ ਗੋਨਿਆਂ ਦਾ ਮੰਡੀ ਸਾਡੇ ਲਾਗੇ ਕਸਬਾ ਪੈਂਦਾ ਇੱਕ ਮੇਰੇ ਤਾਇਆ ਜੀ ਹਰਡਮਾਸਟਰ ਸੀ ਰਿਟਾਇਰ ਹੋਏ ਸੀ ਪਿੱਛੇ ਜ ਉਹ ਵੀ ਚੜਾਈ ਕਰ ਗਏ ਸੋ ਇੱਕ ਤਾਇਆ ਜੀ ਮੇਰੇ ਹੋਰ ਜੀ ਗਰੂਪ ਸਿੰਘ ਹੋਣੀ ਸੋ ਉਹ ਵੀ ਗੋਨਿਆਂ ਨੇ ਨੇ ਅਸੀਂ ਪਿੰਡ ਕੱਲ ਹੀ ਰਹੇ ਸੀ ਸੋ ਜਦੋਂ ਅਸੀਂ ਥੋੜੇ ਥੋੜੇ ਵੱਡੇ ਹੋਏ ਤਾਂ ਮੈਂ ਦੇਖਿਆ ਕਿ ਸਾਡਾ ਉਹੀ ਪੁਰਾਣਾ ਘਰ ਤੇ ਅਸੀਂ ਚਾਰ ਜੀ ਘਰੇ ਫਾਦਰ ਸਾਹਿਬ ਮਾਤਾ ਮੈਂ ਤੇ ਮੇਰੀ ਵੱਡੀ ਭੈਣ ਸੋ ਅਸੀਂ ਉੱਥੇ ਫਿਰ ਪਿੰਡ ਹੀ ਪੜੇ ਹਾਂ ਦੋਨੇ ਭੈਣ ਭਰਾ ਦਸ਼ਮੇਸ਼ ਸਕੂਲ ਮੇਰੇ ਤਾਇਆ ਜੀ ਦੇ ਸਾਡੂ ਸਾਹਿਬ ਉਹਨਾਂ ਦਾ ਸਕੂਲ ਸੀ ਉਹ ਦਸ਼ਮੇਸ਼ ਸਕੂਲ ਸੋ ਫਾਇਦੇ ਵੀ ਬੜੇ ਸੀ ਘਰ ਦਾ ਸਕੂਲ ਹੁੰਦੇ ਨੁਕਸਾਨ ਬੜੇ ਸੀ ਕੁੱਟ ਬਹੁ ਪੈਂਦੀ ਸੀ ਕਿਉਂਕਿ ਬਹੁਤ ਪਾਸਿਓਂ ਇਹੀ ਮੈਸੇਜ ਸੀ ਵੀ ਜਦੋਂ ਵੀ ਮਾਰੀ ਮੋਟੀ ਗੜ ਮੈਂ ਸ਼ਰਾਰਤੀ ਬੋਸੀ ਬਾਈ ਬਹੁਤ ਪੁੱਜ ਕੇ ਸ਼ਰਾਰਤੀ ਸੀ ਮੈਂ ਛੋਟੇ ਹੁੰਦਾਂ ਤੇ ਯਾਨੀ ਮੈਂ ਤਾਂ ਇਹੋ ਜਿਹਾ ਸੀ ਜਦੋਂ ਪਹਿਲੀਆਂ ਕਲਾਸਾਂ ਦੀ ਗੱਲ ਆ ਜਦੋਂ ਕਿਤੇ ਟੀਚਰ ਨੇ ਇੱਕ ਟੀਚਰ ਸਾਡੇ ਮੈਡਮ ਸਾਡੇ ਮੇਰੇ ਬਾਸੀ ਜੀ ਸੀਗੇ ਹੋ ਨਸੀਬਕੌਰ ਸੋ ਥੋੜੇ ਹਲਦੀ ਸੀਗੇ ਹੋ ਤੇ ਕਦੇ-ਕਦੇ ਉਹਨਾਂ ਨੇ ਜਦੋਂ ਮੈਨੂੰ ਮਾਰਨਾ ਤਾਂ ਮੈਂ ਉਹਨਾਂ ਦੀ ਕੁਰਸੀ ਥੱਲੇ ਵੜ ਜਾਣਾ ਸਰੀਰ ਪਹਿਲਾਂ ਤੋਂ ਹੀ ਪਤਲਾ ਸੀ ਛੋਟਾ ਸੀ ਤੇਜ਼ ਬਾਲਾ ਸੀ ਸੋ ਕੁਰਸੀ 'ਤੇ ਲੜ ਕੇ ਤੇ ਐ ਬੈਠ ਕੇ ਦੇਖੀ ਉਹਨਾਂ ਨੇ ਨਾ ਉਹਨਾਂ ਨੇ ਹੱਸ ਪੈਣਾ ਸੋ ਮੈਨੂੰ ਯਾਦ ਅੱਜ ਵੀ ਮੈਂ ਕਿਦਨ ਕੋਈ ਸਵਾਲ ਕੱਢਣਾ ਦਿੱਤਾ ਉਹਨਾਂ ਨੇ ਮੈਨੂੰ ਹਰ ਸਵਾਲ ਗਲਤ ਹੋ ਗਿਆ ਤੇ ਮੈਂ ਜਾ ਕੇ ਚੈੱਕ ਕਰਾਇਆ ਦੇਖੋ ਜੀ ਕਿਵੇਂ ਤੇ ਉਹਨਾਂ ਨੇ ਕਾਟਾ ਮਾਰਤਾ ਮੈਂ ਉੱਥੇ ਖੜਾ ਉਹਨਾਂ ਨੂੰ ਯਾਨੀ ਇਹ ਪਹਿਲੀ ਦੂਜੀ ਦੀਆਂ ਗੱਲਾਂ ਬਾਈ ਜਦੋਂ ਮੈਂ ਉਹਨਾਂ ਨੂੰ ਖੜਾ ਆਖਿਆ ਨਾ ਵੀ ਤੂੰ ਡਿਸਨੇ ਲੱਗੀ ਆ ਜਿਹੜਾ ਮੈਨੂੰ ਐ ਗਲਤ ਕਰਤਾ ਉਹ ਗੱਲ ਮੈਨੂੰ ਅੱਜ ਵੀ ਯਾਦ ਕਰਾਉਂਦੀ ਹੈ ਜਦੋਂ ਵੀ ਹੁਣ ਚਲੋ ਮੇਰੇ ਮਾਤਾ ਜੀ ਨੇ ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਪਰ ਅੱਜ ਵੀ ਜਦੋਂ ਵੀ ਕਿਤੇ ਮਿਲਦੇ ਆ ਮੈਨੂੰ ਪੁੱਛਦੇ ਆ ਕਮਰਪਾਲ ਤੇਰੇ ਚੇਤੇ ਪਤ ਤੂੰ ਦਮ ਨੂੰ ਆਏ ਬੋਲਿਆ ਸੀ ਫੇਰ ਗੋਡਾ ਜਿ ਫੜ ਕੇ ਸਪਾਈਦਾ ਸੋ ਐਦਾਂ ਹੀ ਬਾਈ ਬਸ ਹੱਸਦੇ ਆ ਖੇਡਦੇ ਆ ਉਹ ਬਚਪਨ ਲੰਘਿਆ ਤੇ ਪਰ ਪਰਿਵਾਰ ਸਾਰਾ ਬਸ ਆਈਂ ਰਾਜਸਥਾਨ ਵਾਲੇ ਵੀ ਵਸਦੇ ਆ ਮੰਡੀ ਵਾਲੇ ਵੀ ਬਠਿੰਡੇ ਵਾਲੇ ਵੀ ਸੋ ਸਾਰੇ ਅੱਜ ਵੀ ਉਵੇਂ ਹੀ ਬੀਬੀ ਨੇ ਵੀ ਕੁੱਟਿਆ ਕਦੀ ਬਾਪੂ ਨੇ ਵੀ ਕੁੱਟਿਆ ਨਹੀਂ ਮਾਤਾ ਨੇ ਨਹੀਂ ਕੁੱਟਿਆ ਬਾਈ ਫਾਜ਼ਰ ਸਾਹਿਬ ਨੇ ਤਾਂ ਜਾਨੀ ਕਰਿਆ ਚੜਾ ਫਾਦਰ ਸਾਹਿਬ ਦੀ ਸਰਵਿਸ ਚਲਦੀ ਰਹਿੰਦੀ ਸੀ ਜੀ ਹਾਂ ਜੀ ਹਾਂ ਜੀ ਚਲਦੀ ਰਹਿੰਦੀ ਸੀ ਆਪਣੇ ਆਪ ਪਿੰਡਾਂ ਚ ਆਪਣੇ ਬਾਪੂ ਹੁੰਦਾ ਸੀ ਨਾ ਵੀ ਹਫਤੇ ਇੱਕ ਬਾਅਦ 10 ਦਿਨਾਂ ਬਾਅਦ ਮਹੀਨੇ ਬਾਅਦ ਸਰਵਿਸ ਹੋ ਜਾਂਦੀ ਸੀ ਜੀ ਹੁੰਦੀ ਸੀ ਬਾਈ ਹੁਣ ਤਾਂ ਜਵਾਗ ਹੋਰ ਤਰ੍ਹਾਂ ਦੇ ਹੋ ਗਏ ਆਪਣੀ ਸਰਵਿਸ ਤਾਂ ਹੁੰਦੀ ਰਹੀ ਹੈਗੀ ਨਹੀਂ ਬਿਲਕੁਲ ਬਾਈ ਅਸਲ ਚ ਇਕੱਲਾ ਹੈ ਆਪਾਂ ਹੁਣ ਵੀ ਡਰਦੇ ਹਾਂ ਫਾਦਰ ਸਾਹਿਬ ਘਰੇ ਤਾਂ ਆਪਾਂ ਹੁਣ ਵੀ ਉਹ ਭੈ ਮੰਨਦੇ ਆ ਤੇ ਪਰ ਹੁਣ ਮਿਲਲੇ ਜਿਹੜੇ ਇਸ ਤਰੀਕੇ ਆਪਣੇ ਫਾਦਰ ਸਾਹਿਬ ਦਾ ਭੈ ਮੰਨਦੇ ਆ ਭੈ ਨਹੀਂ ਕਿ ਆਪਾਂ ਕੋਈ ਕੋਈ ਉਸ ਤਰ੍ਹਾਂ ਦਾ ਡਰ ਸੀ ਇੱਕ ਆਪਣੇ ਖੂਨ ਚ ਹੀ ਹੈ ਉਹ ਆਪਣੇ ਵਾਲਾ ਤੋਂ ਡਰਦੇ ਸੀ ਦਾਦਾ ਸਾਹਿਬ ਤੋਂ ਡਰਦੇ ਸੀ ਸੋ ਹੁਣ ਤਾਂ ਮਾਹੌਲ ਹੀ ਬਦਲ ਗਿਆ ਹਾਂ ਬਾਈ ਹੁਣ ਹੁਣ ਮਾਹੌਲ ਹੋਰ ਤਰ੍ਹਾਂ ਦਾ ਹੋ ਗਿਆ ਬਾਈ ਪਰ ਫਿਰ ਵੀ ਹੁਣ ਚਲੋ ਹੁਣ ਵੀ ਹੈਗੇ ਸੌਤੀਆਂ ਪੁੱਤ ਜਿਹੜੇ ਅਜੇ ਵੀ ਆਪਦੇ ਮਾਪੇ ਦਾ ਫਿਕਰ ਕਰਦੇ ਆ ਉਹਨਾਂ ਤੋਂ ਡਰ ਵੀ ਮੰਨਦੇ ਆ ਘਰ-ਬਾਰ ਵੀ ਦੇਖਦੇ ਤੇ ਪਰ ਅਸੀਂ ਵੀ ਸਾਰੇ ਉਹਨਾਂ ਚੋਂ ਹੀ ਸੀ ਬਾਈ ਕਿ ਅੱਜ ਤੱਕ ਵੀ ਨਾ ਉਹ ਜਿਹੜੀ ਹਾਂ ਠੀਕ ਹੈ ਛੋਟੇ ਹੁੰਦੇ ਸ਼ਰਾਰਤੀ ਸੀ ਪਰ ਉਮਰਾਂ ਤੋਂ ਪਹਿਲਾਂ ਸਿਆਣੇ ਹੋ ਗਏ ਸੀ ਕਿ ਇੱਕ ਜਿਹੜੀ ਜਿਹੜਾ ਉਹ ਖਿਆਲ ਸੀ ਨਾਲ ਘਰ ਨੂੰ ਲੈ ਕੇ ਮਾਪੇ ਨੂੰ ਲੈ ਕੇ ਹੈ ਬਿਮਾਰ ਮਾਂ ਨੂੰ ਲੈ ਕੇ ਪਿਓ ਦੀ ਹੌਲੀ ਹੌਲੀ ਵਿਕਦੀ ਜ਼ਮੀਨ ਨੂੰ ਦੇਖਦੇ ਆ ਮੈਂ ਵੱਡਾ ਹੋਇਆ ਕਿਉਂਕਿ ਸੱਤਾ ਕੋਲੇ 35 ਸੀ ਤਾਂ ਪਿਓ ਕੋਲੇ 5 ਸੀ ਬਾਈ ਤਾਂ ਉਹ 5 ਕਿੱਲੇ ਮੈਂ ਹੌਲੀ ਹੌਲੀ ਖੁਰਦੇ ਦੇਖੇ ਸਾਰੀ ਜ਼ਮੀਨ ਵਿਕੀ ਸੀ ਹਾਂ ਸਾਰੀ ਵਿਗ ਗਈ ਸੀ ਬਾਈ ਜਦੋਂ ਮੈਂ ਬੀ ਐਚ ਸੀ ਗ੍ਰੈਜੂਏਸ਼ਨ ਵੇਲੇ ਜਾਨੀ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੇਰੇ ਪਿਓ ਕੋਲੇ ਹੁਣ ਹੁਣ ਕੁਝ ਵੀ ਨਹੀਂ ਹੈਗਾ ਕਿ ਤੇ ਯੂਨੀਵਰਸਿਟੀ ਤੱਕ ਆ ਕੇ ਤਾਂ ਘਰ ਵੀ ਵਗ ਗਿਆ ਸਾਡਾ ਜਿਹੜਾ ਸਾਡਾ ਅਧਿਕਾਰ ਸੀ ਸੋ ਉਹ ਵੀ ਸਾਡੇ ਗਵਾਂਢੀ ਮੇਰੇ ਜਣੀ ਭرائی ਲੱਗਦੇ ਉਹਨਾਂ ਨੇ ਖਰੀਦਿਆ ਸੀ ਤਾਂ ਫਿਰ ਸਾਡਾ ਜਿਹੜਾ ਗੋਹੇ ਕੁੜੇ ਵਾਲਾ ਵਾੜਾ ਜਿਵੇਂ ਆਪਣੇ ਪਿੰਡਾਂ ਚ ਸੋ ਉੱਥੇ ਫਾਦਰ ਸਾਹਿਬ ਨੇ ਦੋ ਕਮਰੇ ਪਾਏ ਸੀ ਤੇ ਉਹ ਵੀ ਬਾਈ ਜਣੀ ਐ ਲਾ ਲੋ ਵੀ ਪਲਾਸਟਰ ਨਹੀਂ ਹੋਏ ਸੀ ਤੇ ਨਾ ਕੋਈ ਉਹਦੇ ਚ ਬੂਆ ਟਾਕੀ ਲੱਗਿਆ ਸੀ ਮੇਰੇ ਯਾਦ ਆ ਮੈਂ ਕਰੀ ਯੂਨੀਵਰਸਿਟੀੋਂ ਗਿਆ ਸਰਦੀਆਂ ਚ ਤੇ ਪਿਓ ਨਾ ਮੇਰਾ ਗੋਨਣ ਪੱਲੀਆਂ ਲਿਆ ਕੇ ਤੇ ਉੱਥੇ ਐ ਬਾਰੀਆਂ ਚ ਪੱਲੀਆਂ ਚ ਮੇਖਾਂ ਠੋਕੀ ਜਾਵੇ ਤੇ ਮੈਂ ਜਾ ਕੇ ਪੁੱਛਿਆ ਮੈਂ ਕਿ ਕੀ ਕੀ ਕਰ ਰਹੇ ਆ ਮਾਪਾ ਕੰਨਾ ਯਾਰ ਹੁਣ ਸਰਦੀ ਬਹੁਤ ਹੈ ਠੰਡ ਬਹੁਤ ਆਉਂਦੀ ਹੈ ਤੇ ਹੁਣ ਬੂਹੇ ਬਾਰੀਆਂ ਨੂੰ ਤਾਂ ਕੋਈ ਪੈਸਾ ਹੈ ਨਹੀਂ ਕੋਲੇ ਕਿੱਥੋਂ ਲਾਈਏ ਤੇ ਮੈਨੂੰ ਆਇਆ ਲੱਗਿਆ ਵੀ ਆਹ ਚਲ ਕਰੀਏ ਆਹ ਸਿਸਟਮ ਜਾਂ ਕਰ ਲੈਨੇ ਸੋ ਉਹ ਦੇਖਦੇ ਦੇਖਦੇ ਵੱਡੇ ਹੋਏ ਆ ਬਾਈ ਘੋਰ ਗਰੀਬੀ ਦੇਖੀ ਹੈ ਬਾਈ ਘੋਰ ਗਰੀਬੀ ਦੇਖੀ ਹਾਂ ਬਾਈ ਯਾਨੀ ਮੈਂ ਤਾਂ ਕਈ ਵਾਰ ਹੱਸਦਾ ਹੁਣ ਕਹਿਣਾ ਹੁੰਦਾ ਵੀ ਲੋਕ ਤਾਂ ਕਹਿੰਦੇ ਮੈਂ ਧਰਤੀ ਤੋਂ ਉੱਠਿਆ ਮੈਂ ਤਾਂ ਟੋਏ ਚ ਉੱਠਿਆ ਬਾਈ ਸੋ ਇੰਨੀ ਗਰੀਬੀ ਯਾਨੀ ਘਰੇ ਪਰ ਮੈਂ ਸਤਕੇ ਜਾਵਾਂ ਮੇਰੇ ਵਾਲੇ ਲਾਨਦਾਰ ਦੇ ਬਾਈ ਐਡਾ ਹਿੰਮਤੀ ਬੰਦਾ ਹੋ ਸੱਚੀ ਆ ਹੁਣ ਵੀ ਹੁਣ ਹਾਲਾ ਕਿ ਉਹ ਰਾਜਾ ਹੋਰ ਮਾਇਆ ਦਾ ਮੀ ਪਿਆ ਉਹ ਤੇ ਪਿਛਲੇ 10 ਸਾਲਾਂ ਤੋਂ ਤੇ ਜਿੰਨੀ ਮੈਂ ਵਾਹ ਲਾ ਸਕਦਾ ਸੀ ਧਾਇਰੇ ਚ ਰਹਿ ਕੇ ਹਾਲਾਂਕਿ ਇੱਕ ਦਿਨ ਉਹ ਵੀ ਸੀ ਕਿ ਜਦੋਂ 5 ਵਿਕੇ ਤੇ ਉਹ ਜਿਹੜਾ ਪਹਿਲਾ ਟੈਕਸੀ ਬਾਈ ਨਾ ਆਪਣਾ ਉਹ 7 ਕਿੱਲਾਂ ਦਾ ਟੈਕਸੀ ਜਦੋਂ ਖਰੀਦੇ ਤਾਂ ਉਹ ਮੇਰਾ ਤਾਂ ਮਨ ਇਹ ਸੀ ਕਿ 5 ਵਿਕੇ ਆਪਾਂ ਆਪਾਂ 5 ਹੀ ਲਈਏ ਆਪਾਂ ਪਰ ਉਹ ਜੋ 7 ਇਕੱਠੀ ਸੀ ਤਾਂ ਚਲੋ ਇਹਨਾਂ ਨੇ 7 ਕਿੱਲਾਂ ਦੀ ਰਜਿਸਟਰੀ ਹੋ ਗਈ ਉਹ ਤੋਂ ਬਾਅਦ ਲਾਨਦਾਰ ਨੇ ਮੈਨੂੰ ਫਿਰ ਵੀ ਆਖਿਆ ਕਿ ਨਾਲਕ ਆ ਹੋਰ ਵੀ ਮਿਲਦੀ ਐ ਆ ਮਿਲਦੀ ਆ ਮਿਲਦੀ ਐ ਫੋਨ ਤੇ ਗੱਲ ਹੋਈ ਸੀ ਸਾਡੀ ਪਰ ਮੈਂ ਫੋਨ ਕੱਟ ਕੇ 2 2.5 ਘੰਟੇ ਬਾਅਦ ਪਿੰਡ ਬੈਠਾ ਸੀ ਮਹਲਾਣੇਦਾਰ ਕੋਲੇ ਵੀ ਇਹ ਬਹੁਤ ਵੱਡੀ ਗੱਲ ਐ ਕਿ ਜਿਹੜੀ ਕਿ ਲਾਣੇਦਾਰ ਨੇ ਮੈਨੂੰ ਕਹੀ ਐ ਮੈਂ ਜਾਨ ਸਰ ਇੱਕ ਗੱਲ ਕਹਿਤੀ ਸੀ ਮਖਿਆ ਦੇਖ ਹੋ ਸਕਦਾ ਮੈਨੂੰ ਮਹਾਰਾਜ ਸਾਰੀ ਉਮਰ ਗਵਾਵੇ ਕਿ ਵਾ 50 60 ਸਾਲ ਤੱਕ ਗਾਵਾਂ ਇੰਨੀ ਉਮਰ ਤੇ ਮਹਾਰਾਜ ਮੈਨੂੰ ਔਰ ਸਹੋਬਤ ਵੀ ਮੈਨੂੰ ਉਦੋਂ ਤੱਕ ਦਿੰਦਾ ਰਵੇ ਇਹ ਹੁਣ ਮਖਿਆ ਉਹਦਾ ਪਲਾਨ ਐ ਪਤਾ ਨਹੀਂ ਕੀ ਐ ਪਰ ਮਹਕੀਮ ਨੂੰ ਤੱਕ ਕੁੱਤਾ ਬਣਾ ਹੀ ਰੱਖੇਗਾ ਕੀ ਆਪਾਂ ਉਦੋਂ ਤੱਕ ਪੈਂਡ ਚ ਜ਼ਮੀਨਾਂ ਖਰੀਦੇ ਰਵਾਂਗੇ ਤੇ ਉਦੋਂ ਬਾਅਦ ਮਰ ਜਾਾਂਗੇ ਮੈਂ ਕਿਹਾ ਜੇ ਵਾਕਿਆ ਤੈਨੂੰ ਲੱਗਦਾ ਕਿ ਤੇਰਾ ਪੁੱਤ ਮਿਹਨਤ ਕਰਕੇ ਰਿਆਜ਼ ਕੀਤਾ ਹੈ ਮਹਾਰਾਜ ਨੇ ಅಪਾਰ ਕਿਰਪਾ ਕੀਤੀ ਹੈ ਇੰਨੀ ਗੁਰਬਤ ਚੋਂ ਕੱਢਿਆ ਤਾਂ ਤੈਨੂੰ ਦੁਆਰੇ ਮਹਾਰਾਜ ਆ ਬਣਾਤਾ ਹੈ ਤਾਂ ਤਾਂ ਮੈਂ ਅੱਜ ਤੋਂ ਬਾਅਦ ਤੈਨੂੰ ਆ ਗੱਲ ਨਹੀਂ ਕਹਾਂਗਾ ਕਿ ਕੁਝ ਖਰੀਦਣਾ ਔਰ ਇਹ ਹੀ ਗੱਲਾਂ ਵਕ ਵਕ ਟਾਈਮ ਤੇ ਜਦੋਂ ਆਈਆਂ ਮੇਰੇ ਸਾਹਮਣੇ ਤਾਂ ਮੈਂ ਬਾਤ ਸਵਾਦ ਨਾਲੇ ਗੱਲਾਂ ਬੋਲੀਆਂ ਜਦੋਂ ਇਨਕਮ ਟੈਕਸ ਵਾਲੇ ਵੀ ਭਰਾ ਹੈ ਤਾਂ ਉਹਦੋਂ ਵੀ ਮੈਂ ਰਾਜਿਆਂ ਵਾਂਗੂ ਗੱਲਾਂ ਬੋਲੀਆਂ ਕਿ ਭਾਈ ਖਾੜਾ ਜ਼ਰੂਰ 1500 ਲਾਇਆ ਪਰ ਕੋਈ ਬੈਂਕ ਵਿੱਚ ਦਿਖਾ ਦਿਓ ਪੰਜੀ ਪਈ ਜ਼ਮੀਨ ਉਸ ਤੋਂ ਬਾਅਦ ਕੋਈ ਦਿਖਾ ਦਿਓ ਘਰਾਂ ਕਿਰਾਏ ਤੇ ਹੈ ਇੱਕ ਇਮਾਨਦਾਰੀ ਨਾਲ ਕਹਿ ਰਿਹਾ ਵੀ ਇੱਕ ਬਹੁਤ ਸੋਹਣਾ ਘਰ ਬਣਾ ਰਹੇ ਆ ਉਹ ਜ਼ਰੂਰ ਮੇਰਾ ਚਾਹ ਪੂਰਾ ਕੀਤਾ ਕਿ ਸੋਹਣਾ ਘਰ ਹੋਵੇ ਉਸ ਤੋਂ ਬਿਨਾ ਅੱਜ 2023 ਚ ਬੈਠੇ ਮੈਂ ਭਾਈ ਮਰਦੇ ਦਮ ਤੱਕ ਕੋਈ ਇੱਕ ਪ੍ਰਾਪਰਟੀ ਦਿਖਾ ਦੀ ਮੈਨੂੰ ਵੀ ਕੋਈ ਕੈਨੇਡਾ ਚ ਘਰ ਬਣਾ ਲੈਣੇ ਜਾਂ ਕੋਈ ਮਹੱਲੇ ਚ ਇੱਥੇ ਕੋਈ 에ਰਪੋਰਟ ਤੇ ਕੋਈ ਖਰੀਦ ਲੈਣੇ ਕਦੇ ਇਹ ਨਹੀਂ ਹੋਊਗਾ ਨਾ ਮੈਨੂੰ ਇਹ ਪੁੱਛਿਓ ਵੀ ਇਹ ਪੈਸੇ ਜਿਹੜੇ ਤੋਂ ਇੰਨੇ ਕਮਾਉਣਾ ਕਿੱਥੇ ਜਾਂਦੇ ਆ ਉਹ ਉਸ ਦਿਨ ਮੇਰਾ ਮੇਰੇ ਪਿਓ ਨਾਲ ਇਹ ਪ੍ਰੋਮਿਸ ਸੀ ਕਿ ਫਿਰ ਆਏ ਤਾਂ ਹੁਣ ਸਾਰੀ ਕਰੀ ਜਾਂਦੇ ਆ ਜੇ ਤੈਨੂੰ ਮਹਾਰਾਜ ਨੇ ਇੱਥੋਂ ਪੱਟ ਕੇ ਇੱਥੇ ਲਾਤਾ ਤਾਂ ਰੋਜ਼ ਸ਼ੁਕਰਾਨੇ ਕਰੀ ਜਾਇਆ ਕਰ ਲੈਣਦਰਾ ਤੇ ਬਸ ਇਹ ਇਹ ਜੀ ਦੀ ਮਾਇਆ ਹੈ ਮਹਾਰਾਜ ਉਹਦੇ ਕੋਲ ਹੀ ਭੇਜੀ ਜਾਵੇ ਆਪਾਂ ਨੂੰ ਜਿੰਨਾ ਸੀ ਮੈਂ ਮੇਰੇ ਯਾਦ ਆ ਜਦ ਤੇ ਰਜਿਸਟਰੀ ਹੋਈ ਸੀ ਨਾ ਭਾਈ ਪਹਿਲੇ ਦਿਨ ਜ਼ਮੀਨ ਦੀ ਹਣਾ ਉਹ ਸੱਤ ਕਿੱਲਾਂ ਦੀ ਤਾਂ ਮੈਂ ਨਹੀਂ ਗਿਆ ਸੀ ਉਦੋਂ ਜਿਹੜੇ ਰਜਿਸਟਰੀ ਹੋਈ ਸੀ ਲਾਡੀ ਹੋਣੀ ਭਾਈ 37 ਮੇਰਾ ਵੱਡਾ ਭਰਾ ਹੈ ਉਹੀ ਜ਼ਮੀਨ ਵਾਪਸ ਲਈ ਤੁਸੀਂ ਨਹੀਂ ਭਾਈ ਉਹ ਨਹੀਂ ਮਿਲੀ ਉਹ ਨਹੀਂ ਸੀ ਇਹ ਹੋਰ ਜ਼ਮੀਨ ਸੀ ਜਦੋਂ ਉਹ ਰਜਿਸਟਰੀ ਹੋਈ ਤਾਂ ਸ਼ਾਮ ਨੂੰ ਆ ਫੋਨ ਕੀਤਾ ਮੈਂ ਪਾਪਾ ਜੀ ਨੂੰ ਪੁੱਛਿਆ ਮੈਂ ਕਿਉਂਕਿ ਉਹ ਮੇਰੇ ਲਈ ਇੱਕ ਬੜਾ ਖਾਸ ਦਿਨ ਸੀ ਉਹ ਔਰ ਮੈਨੂੰ ਇਹ ਵੀ ਪਤਾ ਸੀ ਕਿ ਫਾਦਰ ਸਾਹਿਬ ਲਈ ਬਹੁਤ ਖਾਸ ਦਾ ਹੈ ਮੈਂ ਪੁੱਛਿਆ ਮੈਂ ਕਿ ਕਿੱਦਾਂ ਮਹਿਸੂਸ ਕਰ ਰਹੇ ਹੈ ਅੱਜ ਬੱਕਾ ਕੀ ਮਹਿਸੂਸ ਹੋ ਰਿਹਾ ਤਬ ਮੈਨੂੰ ਰੋਕ ਕੇ ਗਿਆ ਕਹਿੰਦਾ 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 ਨਾ ਇੱਥੇ ਕਹਿੰਦਾ ਜਿਵੇਂ ਇੱਕ ਜੱਟ ਜ਼ਿੰਮੇਦਾਰ ਦੇ ਕਹਿੰਦਾ ਮਾਂ ਹੁੰਦੀ ਐ ਕਹਿੰਦਾ ਮੈਨੂੰ ਪਤਾ ਹੈ ਕਿ ਹੌਲੀ ਹੌਲੀ ਖੋਰੀ ਸੀ ਉਹ ਬੇਵਸੀ ਸੀ ਕਹਿੰਦਾ ਜਦੋਂ ਤੇਰੀ ਭੈਣ ਵਿਆਹਣੀ ਸੀ ਤੇ ਮਾਤਾ ਨੂੰ ਮੇਰੀ ਨੂੰ ਕੈਂਸਰ ਸੀ ਸੋ ਬਿਮਾਰੀ ਨੇ ਫਿਰ ਘਰ ਤੇ ਬਾਕੀ ਜਦੋਂ ਸਾਰੀਆਂ ਪੁੱਠੀਆਂ ਪਈਆਂ ਵੀ ਸੀ ਬਾਈ ਉਹਨਾਂ ਦੇ ਨਾਲ ਕੋਈ ਕੰਮ ਨਹੀਂ ਚੱਲਿਆ ਕੁਝ ਨਹੀਂ ਸਿਸਟਮ ਸੀ ਨਾ ਮੇਰੇ ਯਾਦ ਆ ਮੇਰੇ ਲੰਡਾਰ ਨੇ ਉਹ ਇੱਕ ਸੀਮੈਂਟ ਬੱਜਰੀ ਰੇਤੀ ਤੇ ਨਾਲ ਹ ਤੇਲ ਡੀਜ਼ਲ ਪੈਟਰੋਲ ਮਗਲਾਇਲ ਆ ਦੁਕਾਨ ਖੋਲੀ ਉਸ ਪਹਿਲਾ ਵਾਲੇ ਪਿੰਡ ਦੇ ਬਾਹਰ ਬੈਠਕ ਚ ਹਣ ਉਹ ਨਹੀਂ ਚਲੀ ਧਾਰ ਦੂਰ ਜਾ ਪੈ ਗਿਆ ਉਹ ਵੀ ਸੈਰੀ ਚ ਚੜ ਗਿਆ ਫਿਰ ਹੌਲੀ ਹੌਲੀ ਇੱਕ ਉਹ ਰੇੜਾ ਜਿਹਾ ਖਰੀਦਦਾ ਵਾ ਲੰਦਾਰ ਨੇ ਉਹਦੇ ਤੇ ਸਿਲੰਡਰ ਇੰਡੈਨ ਕੰਪਨੀ ਦੇ ਸਿਲੰਡਰ ਮੇਰੇ ਯਾਦ ਆ ਲੰਦਾਰ ਵੇਚਣ ਜਾਂਦਾ ਹੁੰਦਾ ਸੀ ਤੇ ਹੌਲੀ ਹੌਲੀ ਉਹ ਵੀ ਕੰਮ ਚ ਕੋਈ ਵਾਰਾ ਨਹੀਂ ਪਿਆ ਅਖੀਰ ਤੇ ਨੌਬਤ ਆਈ ਸੀ ਕਿ ਜਿਹੜਾ ਆਪਣਾ ਵਾੜਾ ਸੀ ਇਹ ਗੱਲਾਂ ਮੈਂ ਉਹਨੀਆਂ ਕਰਦਾ ਬਾਈ ਜਦੋਂ ਪਿੰਡ ਵਾਲਾ ਜੱਦੀ ਕਰਨਾ ਹੀ ਵਿਕਿਆ ਸੀ ਜੀ ਉਹ ਬਾੜੇ ਚ ਨਾ ਇੱਕ ਦੁਕਾਨ ਪਾਈ ਵਿਸੀ ਉੱਥੇ ਇੱਕ ਪੈਂਚਰਾਂ ਸਾਈਕਲ ਨੂੰ ਪੈਂਚਰ ਲਾਉਣ ਵਾਲਾ ਮੇਰਾ ਭਰਾ ਉਹ ਕਿਰਾਏ ਤੇ ਲੈਂਦਾ ਹੁੰਦਾ ਸੀ 500 ਰੁਪਏ ਚ ਇੱਕ ਦਿਨ ਪਿੰਡ ਚ ਕੋਈ ਸ਼ਰਾਬ ਦਾ ਠੇਕਾ ਖੋਲਣ ਵਾਸਤੇ ਕੋਈ ਬ੍ਰਾਂਚ ਵਾਲਿਆਂ ਨੂੰ ਕੋਈ ਚਾਹੀਦਾ ਸੀ ਕੋਈ ਜਗਾ ਉਹ ਕਿਤੇ ਪਾਪਾ ਜੀ ਤੱਕ ਦੱਸ ਪੈ ਗਈ ਵੀ ਇਹ ਜਗਾ ਉਹਨਾਂ ਦੀ ਹੈ ਵੀ ਪਿੰਡੋਂ ਬਾਹਰ ਵੀ ਆ ਤਾਂ ਉਹ ਕਿਤੇ ਉੱਥੇ ਕਿਰਾਏ ਤੇ ਚਾਰਤੀ ਉਹਨਾਂ ਨੂੰ ਐਨਾ ਕੁ ਬੇਵੱਸ ਸੀ ਲਾਨੇਦਾਰ ਉਹਨਾਂ ਨੂੰ ਕਹਿੰਦਾ ਯਾਰ ਇੱਥੇ ਰੱਖ ਵੀ ਮੈਨੂੰ ਹੀ ਲਓ ਵੀ ਜਿਹੜੀ ਤਨਖਾਹ ਤੁਸੀਂ ਉਹ ਬੰਦੇ ਨੂੰ ਦੇਵੋਗੇ ਉਹ ਮੈਨੂੰ ਦੇ ਦਿਆ ਕਰੋ ਤਾਂ ਲਣੇਦਾਰ ਉੱਥੇ ਫਿਰ ਸ਼ਰਾਬ ਵੇਚਦਾ ਰਿਹਾ ਹੈਣਾ ਬਹੁਤ ਸਾਰੇ ਮੇਰੇ ਪਿੰਡ ਦੇ ਜਿਹੜੇ ਸਾਡੇ ਤਾਏ ਚਾਚੇ ਸੀ ਉਹਨਾਂ ਨੂੰ ਚੰਗਾ ਵੀ ਨਹੀਂ ਲੱਗਿਆ ਕਿ ਯਾਰ ਕਿ ਘਰੇ ਵਾਲਾ ਤਵਾ ਕੀ ਕਰੀ ਜਾਣਾ ਪਰ ਹੁਣ ਜਿਹਦੇ ਘਰੇ ਅੱਗ ਲੱਗੀ ਹੈ ਬਾਈ ਭਾਂਬੜ ਤਾਂ ਹੁਣੀ ਦੀਂਦਾ ਨਾ ਹੁਣ ਮਜਬੂਰੀਆਂ ਇੰਨੀਆਂ ਸੀ ਤਾਂ ਉਹ ਵੀ ਕੰਮ ਕੀਤੇ ਪਰ ਹੌਲੀ ਹੌਲੀ ਚਲਦੇ ਚਲਦੇ ਲਣੇਦਾਰ ਮੇਰਾ ਹਾਰਿਆ ਨਹੀਂ ਕਦੇ ਵੀ ਹੈਣਾ ਸੋ ਯੂਨੀਵਰਸਿਟੀ ਵਿੱਚ ਜਦ ਮੈਂ ਆਇਆ ਸੀ ਮੇਰੇ ਯਾਦ ਹੈ ਕਿ 10000 ਰੁਪਏ ਮੈਂ ਤਾਏ ਹੋਰੋਂ ਤੋ ਫੜ ਕੇ ਲਿਆਇਆ ਸੀ ਹੈਣਾ ਪਾਪੇ ਨੂੰ ਇਸ ਗੱਲ ਦਾ ਪਤਾ ਸੀ ਲਣੇਦਾਰ ਤਬ ਚਲਦੇ ਚਲਦੇ ਆ ਆ ਕੇ ਫਿਰ ਉਹੀ ਬਾਤ ਜਿੱਥੋਂ ਆਪਣੀ ਗੱਲ ਚੱਲੀ ਸੀ ਕਿ ਉਹ ਨਾ ਸ਼ਰਾਰਤੀ ਮਹਾਰਜ ਕੇ ਸੀ ਯੂਨੀਵਰਸਿਟੀ ਚ ਪਰ ਪਰ ਮੈਂ ਕੱਲਿਆਂ ਬਹਿ ਕੇ ਅਨਲਿਸਸ ਕਰਦਾ ਸੀ ਹਰ ਰੋਜ਼ ਕਿ ਫੋਕਸ ਨਾ ਛੱਡੀ ਤੂੰ ਰਿਸਪਾਂਸਿਬਲ ਹੈ ਤੂੰ ਜਵਾਬ ਦੇ ਹੈ ਆਪਣੇ ਪਿਓ ਨੂੰ ਕਬੀਲਦਾਰੀ ਤੈਨੂੰ ਪਤਾ ਹੈ ਕਿ ਤੂੰ ਕਿੱਥੇ ਜਿ ਖੜਾ ਹੈ ਤਾਂ ਹੌਲੀ ਹੌਲੀ ਫਿਰ ਚਲਦੇ ਚਲਦੇ ਮੈਂ ਉੱਥੇ ਰੈਸਟੋਰੈਂਟ ਚ ਗਾਉਣਾ ਸਿਸਟਮ ਕਰਨਾ ਸਾਰੀ ਅੱਗੇ ਆਪਾਂ ਖੋਲਾਂਗੇ ਗੱਲਾਂ ਤਾਂ ਬਸ ਉਹ ਲਾਣੇਦਾਰ ਨਾਲ ਇੱਕ ਕਮਿਟਮੈਂਟ ਸੀ ਕਿ ਕਿ ਯਾਰ ਨਹੀਂ ਕੁੱਤੇ ਨਹੀਂ ਬਣਨਾ ਰੋਜ਼ ਰੋਜ਼ ਬੋਟ ਕਾਣੀ ਆਪਾਂ ਉਹ ਕਰਨੀਆਂ ਠੀਕ ਆ ਆ ਹੁਣ ਰੱਬ ਦੀ ਮਹਿਮਾ ਹੈ ਕਿ ਰੋਜ਼ ਮੈਨੂੰ ਗੁਆਰਿਆ ਹੁਣ ਮੈਂ ਉਹ ਕਲਾਕਾਰ ਆ ਬਾਈ ਸਾਰਾ ਸਾਲ ਗਾਉਣਾ ਮੈਂ ਤਾਂ ਯਾਰ ਹਨ 1500 ਖਾੜਾ 10 ਸਾਲ ਦਾ ਕੈਰੀਅਰ 2 ਸਾਲ ਵਿੱਚੋ ਕੋਵਿਡ ਦੇ ਕਰਦੋ 8 ਸਾਲ ਨੇ ਸੋ ਸਾਲ ਚ 200 ਖਾੜਾ ਲਾਉਣਾ ਬਾਈ ਸਾ ਇਹ ਹੁਣ ਇਹ ਉਹਦੀ ਮਹਿਮਾ ਇੱਕ ਪਰ ਪਰ ਕਮਿਟਮੈਂਟ ਸੀ ਉਹਦੇ ਬਾਦ ਲਾਣੇਦਾਰ ਵੀ ਮੈਨੂੰ ਨਹੀਂ ਲੱਗਦਾ ਕੋਈ ਹੱਲਿਆ ਕੋਈ ਬਾੜਾ ਮੋਟਾ ਕੋਈ ਇਧਰ ਉਧਰ ਮੇਰੇ ਆਸੇ ਪਾਸੇ ਕੋਈ ਬਾੜਾ ਮੋਟਾ ਕਰ ਗਿਆ ਹੋਵੇ ਕਹਿਣਾ ਕੀ ਹੈ ਪਰ ਕੋਈ ਬਾਹਲੀ ਵੱਡੀ ਚੀਜ਼ ਨਹੀਂ ਕੋਈ ਐਦਾਂ ਜੇ ਅੱਖਾਂ ਵੀ ਕੋਈ ਖਰੀਦ ਸੋ ਆਏ ਜੇ ਸਿਸਟਮ ਸਾਡਾ ਚੱਲਿਆ ਪਿੰਡੋਂ ਸੋ ਅੱਜ ਵੀ ਮੈਂ ਤੇ ਮੇਰਾ ਪਿਓ ਅਸੀਂ ਬਹੁਤ ਚੰਗੇ ਦੋਸਤ ਆ ਹੁਣ ਘਰ ਬਹੁਤ ਸੋਹਣਾ ਤੇ ਕਮਰ ਨੂੰ ਹਾਂਜੀ ਗਰੀਬੀ ਨਹੀਂ ਬਣਾਇਆ ਬੜੌਣ ਵਾਲਾ ਤਾਂ ਦੇਖੋ ਬਾਈ ਮਹਾਰਾਜ ਆ ਉਹਦੀ ਖੇਡ ਚ ਪਿਆ ਸੀ ਕਿ 28 ਸਾਲ ਦੇ ਨੂੰ ਇਸ ਪਾਸੇ ਮੈਂ ਲੈ ਕੇ ਆਉਂਗਾ ਤੇ ਹਾਲਾਂਕਿ ਡਿਸੀਜਨ ਮੇਰੇ ਉਸ ਵੇਲੇ ਹੋਰ ਸੀ ਯੂਨੀਵਰਸਿਟੀ ਦੀ ਜੌਬ ਤਰ ਰਜ਼ਾਈਨ ਕਰਕੇ ਇੱਕ ਸਾਧੂ ਦੀ ਕੁਟਿਆ ਚਾਕੇ ਝਾੜੂ ਲਾਉਣ ਲੱਗ ਜਾਣਾ ਪਲਾਨ ਤਾਂ ਮੇਰਾ ਇਹ ਸੀ ਕਿ ਮੈਂ ਆ ਨੌਕਰੀ ਕਰਨੀ ਚਾਹੁੰਨਾ ਪਰ ਹੁਣ ਉਹੀ ਗੱਲ ਹੈ ਕਿ ਮੈਂ ਅਕਸਰ ਬੋਲਦਾ ਨਾ ਸਟੇਜਾਂ ਤੇ ਕਿ ਹੋ ਸਕਦਾ ਹੈ ਕਈ ਵਾਰੀ ਤੁਹਾਡਾ ਪਲਾਨ ਤੇ ਉਸ ਕਾਦਰ ਦਾ ਪਲਾਨ ਮਿਲ ਜੇ ਫਿਰ ਅਸੀਂ ਇੰਟਰਵਿਊਾਂ 'ਚ ਬੈਠ ਕੇ ਕਹਿੰਨੇ ਆਂ ਸ਼ੇਰ ਬਣ ਕੇ ਕਿ ਮੈਂ ਐ ਕੀਤਾ ਮੈਂ ਐ ਕੀਤਾ ਪਰ ਮੈਨੂੰ ਡਰ ਲੱਗਦਾ ਉਹ ਗੱਲਾਂ ਤੋਂ ਕਿ ਕਿ ਪਲਾਨ ਉਸੇ ਦਾ ਹੀ ਚੱਲਦਾ ਹੈ ਹਾਂ ਕਈ ਵਾਰੀ ਮੈਚ ਕਰ ਜਾਂਦਾ ਪਰ ਉਸ ਵੇਲੇ ਵੀ ਮੈਨੂੰ ਲੱਗਦਾ ਕਿ ਕਿ ਤੁਸੀਂ ਸਾਰੀ ਡੋਰ ਉਸੇ ਤੇ ਸੱਟ ਕੇ ਰੱਖੋਗੇ ਉਹੀ ਕਰ ਰਿਹਾ ਹੈ ਹਾਂ ਗਰੀਬੀ ਸੀ ਹਾਂ ਇੱਕ ਮਿਹਨਤ ਜ਼ਰੂਰ ਸੀ ਉਸ ਗਰੀਬੀ ਨੇ ਮੈਨੂੰ ਮਿਹਨਤੀ ਜ਼ਰੂਰ ਬਣਾਇਆ ਜਿਹੜੀ ਇੱਕ ਖੂਬਸੂਰਤ ਗੱਲ ਸੀ ਕਿ ਮੈਂ ਆਪਣਾ ਰਿਆਜ਼ ਨਹੀਂ ਛੱਡਿਆ ਜਸਰਮਨ ਯੂਨੀਵਰਸਿਟੀ ਚ ਇੱਕ ਪਰਮਨੈਂਟ ਜੌਬ ਦਿੱਤੀ ਵਾਇਸ ਚਾਂਸਲਰ ਨੇ ਡਾਕਟਰ ਸਰਦਾਰ ਜਸਪਾਲ ਸਿੰਘ ਉਹਨਾਂ ਨੇ ਸੋ ਉਸ ਦਿਨ ਮੈਨੂੰ ਇੱਕ ਜਰੂਰ ਬੜੀ ਇੱਕ ਇੱਕ ਰਿਲੈਕਸੇਸ਼ਨ ਜੀ ਜਰੂਰ ਮਿਲੀ ਸੀ ਕਿ ਇਸ ਜੌਬ ਨਾਲ ਮੇਰੇ ਪਿਓ ਦਾ ਮੈਂ ਕਰਜ਼ਾ ਲਾ ਦੂੰਗਾ ਤੇ ਘਰ ਚ ਜਿਹੜੀਆਂ ਉਹ ਪੱਲੀਆਂ ਸੀ ਉਹ ਲਵਾ ਦੂੰਗਾ ਪਰ ਅੱਗੇ ਦੇ ਪਲਾਨ ਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਮਾਇਆ ਨੇ ਮੈਨੂੰ ਕੁਝ ਇਸ ਤਰੀਕੇ ਨਾਲ ਘੇਰਾ ਪਾਉਣਾ ਕਮਰ ਕੋਈ ਕਨੈਕਸ਼ਨ ਹੁੰਦਾਗਾ ਕਿਸੇ ਦੇ ਕੁਝ ਹੋਣ ਦਾ ਮੈਂ ਇਸ ਕਰਕੇ ਪੁੱਛ ਰਿਹਾ ਸੀਗਾ ਕਿ ਜਦੋਂ ਕੋਈ ਤੁਹਾਡੇ ਮੂਰੇ ਹਾਲਾਤ ਹੁੰਦੇ ਨੇ ਉਹ ਤੁਹਾਨੂੰ ਦੁਨੀਆ ਦਿਖਾਉਂਦੇ ਨੇ ਕਿ ਦੁਨੀਆ ਕੀ ਹੈ ਜੀ ਫਿਰ ਤੁਸੀਂ ਉਸ ਦੁਨੀਆ ਚ ਆਪ ਦੇ ਆਪ ਨੂੰ ਦੇਖਦੇ ਹੋ ਕਿ ਮੈਂ ਇਸ ਦੁਨੀਆ ਚ ਕੀ ਹੋਊਂਗਾ ਕਿ ਉਸ ਦੌਰ ਨੇ ਤੁਹਾਨੂੰ ਇਹ ਸਾਰਾ ਕੁਝ ਦੱਸਿਆ ਸੀ ਜੋ ਜ਼ਰੂਰੀ ਨਹੀਂ ਹੁੰਦਾ ਮੈਨੂੰ ਲੱਗਦਾ ਕੌਂਸ਼ੀਅਸ ਹੁੰਦਾਗਾ ਜ਼ਰੂਰੀ ਨਹੀਂ ਹੁੰਦਾ ਉਹ ਚੇਤਨ ਤੌਰ ਤੇ ਤੁਹਾਡੇ ਦਿਮਾਗ ਚੱਲ ਰਿਹਾ ਹੁੰਦਾ ਵੀ ਕਮਰ ਐਮ ਐਚ ਕੀ ਸੋਚ ਰਿਹਾ ਸੀ 뮤직 ਦੇ ਉੱਤੇ ਕਰ ਰਿਹਾ ਸੀ ਕਾ ਯੂਨੀਵਰਸਿਟੀ ਉਹ ਕਈ ਵਾਰ ਅਨਕੌਂਸ਼ੀਅਸ ਚੱਲਿਆ ਆਉਂਦਾ ਹੁੰਦਾਗਾ ਨਾ ਬੜਾ ਅਚੇਤ ਮਨ ਚ ਵੀ ਚੱਲਿਆ ਆਉਂਦਾ ਜਾਂ ਉਹਨੂੰ ਕਹਦੀ ਰੱਬੀ ਵਰਤਾਰਾ ਵੀ ਹੁੰਦਾ ਉਹ ਉਹ ਕੀ ਸੀਗਾ ਮਤਲਬ ਕਨੈਕਸ਼ਨ ਕੀ ਸੀਗਾ ਉਹ ਕਮਰ ਦੀ ਉਹ ਦੌਰ ਸੀ ਜਾਂ ਜਾਂ ਪਿੰਡ ਚ ਹੋਣਾ ਸੀਗਾ ਕੀ ਗੱਲ ਸੀਗੀ ਬੰਦਾ ਆਪਦੇ ਆਪ ਦੀ ਪੋਜੀਸ਼ਨ ਕਰਦਾ ਨਾ ਬਾਅਦ ਚੁੱਕੀ ਯਾਰੀ ਗੱਲਾਂ ਕੀ ਸੀ ਜੋ ਮੇਰੇ ਨਾਲ ਕਿਸੇ ਦੌਰ ਚ ਵਾਪਰ ਰਹੀਆਂ ਸੀ ਜਦੋਂ ਮੈਂ ਆਪਦੇ ਜੀਵਨ ਨੂੰ ਦੇਖਦਾ ਐਨਲਿਸਿਸ ਕਰਦੇ ਹੋ ਨਾ ਤੁਸੀਂ ਮੈਨੂੰ ਬਾਈ ਨਾ ਰੱਬ ਨੇ ਰਾਜਾ ਬਣਾ ਕੇ ਰੱਖਿਆ ਬਚਪਨ ਤੋਂ ਹੀ ਪਤਾ ਨਹੀਂ ਮੇਰੇ ਕਿਸ ਤਰ੍ਹਾਂ ਦੇ ਹਾਲਾਤ ਸੀ ਕੀ એનર્ਜੀ ਕੀ ਔਰਾ ਸੀ ਉਹ ਮੈਂ ਬਾਲ ਸਭਾ ਤੋਂ ਲੈ ਕੇ ਇਸ ਸੰਗੀਤ ਨੂੰ ਇੱਕ ਸਟਾਰ ਦੇ ਤੌਰ ਤੇ ਮਾਣਿਆ ਜਿਵੇਂ ਇੱਕ ਅੱਜ ਦਾ ਸਟਾਰ ਆ ਨਾ ਬੰਦਾ ਜਿਵੇਂ ਤਾੜੀਆਂ ਪੈ ਰਹੀਆਂ ਐ ਇਦਾਂ ਸਕੂਲ 'ਚ ਹਰ ਟੀਚਰ ਦਾ ਮੇਰੇ ਨਾਲ ਹੱਥ ਮਿਲਾਉਣਾ ਰੋਜ਼ ਮੈਨੂੰ ਇੱਕ ਸਪੈਸ਼ਲੀ ਕੁਛ ਨਾ ਕੁਛ ਮੇਰੇ ਨਾਲ ਕੋਈ ਗੱਲਬਾਤ ਕਰਨੀ ਇਦਾਂ ਸਾਡੇ ਪ੍ਰਿੰਸੀਪਲ ਚੇਤਰਾਮ ਜੀ ਇਦਾਂ ਕਾਲਜ ਚ ਲੱਗਾ ਗਿਆ ਮੈਂ ਐਸ ਬੀ ਐਸ 'ਚ ਪੜਿਆ ਬਾਈ ਸ਼ਹੀਦ ਭਗਤ ਸਿੰਘ 'ਚ ਕੋਟਕਪੂਰੇ ਉੱਥੇ ਵੀ ਸਾਰਾ ਮੈਨੂੰ ਇਸ ਤਰ੍ਹਾਂ ਦਾ ਮਾਹੌਲ ਮਿਲਣਾ ਕਿ ਸਾਰੇ ਕਾਲਜ ਦੀ ਮਹਿਰੌਣਕ ਹੁੰਦਾ ਸੀ ਕੋਈ ਯੂਥ ਫੈਸਟੀਵਲ ਹੋ ਗਏ ਜਾਂ ਕੋਈ ਹੋਰ ਫੰਕਸ਼ਨਸ ਹੋ ਗਏ ਸੋ ਉਹਨਾਂ ਦਾ ਪਰਸਨਲ ਕੋਈ ਉਹਨਾਂ ਦੇ ਫੰਕਸ਼ਨਸ ਹੋ ਗਏ ਸਾਡੇ ਪ੍ਰਿੰਸੀਪਲ ਦੇ ਜਾਂ ਪ੍ਰੋਫੈਸਰਸ ਦੇ ਇੱਦਾਂ ਯੂਨੀਵਰਸਿਟੀ ਚ ਆ ਕੇ ਵੀ ਸਟਰਗਲ ਰਿਹਾ ਮੇਰਾ ਪਰ ਉਹ ਸਟਰਗਲ ਮੇਰਾ ਇੰਨੇ ਇੱਕ ਸੋਹਣੇ ਤਰੀਕੇ ਦੇ ਚ ਰਿਹਾ ਕਿ ਮੈਨੂੰ ਇਹ ਯਾਦ ਹੀ ਨਹੀਂ ਹੁੰਦਾ ਸੀ ਕਿ ਮੈਂ ਮਸ਼ਹੂਰ ਹੋਣ ਲਈ ਗਾਉਣਾ ਇੱਕ ਹੁੰਦਾ ਨਾ ਇੱਕ ਟਾਰਗੇਟ ਸੈੱਟ ਕਰਦਾ ਬੰਦਾ ਇਸ ਚੀਜ਼ ਨੇ ਮੇਰਾ ਉਹ ਥਾਟ ਹੀ ਤੋੜਤਾ ਕਿ ਜਿਹਦੇ ਵਿੱਚ ਫਿਰ ਬਹੁਤ ਸਾਰੇ ਖਿਆਲ ਸੀਗੇ ਮੈਂ ਆਲਰੇਡੀ ਉਸ ਸਟਾਰਟਮ ਚ ਸੀਗਾ ਯੂਨੀਵਰਸਿਟੀ ਆਇਆ ਤੁਸੀਂ ਦੇਖਿਆ ਹੀ ਹੈ ਕਿ ਕਿੱਦਾਂ ਮੈਂ ਨਾਟਕਾਂ ਦੇ ਬੈਕਗ੍ਰਾਉਂਡ ਮਿਊਜ਼ਿਕ ਚ ਮਿਲਦਾ ਸੀ ਵਾਰਿਸ ਭਵਨ ਚ ਕੋਈ ਮਹਿਫਲ ਸੀ ਉੱਥੇ ਮਿਲਦਾ ਸੀ ਓਪਨ 에ਅਰ ਥੀਏਟਰ ਚ ਮਿਲਦਾ ਸੀ ਕਲਾ ਭਵਨ ਚ ਮਿਲਦਾ ਸੀ ਜੀਡੀਬੀ ਹਾਲ ਚ ਮਿਲਦਾ ਸੀ ਆਰਟ ਸੈਟੋਰੀਅਮ ਚ ਮਿਲਦਾ ਸੀ ਹੋਸਟਲਾਂ ਦੀਆਂ ਮਹਿਫਲਾਂ ਚ ਮਿਲਦਾ ਸੀ ਰਾਤ ਨੂੰ ਮਿਲਦਾ ਸੀ ਸੋ ਸੋ ਉਸ ਚੀਜ਼ ਨੇ ਮੈਨੂੰ ਇੱਕ ਬੇਫਿਕਰਾ ਜ਼ਰੂਰ ਰੱਖਿਆ ਉਹ ਹੋ ਸਕਦਾ ਹੈ ਕਿ ਮੇਰੀ ਇੱਕ ਮੈਂ ਨੂੰ ਪੱਠੇ ਮੇਰੀ ਉਸ ਚੀਜ਼ ਦੀ ਇੱਕ ਮੇਰੀ ਪੂਰਤੀ ਹੁੰਦੀ ਗਈ ਕਰਦਿਆਂ ਕਰਦਿਆਂ ਮੈਨੂੰ ਨੌਕਰੀ ਮਿਲ ਗਈ ਤਾਂ ਉਹ ਨੌਕਰੀ ਮਿਲਣ ਤੋਂ ਬਾਅਦ ਬੇਬੇ ਹੋਰਾਂ ਦੇ ਉੱਥੇ ਜਾਣਾ ਮੈਂ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਮੈਂ ਮੈਂ ਉਹ ਤਾੜੀਆਂ ਤੇ ਇੱਕ ਐਪਰੀਸ਼ੀਏਸ਼ਨ ਜਿਹੜੀ ਇੱਕ ਸਕੂਲ ਤੋਂ ਸ਼ੁਰੂ ਹੋ ਗਈ ਮੇਰੇ ਕੰਨਾਂ 'ਚ ਪੈਣੀ ਔਰ ਇੱਕ ਸੱਚੀ ਸੁੱਚੀ ਜੀ ਮੁਹੱਬਤ ਕੋਈ ਕਿਉਂਕਿ ਜਦੋਂ ਤੁਸੀਂ ਇੱਕ ਪ੍ਰੋਫੈਸ਼ਨਲੀ ਇਸ ਤਰ੍ਹਾਂ ਬਿਲਡ ਅਪ ਹੋ ਜਾਂਦੇ ਹੋ ਹੋ ਸਕਦਾ ਕੋਈ ਨਾ ਕੋਈ ਆ ਕੇ ਤੁਹਾਡੀ ਚਾਪਲੂਸੀ ਵੀ ਕਰ ਜਾਂਦਾ ਹੋਵੇ ਉਸ ਵੇਲੇ ਤਾਂ ਮੈਂ ਇੱਕ ਸਟੂਡੈਂਟ ਸੀ ਉਹ ਜਿਹੜੀ ਮੁਹੱਬਤ ਸੀ ਉਹਦੇ 'ਚ ਉਹਦੇ 'ਚ ਬੜੀ ਪਿਓਰਿਟੀ ਸੀ ਉਹ ਸੱਚੀਓ ਮੈਨੂੰ ਪਿਆਰ ਕਰਦੇ ਸੀ ਦਿਲੋਂ ਪਿਆਰ ਕਰਦੇ ਸੀ ਕਿ ਸਾਡਾ ਸਟੂਡੈਂਟ ਹੈ ਉਹ ਚਲਦੇ ਆ ਚਲਦੇ ਨਾ ਮੈਨੂੰ ਕੋਈ ਕਦੇ ਬੈਠ ਕੇ ਇਸ ਤਰੀਕਾ ਹਾਂ ਘਰ ਦੇ ਮਾਹੌਲ ਨੂੰ ਲੈ ਕੇ ਜ਼ਰੂਰ ਕਦੇ ਨਾ ਕਦੇ ਮੈਂ ਇਹ ਚ ਜਾ ਸੋਚਦਾ ਸੀ ਕਿ ਯਾਰ ਕਿ ਕਿ ਮੇਰੇ ਤੇ ਰਿਸਪੌਂਸਿਬਿਲਟੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਪਰ ਉਹ ਨਾਲ-ਨਾਲ ਨਾ ਮੇਰੇ ਮੇਰੀ ਆਮਦਨ ਦੇ ਸਾਧਨ ਵੀ ਚੱਲਦੇ ਸੀ ਜਿਵੇਂ ਬੜੀਆਂ ਛੋਟੀਆਂ-ਛੋਟੀਆਂ ਗੱਲਾਂ ਸੀ ਪਰ ਅੱਜ ਮੈਨੂੰ ਉਹ ਬਹੁਤ ਵੱਡੀਆਂ ਲੱਗਦੀਆਂ ਜਿਵੇਂ ਮੇਰੇ ਜਿਹੜੇ ਹਾਡ ਮਾਸਟਰ ਸੀਤਾ ਜੀ ਹੁਣ ਉਹਨਾਂ 35 40 ਪਿੰਡਾਂ ਚ ਉਹਨਾਂ ਦਾ ਬਹੁਤ ਸੋਹਣਾ ਰਸੂਖ ਸੀ ਜਦੋਂ ਵੀ ਕਿਤੇ ਕੋਈ ਟੀਚਰ ਰਟਾਇਰ ਹੋਣਾ ਤਾਂ ਇੱਕ ਕਾਲ ਹੁੰਦੀ ਸੀ ਮੇਰੇ ਤਾਇਆ ਜੀ ਨੂੰ ਕਿ ਤਰੇਪੀਜੇ ਨੂੰ ਕਹਿੰਦੀ ਕਿ ਆ ਕੇ ਗਾ ਕੇ ਜਾਵੇ ਹੁਣ ਗਾਉਂਦਾ ਸੀ ਤਾਂ 50 50 100 100 ਰੁਪਿਆ ਟੀਚਰਾਂ ਨੇ ਦੇਣਾ ਸੋ ਉਹ ਜਾ ਕੇ ਮੈਂ ਆਪਦੀ ਮਾਂ ਨੂੰ ਫੜਾਉਣਾ ਹੈ ਬਹੁਤ ਯਾਰਾਂ ਚ ਹੁੰਦੇ ਸੀ ਐਦਾਂ ਹੀ ਕੁਝ ਬਿਜਲੀ ਵਿਭਾਗ ਦੇ ਅਫਸਰ ਸੀਗੇ ਜਿਹੜੇ ਤਾਇਆ ਜੀ ਹੋ ਰਹੰਦੇ ਜਾਂ ਪਾਪਾ ਜੀ ਹੋ ਰਹੰਦੇ ਦੋਸਤ ਸੀ ਰਿਟਾਇਰਮੈਂਟ ਕਿਤੇ ਰਿਟਾਇਰਮੈਂਟ ਹੋਣੀ ਤੇਰੇ ਤੇਰੇ ਮੁੰਡੇ ਨੂੰ ਭੇਜਦੀ ਭਾਈ ਤੇਰੇ ਭਤੀਜੇ ਨੂੰ ਭੇਜਦੀ ਬਾਜਾ ਨਾਲ ਮੇਰਾ ਦੋਸਤ ਰੰਮੀ ਕੋਨਾਂ ਨੇ ਮੰਡੀ ਤੋਂ ਅਸੀਂ ਵੈਸਪ ਤੇ ਸਕੂਟਰ ਤੇ ਜਾਣਾ ਬਾਜਾ ਤਬਲਾ ਨਾਲ ਲੈ ਕੇ ਉਹ ਪੈਸਿਆਂ ਦਾ ਹੁਣਾ ਸੋ ਮੇਰੀਆਂ ਜੇਬਾਂ ਭਰੀਆਂ ਰਹਿੰਦੀਆਂ ਸੀ ਸੋ ਕਦੇ 100 200 ਰੱਖ ਲੈਣਾ ਬਾਕੀ ਮਾਂ ਨੂੰ ਫੜਾ ਦੇਣੇ ਐਦਾਂ ਹੀ ਯੂਨੀਵਰਸਿਟੀ ਆਇਆ ਮੈਂ ਉੱਥੇ ਯੂਨੀਵਰਸਿਟੀ ਵੀ ਚੱਲਦੇ ਆ ਸੋ ਐਦਾਂ ਇਹ ਨਾਲ ਰਹੀਆਂ ਮੇਰੇ ਚੀਜ਼ਾਂ ਕਿ ਮੈਂ ਨਾ ਅੰਦਰੋਂ ਭਰਿਆ ਭਰ ਪਿੰਡ ਦਾ ਮੀਨਿੰਗ ਕੀ ਹੈ ਤੁਹਾਡੇ ਲਈ ਪਿੰਡ ਦੇ ਹੋਣ ਜਾਂ ਨਾ ਹੋਣ ਦਾ ਮੀਨਿੰਗ ਤੁਹਾਡੇ ਲਈ ਕੀ ਸੀਗਾ ਉਸ ਪਿੰਡ ਨੇ ਕਮਰ ਨੂੰ ਕੀ ਦਿੱਤਾ ਦੇਖੋ ਪਿੰਡ ਦਾ ਮੈਂ ਤਾਂ ਅਕਸਰ ਕਹਿੰਦਾ ਹਾਂ ਕਿ ਕਿ ਇੱਕ ਧਾਰਮਿਕ ਗੋਸ਼ਟੀ ਹੈ ਇੱਕ ਰਾਜਨੀਤਿਕ ਗੋਸ਼ਟੀ ਸੋਸ਼ਲ ਪੱਖ ਤੋਂ ਸਵਾਜ ਚ ਤਾਏ ਚਾਚੇ ਪਹਿਣ ਵੀਰ ਪਰਜਾਈਆਂ ਭਤੀਜੇ ਭਾਂਜੇ ਭਾਂਜੀਆਂ ਬਾਬੇ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਇਕਨੋਮੀ ਹੈ ਮੈਨੂੰ ਲੱਗਦਾ ਕਿ ਸਾਰਿਆਂ ਦੀ ਜੜੰਦ ਤੱਕ ਪਿੰਡ ਹੈ ਜਦੋਂ ਤੁਸੀਂ ਇਹ ਸਾਰੇ ਫਲਸਫਿਆਂ ਨੂੰ ਮੰਨਦੇ ਹੋ ਤਾਂ ਤੁਹਾਨੂੰ ਇੱਕ ਪਿੰਡ ਮਹਿਸੂਸ ਹੁੰਦਾ ਸੋ ਮੇਰੇ ਲਈ ਵੀ ਉਦਾਂ ਹੀ ਸੀ ਕਿ ਮੈਂ ਰੱਜ ਕੇ ਉਹਨਾਂ ਰਿਸ਼ਤਿਆਂ ਨੂੰ ਮਾਣਿਆ ਸੋ ਐਦਾਂ ਹੀ ਗੁਰੂ ਘਰਾਂ ਦਾ ਸਾਰਾ ਮੰਦਿਰ ਚ ਜਾਣਾ ਗੁਰਦੁਆਰੇ ਜਾਣਾ ਉਹ ਸਾਰੀਆਂ ਚੀਜ਼ਾਂ ਨੂੰ ਮੰਨਣਾ ਨਗਰ ਖੀਰਤਨ ਨੂੰ ਮੰਨਣਾ ਤੇ ਐਸੇ ਤਰ੍ਹਾਂ ਜਨ ਮਰਨ ਨੂੰ ਮਰਨਾ ਉੱਥੇ ਮੌਤਾਂ ਵੀ ਹੁੰਦੀਆਂ ਸੀ ਕੋਈ ਨਵਾਂ ਵੀ ਆੜ ਗਵਾਨ ਕਰੇ ਕੋਈ ਜਨਮ ਲੈਂਦਾ ਸੀ ਉਸ ਚੀਜ਼ ਨੂੰ ਵੀ ਸੈਲੀਬ੍ਰੇਟ ਕਰਨਾ ਤੇ ਐਸੇ ਤਰ੍ਹਾਂ ਘਰ ਦੀ ਆਰਥਿਕਤਾ ਨੂੰ ਦੇਖਣਾ ਹੁਣ ਉਹ ਚੀਜ਼ਾਂ ਠੀਕ ਆ ਹਾਲਾਂਕਿ ਮਾ ਉਸ ਵੇਲੇ ਕੋਈ ਬੜੀ ਸੁਰਤ ਨਹੀਂ ਸੰਭੀ ਸੀ ਪਰ ਜਦੋਂ 35 ਕਿੱਲਿਆਂ ਤੋਂ 30 ਤਾਂ ਚਲੇ ਗਏ ਬਾਹਰ ਤੇ ਪੰਜਾਂ ਦਾ ਹੌਲੀ ਹੌਲੀ ਖੁੱਸਣਾ ਸੋ ਉਹ ਉਹ ਸਾਰੀ ਚੀਜ਼ ਨੂੰ ਮੈਂ ਗਤੀਵਿਧੀ ਨੂੰ ਫਾਦਰ ਸਾਹਿਬ ਨੂੰ ਦੇ ਨਾਲ ਖੜਨਾ ਮੇਰੇ ਯਾਦ ਹੈ ਗੱਲ ਕਿ ਜਦੋਂ ਮਾਤਾ ਬਿਮਾਰ ਸੀ ਉਦੋਂ ਮੈਂ ਯੂਨੀਵਰਸਿਟੀ ਸੀ ਤੇ ਉਹ ਕੈਂਸਰ ਟ੍ਰੇਨ ਕਹਿੰਦੇ ਸੀ ਉਹਨੂੰ ਜਿਹੜੀ ਬਠਿੰਡਾ ਜਾਂਦੀ ਸੀ ਬਿਕਾਣੇ ਤਾਂ 1500 ਰੁਪਿਆ ਟ੍ਰੇਨ ਦਾ ਕਿਰਾਇਆ ਦਵਾਈ ਰਸਤੇ 'ਚ ਖਾਣ ਪੀਣ ਸਾਰਾ ਘਰ ਤੋਂ ਲੈ ਕੇ ਘਰ ਆਉਣ ਤੱਕ 1500 ਰੁਪਿਆ ਸੀ ਉਹ ਪਿੰਡ ਦੇ ਸਾਡੇ ਯਾਨੀ ਮੋਤਵਾਰ ਬੰਦੇ ਸੀ ਜਿਹੜੇ ਫਾਦਰ ਸਾਹਿਬ ਨੂੰ ਬਿਨਾ ਮੰਗੇ ਯਾਨੀ ਮੇਰੇ ਇਕਤਾਇਆ ਜੀ ਨੇ ਮਾਨ ਪਰਿਵਾਰ 'ਚੋਂ ਨੇ ਸੋ ਉਹ ਤਾਇਆ ਜੀ ਆ ਕੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕਿੰਨੀ ਤਰੀਕ ਨੂੰ ਜਾਣਾ ਹੈ ਤੇ ਮੇਰੇ ਨੂੰ ਸੀ ਹਾਂਜੀ ਡੈਡੀ ਨੂੰ ਸੀ ਨਾਮਰਾਦ ਬਿਮਾਰੀ ਜਾਂ ਨਹੀਂ ਮਾਤਾ ਜੀ ਮਾਤਾ ਨੂੰ ਸੀ ਮਾਤਾ ਨੂੰ ਸੀ ਤਾਂ ਕਿ ਉਹਨਾਂ ਦਾ ਮਦਦ ਕਰਕੇ ਜਾਣਾ ਆ ਸਾਡੇ ਮੌਜੂਦਾ ਸਰਪੰਚ ਨੇ ਜਿਹੜੇ ਉਹਨਾਂ ਵੱਲੋਂ ਜਾਂ ਸਾਡੇ ਬਾਈ ਦੇਵਾ ਪ੍ਰਧਾਨ ਸਾਡੇ ਪਿੰਡ ਸੋ ਨਥਾ ਤਾਇਆ ਬਹੁਤ ਸਾਰੇ ਇਹ ਜੇ ਬੰਦੇ ਨੇ ਜਿਹੜੇ ਜਿਹੜੇ ਉਸ ਵੇਲੇ दारू ਬਣ ਬਣ ਕੇ ਹਨ ਕਿ ਫਾਦਰ ਸਾਹਿਬ ਦੇ ਨਾਲ ਕੇ ਮੈਨੂੰ ਸੀ ਕਰਕੇ ਪੁੱਛਿਆ ਪਿੰਡ ਦੇ ਅੰਦਰ ਜਿਹੜਾ ਇਹ ਸਪੋਰਟਿੰਗ ਸਿਸਟਮ ਆ ਨਾ ਇਹ ਪਿੰਡੇ ਚ ਸ਼ਾਇਦ ਤੁਸੀਂ ਕਿਸੇ ਸ਼ਹਿਰ ਚ ਹੁੰਦੇ ਸਪੋਰਟ ਸਿਸਟਮ ਨਹੀਂ ਹੈਗਾ ਸ਼ਹਿਰਾਂ ਚ ਆਪਾਂ ਦੇਖਦੇ ਆਂ ਸ਼ਹਿਰਾਂ ਚ ਘਰ ਦੂਜੇ ਨੂੰ ਨਹੀਂ ਬਣਾਉਂਦਾ ਜਿੱਥੇ ਤੁਸੀਂ ਰਹਿੰਦੇ ਹੋਵੋਗੇ ਜੀ ਹਾਂ ਕੀ ਮੈਂ ਇਸੇ ਕਰਕੇ ਪੁੱਛ ਰਿਹਾ ਪਿੰਡ ਦਾ मीनिंग ਕੀ ਸੀਗਾ ਉਹ ਸਪੋਰਟ ਸਿਸਟਮ ਨੇ ਚਾਹੁੰਦਾ ਰੱਖਿਆ ਨਾ ਉਸ ਪੂਰੀ ਫੈਮਿਲੀ ਨੂੰ ਤੁਹਾਨੂੰ ਮੇਰਾ ਮੇਰਾ इमोਸ਼ਨ ਜੁੜਿਆ ਹੈ ਸ਼ਾਇਦ ਕੋਈ ਐਗਜ਼ਿਟ ਮਾਰ ਜਾਂਦਾ ਲਾਈਫ ਚ ਆਪਾਂ ਨੂੰ ਆਪਾਂ ਪਿੰਡਾਂ ਚ ਆਉਂਦੇ ਆਪਾਂ ਨੂੰ ਪਤਾ ਸਾਡੇ ਤਾਏ ਚਾਚੇ ਬਹੁਤ ਸਾਰੇ ਲੋਕ ਅਸੀਂ ਦੇਖੇ ਜਿਨ੍ਹਾਂ ਨੂੰ ਸਪੋਰਟ ਸੇ ਡਰ ਲੱਗਦਾ ਰਹਿੰਦਾ ਸੀਗਾ ਕਿ ਯਾਰ ਹਰ ਘਰੀ ਕਰਜ਼ਈ ਹੁੰਦਾ ਸੀ ਹਰ ਘਰ ਤੇ ਬਹੁਤ ਸਾਰਾ ਕੁਝ ਹੁੰਦਾ ਸੀ ਮਿਡਲ ਕਲਾਸ ਕਿਸਾਨੀ ਚ ਕੀ ਯਾਰ ਕੋਈ ਇਹੋ ਜਿਹੇ ਕਦਮ ਨਾ ਚੁੱਕ ਲੇ ਬਹੁਤ ਵੱਡੇ ਪੱਧਰ ਤੇ ਇੱਕ ਵਾਰ ਤਾਂ ਸਲਫਾਸ ਆਪਾਂ ਸਾਰਿਆਂ ਨੇ ਦੇਖੀ ਹੈ ਵੀ ਪਿੰਡਾਂ ਦੇ ਘਰਾਂ ਚ ਸਲਫਾਸ ਲੁਕੋ ਕੇ ਰੱਖੀ ਜਾਂਦੀ ਸੀ ਜਿਹੜੀ ਕਣਕ ਨੂੰ ਪਾਈ ਜਾਂਦੀ ਸੀ ਕਿਤੇ ਕੋਈ ਖਾ ਨਾ ਜਾਵੇ ਗੁੱਸੇ ਚ ਆ ਕੇ ਲੜ ਕੇ ਜਾ ਉਹਦੇ ਰੀਜ਼ਨ ਤਾਂ ਇਕਨੋਮਿਕ ਹੀ ਹੁੰਦੀ ਸੀ ਨਾ ਆਪਾਂ ਦੇਖਦੇ ਸੀਗੇ ਜੀ ਬਿਲਕੁਲ ਮੇਰੇ ਫਾਦਰ ਸਾਹਿਬ ਨੇ ਆਪ ਤਾਂ ਮੈਂ ਕਹਿੰਦਾ ਸਪੋਰਟ ਸਿਸਟਮ ਪਿੰਡ ਚ ਹੀ ਮਿਲਣਾ ਸੀ ਸ਼ਹਿਰ ਚ ਤਾਂ ਸਪੋਰਟ ਸਿਸਟਮ ਹੈ ਹੀ ਨਹੀਂਗਾ ਜੀ ਇਸੇ ਕਰਕੇ ਸ਼ਹਿਰਾਂ 'ਚ ਡਿਪਰੈਸ਼ਨ ਜ਼ਿਆਦਾ ਹੈ ਇਸੇ ਕਰਕੇ ਸ਼ਹਿਰਾਂ 'ਚ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀ ਨੇ ਪਿੰਡ ਨਾਲੋਂ ਜੀ ਤਾਂ ਹੁਣ ਵੀ ਉਹ ਉਹੀ ਸਾਰੀ ਯਾਤਰਾ ਸੀ ਤਾਂ ਅੱਜ ਫਾਜ਼ਲ ਸਾਹਿਬ ਹੁਣੀ ਪਿੰਡ ਜਾਂਦੇ ਆ ਤਾਂ ਕੋਈ ਚਲੋ ਅੱਜਕੱਲ ਕੋਈ ਫਾਜ਼ਲ ਸਾਹਿਬ ਕਿਸੇ ਦਾ दारू ਬੰਦ ਦੇ ਕਿਸੇ ਨਾਲ ਕੋਈ ਖੜਦੇ ਆ ਤਾਂ ਆ ਕੇ ਕਹੇ ਮੈਨੂੰ ਦੱਸਦੇ ਆ ਕਿ ਉਹ ਫਲਾਣਾ ਆਏ ਸੀ ਤੇ ਉੱਥੇ ਮੈਂ ਐ ਕਰਿਆ ਤੇ ਕਿੰਨੀ ਖੁਸ਼ੀ ਹੁੰਦੀ ਆ ਮਨ ਨੂੰ ਅੱਜ ਤਾਂ ਐ ਲੱਗਦਾ ਕਿ ਢੇਰ ਲੱਗੇ ਪਏ ਆ ਸਾਹਮਣੇ ਮਾਇਆ ਦੇ ਇੰਨੀ ਮਹਾਰਾਜ ਜਣੀ ਪਤਾ ਨਹੀਂ ਇਹ ਇਮਤਿਹਾਨ ਹੀ ਹੈ ਕਰਪਾ ਨਹੀਂ ਹੈ ਇਹ ਇਮਤਿਹਾਨ ਅੱਜਕੱਲ ਮੇਰੇ ਲਈ ਬਹੁਤ ਵੱਡਾ ਕਿ ਜਦੋਂ ਇੰਨਾ ਆਸੇ-ਪਾਸੇ ਮਾਇਆ ਦਾ ਪਸਾਰ ਹੈ ਸੋ ਸੋ ਮਨ ਨੂੰ ਇੱਕ ਤਸੱਲੀ ਹੁੰਦੀ ਹੈ ਅੰਦਰੋਂ ਇੱਕ opub ਵੀ ਨਿਕਲਦੀ ਹੈ ਸ਼ੁਕਰਾਨਾ ਮਹਾਰਾਜ ਦਾ ਉਦੋਂ ਹੀ ਨਿਕਲਦਾ ਹੈ ਕਿ ਮਹਾਰਾਜ ਅੱਜ ਤੂੰ ਮੇਰੇ ਪਿਆਉ ਨੂੰ ਉਹਨਾਂ ਚ ਬਾ ਰੱਖਿਆ ਕਿ ਅੱਜ ਕਿਸੇ ਦੇ ਦੁੱਖ ਦਾ ਦਾਰੂ ਬਣਦਾ ਤਾਂ ਕਿੰਨੀ ਖੁਸ਼ੀ ਵਾਲੀ ਗੱਲ ਹੈ ਸਵਾਹੀ ਲੈਂਦੇ ਨੇ ਉਹ ਦਿਨ ਸੀ ਜਦੋਂ ਉਹਨਾਂ ਘਰਾਂ ਚੋਂ ਇਸ ਘਰ ਲਈ ਕੁਝ ਪਿਆ ਸੀ ਕਿ ਭਾਈ ਕਿ ਤੂੰ ਸਰਦਾਰ ਬਿਆਨਤ ਸਿੰਘ ਦੇ ਕਿਸੇ ਦੁੱਖ ਦਾ ਦਾਰੂ ਬਣ ਸੋ ਇਵ ਗਿਵ ਐਂਡ ਟੇਕ ਇਅਰ ਸੋ ਬੜੀ ਖੁਸ਼ੀ ਹੈ ਇਸ ਜਰਨੀਆਂ ਕਿ ਮੈਂ ਉਹ ਪੈਸਿਆਂ ਦਾ ਕੁਝ ਕਿੱਥੇ ਜਾਂਦੇ ਨੇ ਮੈਂ ਇਹਨਾਂ ਦੱਸਣਾ ਚਾਹੁੰਨਾ ਨਾ ਕਿੱਥੇ ਜਾਂਦਾ ਉਹ ਪੈਸਾ ਫਿਰ ਮਤਲਬ ਪੈਸਾ ਤੁਸੀਂ ਮੇ ਖਾੜੇ ਲੱਗਦੇ ਨੇ ਪੈਸਾ ਆਉਂਦਾ ਹੋਊਗਾ ਖਾੜੇ ਦਾ ਇੱਕ ਇੱਕ ਖਾੜੇ ਦਾ ਤੁਸੀਂ ਚੰਗੇ ਪੈਸੇ ਲੈਂਦੇ ਹੋਗੇ ਤੁਹਾਡੀ ਟੀਮ ਲੈਂਦੀ ਹੋ ਹਾਂ ਬਿਲਕੁਲ ਬਾ ਬਾਏ ਜਣੀ ਮਹਾਰਾਜ ਜਣੀ ਇਦਾਂ ਹੀ ਰੱਖੇ ਬਸ ਇਹਨਾਂ ਗੱਲਾਂ ਦੇ ਕੋਈ ਜਵਾਬ ਨਹੀਂ ਹੁੰਦੇ ਸੋ ਮੈਂ ਤਾਂ ਆਪ ਕਹਿਣਾ ਕਿ ਜਿਹੜਾ ਅਸੀਂ ਅਕਸਰ ਮੈਂ ਸਟੇਜ 'ਤੇ ਕੇ ਹੱਸ ਦੱਸਦਾ ਇਹ ਗੱਲ ਕਰਦਾ ਹੁੰਦਾ ਕਿ ਜਦੋਂ ਅਸੀਂ ਦੇ ਕੇ ਕੋਈ ਗੁਰਦਾਰੇ 'ਚ 1500 ਦਾ ਪੱਖਾ ਉੱਤੇ ਅੱਧੇ ਡੱਬਰ ਦਾ ਨਾਲ ਖਾ ਦਿੰਦੇ ਤਾਂ ਮੇਰੇ ਗੁਰੂ ਨੇ ਨਹੀਂ ਮੰਨੂਇਆ ਕਿਹਾ ਸੀ ਜਦੋਂ ਅਸੀਂ ਅੱਜ ਕੱਲ ਕਰੋੜ-ਕਰੋੜ ਰੁਪਇਆ ਵਿਆਹਾਂ ਤੇ ਲਾਉਨੇ ਆ ਸੋ ਇਹ ਵੀ ਸਾਡੇ ਗੁਰੂ ਨੇ ਨਹੀਂ ਕਿਹਾ ਜਦੋਂ ਅਸੀਂ ਇੱਕ ਪਿੰਡ ਚ ਪੰਜ-ਪੰਜ ਗੁਰਦੁਆਰਿਆਂ ਵੱਲੋਂ ਤੁਰ ਪੈਨੇ ਆ ਔਰ ਅਸੀਂ ਜਾਨੀ ਲਾਊਡ ਉੱਚੀ ਆਵਾਜ਼ ਚ ਕਹਿੰਨੇ ਆ ਕਿ ਪਿੰਡ ਤੇ ਬੜੀ ਕਿਰਪਾ ਪੰਜ ਗੁਰਦੁਆਰੇ ਸੋ ਇਹ ਵੀ ਸਾਡੇ ਗੁਰੂ ਨੇ ਨਹੀਂ ਕਿਹਾ ਸੀ ਭੋਗਾਂ ਤੇ ਅਸੀਂ ਅੱਜ ਕੱਲ ਸੈਲੀਬ੍ਰੇਟ ਕਰਦੇ ਆ ਲੱਖਾਂ ਰੁਪਏ ਖਰਚ ਕਰਦੇ ਆ ਕਈ ਕਈ ਦਿਨ ਟੈਂਟ ਲੱਗੇ ਰਹਿੰਦੇ ਸਾਡੇ ਗੁਰੂ ਨੇ ਨਹੀਂ ਕਿਹਾ ਸੀ ਸੋ ਮੈਨੂੰ ਲੱਗਦਾ ਕਿ ਜਿਹੜੀ ਜਿਹੜੀ ਇੱਕ ਦੂਜੇ ਦੀ ਮਦਦ ਦੀ ਵੀ ਜਿਹੜੀ ਇਹ ਗੇਮ ਹੈ ਮੈਨੂੰ ਲੱਗਦਾ ਕਿ ਫਲੈਕਸਾਂ ਤੇ ਟੇਢੇ ਹੋ ਕੇ ਹੱਥ ਜੋੜ ਕੇ ਫੋਟੋ ਖਿਚਵਾ ਕੇ ਤੇ ਡੌਂਡੀ ਪਟਣ ਦੀ ਲੋੜ ਹੈ ਲੱਗਦਾ ਕਿ ਇਹ ਇਹ ਗੁਰੂ ਦੀ ਮਾਇਆ ਹੈ ਸੰਗਤ ਦੀ ਮਾਇਆ ਹੈ ਸੋ ਇਹ ਵੀ ਨਹੀਂ ਹੈ ਕਿ ਮੈਂ ਕੋਈ ਦਾਨੀ ਆ ਨਹੀਂ ਐਦਾਂ ਨਹੀਂ ਹੈ ਕੁਝ ਪਰ ਮੈਨੂੰ ਲੱਗਦਾ ਕਿ ਮਹਾਰਾਜ ਦੀ ਮਾਇਆ ਹੈ ਤੇ ਮਹਾਰਾਜ ਦੀ ਗੋਲਕਚੀ ਪਈ ਰਹੇ ਉਥੋਂ ਜਿੱਧਰ ਨੂੰ ਵੀ ਸਪਰੈਡ ਹੁੰਦੀ ਜਾਂਦੀ ਹੈ ਸੋ ਜਾਂਦੀ ਰਹੇ ਹਾਂ ਬਾਕੀ ਇਹ ਵੀ ਨਹੀਂ ਕਿ ਮੈਂ ਕੋਈ ਆਪਦੇ ਲਈ ਨਹੀਂ ਖਰਚਦਾ ਕਰਦੇ ਬਹੁਤ ਸਾਰੇ ਖਰਚੇ ਆ ਵੱਡਾ ਪਰਿਵਾਰ ਹੈ ਹੁਣ ਦੋ ਭਰਾ ਆ ਸੀ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਇੱਕ ਲੱਗਦਾ ਹੈ ਕਿ ਇੱਕ ਖਿਆਲ ਜ਼ਰੂਰ ਚੱਲਦਾ ਹੈ ਕਿ ਮਹਾਰਾਜ ਹੈ ਤੇਰਾ ਸਭ ਕੁਝ ਮੇਰਾ ਤੇ ਕੁਝ ਨਹੀਂ ਹੈ ਯੂਨੀਵਰਸਿਟੀ ਦਾ ਕੀ ਯੋਗਦਾਨ ਰਿਹਾ ਮਤਲਬ ਯੂਨੀਵਰਸਿਟੀ ਆਏ ਤੁਸੀਂ 2005 ਆਏ 24 ਚਾਰਚ ਆ ਗਈ ਸੀ ਹਾਂਜੀ ਹਾਂ ਚਾਰਚ ਤੁਸੀਂ ਆਏ ਤੁਸੀਂ ਨਿਕਲਿਓ ਮੈਨ ਲੱਗਦਾ ਉੱਥੋਂ 2011 ਚ ਬਾਈ 11 ਚ ਰਿਜ਼ਾਈਨ 11 ਚ ਨਿਕਲਿਓ ਇਹਨਾਂ ਸਾਲਾਂ ਦਾ ਮਤਲਬ ਕੀ ਸੀਗਾ ਕਮਰਗਰੇ ਆਲ ਲਈ ਇਹਨਾਂ ਸਾਲਾਂ ਨੇ ਤੁਹਾਨੂੰ ਸ਼ੇਪ ਕਿਵੇਂ ਕੀਤਾ ਕੋਈ ਬੰਦਾ ਸ਼ੇਪ ਹੁੰਦਾ ਨਾ ਕੁਝ ਉਹਨੂੰ ਪਿੰਡ ਸ਼ੇਪ ਕਰਦਾ ਕੁਝ ਥਾਵਾ ਸ਼ੇਪ ਕਰਦਿਆਂ ਨੇ ਕੁਝ ਨਾਂ ਸ਼ੇਪ ਕਰਦੇ ਨੇ ਮੈਨੂੰ ਭਾਈ ਉਡਣਾ ਯੂਨੀਵਰਸਿਟੀ ਨੇ ਸਿਖਾਇਆ ਜਿਹੜਾ ਅਸਮਾਨ ਚ ਕਹਿੰਦੇ ਨੇ ਨਾ ਡਾਰੀਆਂ ਮਾਰਦੇ ਖਿਆਲ ਤੁਹਾਡੇ ਉੱਥੇ ਆ ਕੇ ਜਣੀ ਇੰਨਾ ਕਿ ਉਹ ਕਨਸੈਪਟ ਇੰਨਾ ਕਿ ਵਾਈਡ ਹੋ ਗਿਆ ਸਾਰਾ ਉਹ ਭਾਵੇਂ ਮੇਰੀ ਜਣੀ ਇਸ ਸੰਗੀਤਕ ਜਰਨੀ ਨੂੰ ਲੈ ਕੇ ਸੀ ਤੇ ਭਾਵੇਂ ਹੋਰ ਜਿਵੇਂ ਜਿਵੇਂ ਵੀ ਮੈਂ ਦੁਨੀਆ ਨੂੰ ਦੇਖਦਾ ਸੀ ਵਾਚਦਾ ਸੀ ਸੋ ਘੇਰਾ ਬਹੁਤ ਖੁੱਲ ਗਿਆ ਸੀ ਬਾਕੀ ਰੋਜ਼ ਨੱਚਣਾ ਇਨੀਆਂ ਪਰਫਾਰਮੈਂਸਿਸ ਜਿਹੜੇ ਉੱਥੇ ਮੌਕੇ ਮਿਲਦੇ ਸੀ ਮੈਨੂੰ ਗਾਉਣ ਦਾ ਬੜਾ ਖੁੱਲਿਆ ਮੈਂ ਥੀਏਟਰ ਨੇ ਮੈਨੂੰ ਬਹੁਤ ਕੁਝ ਸਿਖਾਇਆ ਕਿਉਂਕਿ ਥੀਏਟਰ ਇੱਕ ਈਮੋਸ਼ਨ ਦੇ ਤੌਰ ਤੇ ਦੇਖਦਾ ਸੀ ਮੈਂ ਕਿਹਾ ਕਿ ਈਮੋਸ਼ਨ ਹੈ ਜਿਹਦੇ ਵਿੱਚ ਬਹੁਤ ਭਾਵਕ ਐਕਟ ਵੀ ਹੈ ਬਹੁਤ ਅਗਰੈਸਿਵ ਵੀ ਹੈ ਸੋ ਐਕਸ਼ਨ ਵੀ ਹੈ ਸੋ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਮੈਂ ਪਿੱਛੇ ਬੈਕਗ੍ਰਾਉਂਡ ਮਿਊਜ਼ਿਕ ਕਰਦਾ ਸੀ ਮੈਨੂੰ ਲੱਗਦਾ ਸੀ ਕਿ ਮੇਰੇ ਅੰਦਰਲਾ ਹੀ ਕੋਈ ਥੋਰ ਪ੍ਰੋਸੈਸ ਆ ਕੇ ਇਸ ਮਿਊਜ਼ਿਕ 'ਚ ਡਿਜ਼ਾਈਨ ਹੋ ਰਿਹਾ ਸੋ ਸੋ ਬਹੁਤ ਖੁਸ਼ ਅੱਜਕੱਲ ਜਿਵੇਂ ਹੁਣ ਸਟੇਜਾਂ ਤੇ ਆਉਣੇ ਆ ਮੈਂ ਅਕਸਰ ਹੱਸਦਾ ਹਾਂ ਕਈ ਗੱਲ ਇਹ ਕਹਿੰਦਾ ਹਾਂ ਕਿ ਕਿ ਮੈਨੂੰ ਇੱਕ ਆਰਟਿਸਟ ਦੀਆਂ ਤਿੰਨ ਸਟੇਜਾਂ ਲੱਗਦੀਆਂ ਹੁੰਦੀਆਂ ਇੱਕ ਹੁੰਦੀ ਹੈ ਕਿ ਬੈਕ ਬੈਕ ਸਟੇਜ ਖੜਾ ਤੇ ਹੱਥ ਜੋੜੇ ਹੋਏ ਆ ਕਿ ਜੀ ਮਹਾਰਾਜ ਮੈਂ ਸੁਰ ਤੋਂ ਬਾਹਰ ਨਾ ਹੋਵਾਂ ਲੱਤਾਂ ਕੰਬ ਰਹੀਆਂ ਆ ਭੁੱਲਾ ਨਾ ਕੁਝ ਤੇ ਮੈਂ ਆਪਣਾ ਐਕਟ ਕਰ ਜਾ ਫਿਰ ਇੱਕ ਟਾਈਮ ਤੁਹਾਡੇ ਥੋੜਾ ਨਖਰਾ ਹੁੰਦਾ ਜਦੋਂ ਤੁਸੀਂ ਬੈਕ ਸਟੇਜ ਥੋੜੀ ਵੇਟ ਕਰਾਉਂਦੇ ਨਹੀਂ ਆਡੀਅנס ਆ ਲੈਣਦੇ ਹਜੇ ਸਾਜਾਂ ਨੂੰ ਹੋਰ ਸੈੱਟ ਹੋ ਲੈਣਦੇ ਤੇ ਮੈਂ ਫਿਰ ਜਾਊਂਗਾ ਯੂਨੀਵਰਸਿਟੀ ਨੇ ਮੈਨੂੰ ਉਸ ਤੋਂ ਅਗਲਾ ਸਿਖਾਇਆ ਕਿ ਜਦੋਂ ਨਾ ਕੋਈ ਆਡੀਅנס ਦੀ ਚਾਹੀਦਾ ਨਾ ਕੋਈ ਹੋਰ ਤੁਹਾਡੇ ਚ ਈਗੋ ਨਾ ਕੁਝ ਹੋਰ ਸਿਰਫ ਤੁਸੀਂ ਜਦੋਂ ਇੱਕ ਤਾਰਾ ਵੱਜਦਾ ਹੈ ਤੇ ਤੁਹਾਡਾ ਜੀ ਕਰਦਾ ਤੁਸੀਂ ਖੁੱਲਦੇ ਹੋ ਕਿ ਹੁਣ ਮੈਂ ਤਿੰਨ ਘੰਟੇ ਨੱਚਣਾ ਹੈ ਤੇ ਮੁਰਕਾਉਣਾ ਚਾਹੀਦਾ ਮੈਨੂੰ ਮੈਂ ਕੁਝ ਕਰੈਕਟਰ ਆਡੀਅנס ਦੇ ਵਿੱਚੋਂ ਲੈ ਕੇ ਉਹਨਾਂ ਨਾਲ ਮੈਂ ਕੁਝ ਰਿਲੇਸ਼ਨ ਬਣਾਉਣਾ ਹੈ ਉਹਨਾਂ ਨਾਲ ਖੇਡਣਾ ਹੈ ਸੋ ਜਿਸ ਤਰ੍ਹਾਂ ਮੈਂ ਅੱਜ ਕੱਲ ਖੇਡ ਰਿਹਾ ਸਟੇਜਾਂ ਤੇ ਕਿ ਬਹੁਤ ਖੁੱਲੇ ਆਪਣਾ ਪਰਿਵਾਰ ਬਣਾ ਕੇ ਇਸ ਆਡੀਅנס ਨੂੰ ਮੈਂ ਉਹਨਾਂ ਨਾਲ ਸਾਰੀਆਂ ਗੱਲਾਂ ਕਰ ਜਾਣਾ ਸੋ ਯੂਨੀਵਰਸਿਟੀ ਦੀ ਹੀ ਦਾਤ ਹੈ ਕਿ ਜਿਹੜੀਆਂ ਇਹ ਚੀਜ਼ਾਂ ਮੈਂ ਸਾਰੀਆਂ ਉੱਥੇ ਪਰਫਾਰਮੈਂਸਾਂ ਕਰਦਾ ਕਰਦਾ ਭਾਵੇਂ ਥੀਏਟਰ ਦੀਆਂ ਸੀ ਭਾਵੇਂ ਮੇਰੇ ਸਿੰਗਿੰਗ ਲਾਈਨ ਦੀਆਂ ਸੀ ਸੋ ਕਰਦਾ ਕਰਦਾ ਇੰਨਾ ਖੁੱਲਿਆ ਕਿ ਹੁਣ ਮੈਂ ਮੈਨੂੰ ਕੋਈ ਸਟ੍ਰੈਸ ਨਹੀਂ ਸਟੇਜ ਦੀ ਨਾ ਕੋ ਬੋਝ ਬਹੁਤ ਮਾਣਦਾ ਮੈਂ ਸਟੇਜ ਨੂੰ ਨਾਵਾਂ ਤੇ ਥਾਵਾਂ ਦਾ ਹਮੇਸ਼ਾ ਥਾਂ ਦੀ ਤੁਸੀਂ ਗੱਲ ਕਰਤੀ ਜੀ ਨਾਵਾਂ ਦਾ ਵੀ ਬੜਾ ਰੋਲ ਹੁੰਦਾ ਕਈ ਵਾਰ ਕੋਈ ਨਾਂ ਇਹ ਜੀ ਸੀ ਯੂਨੀਵਰਸਿਟੀ ਜਿਨ੍ਹਾਂ ਨੇ ਤੁਹਾਨੂੰ ਟੌਪਰ ਟੀਚਰਾਂ ਚ ਤੁਹਾਡੇ ਸੰਗੀਤ ਸਾਥੀਆਂ ਚ ਮਿਊਜ਼ਿਕ ਚ ਥੀਏਟਰ ਚ ਕੋਈ ਨਾਲ ਨਾ ਚਾਹਨੇ ਹੋ ਬਹੁਤ ਖੂਬਸੂਰਤ ਗੱਲ ਹੈ ਬਾਈ ਜੀ ਕੋਈ ਕਾਕੇਕੌਤ ਕੀ ਵਰਗੇ ਹਨ ਹੋਰਾਂ ਨੂੰ ਸਾਰੇ ਨੂੰ ਮੈਂ ਵੀ ਜਾਣਦਾ ਉਹ ਹੀ ਤੁਹਾਡੇ ਸੀਨੀਅਰ ਸੀ ਉਹ ਜੇ ਮੇਰੇ ਤੋਂ ਸੀਨੀਅਰ ਸੀਗੇ ਕਾਕਾ ਬਾਈ ਹਣੀ ਦੇਖੋ ਪਹਿਲਾਂ ਤਾਂ ਆਏ ਸੀ ਬਾਈ ਜਿਸ ਅਧਾਰੇ ਚ ਜਿਸ ਡਿਪਾਰਟਮੈਂਟ ਚ ਪੜਨ ਗਏ ਸੀ ਸੋ ਮਿਊਜ਼ਿਕ ਦਾ ਸੀ ਮੈਂ ਵੋਕਲ ਸੀਗਾ ਸੋ ਮੇਰੇ ਉਸਤਾਦ ਸਾਰੇ ਸਾਰੇ ਜਸਪਾਲ ਜੀ ਮਦਰ ਨਵੇਦਤਾ ਜੀ ਡਾਕਟਰ ਗਿਲ ਸਾਹਿਬ ਡਾਕਟਰ ਗੁਰਨਾਮ ਜੀ ਸੋ ਸਾਰੇ ਇਹ ਮੇਰੇ ਉਸਤਾਦ ਮੇਰੇ ਗੁਰੂ ਸੀ ਉਹ ਜਿਹਨਾਂ ਤੋਂ ਮੈਂ ਸਿੱਖਿਆ ਮਿਊਜ਼ਿਕ 'ਚ ਤੇ ਜਦੋਂ ਥੀਏਟਰ ਵਾਲੇ ਪਾਸੇ ਮੈਂ ਗਿਆ ਤਾਂ ਉਧਰ ਮੈਡਮ ਸਾਡੇ ਡਾਕਟਰ ਸੁਨੀਤਾ ਧੀਰ ਡਾਕਟਰ ਗੁਰਚਰਨ ਜੀ ਡਾਕਟਰ ਗੰਭੀਰ ਜੀ ਸੋ ਧੀਰ ਮੈਡਮ ਉਹ ਤੋਂ ਹੈਡ ਸੀਗੇ ਸੋ ਪਹਿਲਾ ਸ਼ਿਵ ਕੁਮਾਰ ਦਾ ਲੂਣਾ ਹੀ ਸੀ ਜਿਹੜਾ ਮੈਂ ਮਿਊਜ਼ਿਕ ਕੀਤਾ ਸੀ ਜਿਸ ਨਾਟਕ ਦਾ ਸੋ ਪਹਿਲਾ ਹੀ ਸਮੁੰਦਰ ਸੀ ਮੇਰੇ ਲਈ ਕਿਉਂਕਿ ਉਹ ਸਾਰਾ 뮤지컬 ਹੀ ਸੀ ਸੋ ਕਾਫ ਸੀ ਸਾਰਾ ਕਿ ਤਾਂ ਉਧਰ ਉਹ ਸੀ ਤੇ ਬਾਕੀ ਮੇਰੇ ਦੋਸਤ ਬਾਈ ਜਿਹੜਾ ਬਹਿਲ ਮੈਡਮ ਵੀ ਰਿਟਾਇਰ ਹੋ ਗਈ ਸੀ ਬਹਿਲ ਮੈਡਮ ਬਹਿਲ ਮੈਡਮ ਮੇਰੇ ਕਾ ਬਿਲਕੁਲ ਲਾਸਟ ਯੀਅਰ ਜਦੋਂ ਸੀ ਮੇਰੇ ਹੁੰਦੇ ਆ ਪਰ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਆਉਂਦੇ ਰਹੇ ਕੋਕਰਾਂ ਦਾ ਰਤਬਾ ਸੀ ਸਾਰਾ ਡਿਪਾਰਟਮੈਂਟ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਸੋ ਉਹਨਾਂ ਚ ਕਾਬਲੀਅਤ ਇੰਨੀ ਸੀ ਕਿ ਬਾਅਦ ਚ ਵੀ ਵਰਕਸ਼ਾਪਾਂ ਚ ਆਉਂਦੇ ਰਹੇ ਹੋ ਤੇ ਬਾਕੀ ਤੁਸੀਂ ਨਾਵਾਂ ਦਾ ਜ਼ਿਕਰ ਕੀਤਾ ਨਾ ਭਾਈ ਮੇਰੇ ਦੋਸਤ ਸਾਰੇ ਮੇਰੇ ਮੇਰੇ ਦੋਸਤਾਂ ਦਾ ਮੈਨੂੰ ਬਹੁਤ ਆਸਰਾ ਰਿਹਾ ਅ ਅਸੀਂ ਰੱਜ ਕੇ ਸ਼ਰਾਰਤੀ ਸੀ ਸਾਰੇ ਮੇਰੇ ਬੋਸ ਲਈ ਦੋਸਤ ਜਿਹੜੇ ਯੂਨੀਵਰਸਿਟੀ ਵਾਲੇ ਬਣਿਆ ਕਿ ਮਲੇਰਕੋਟਲਾ ਬੈਲਟ ਦੇ ਬਣਿਆ ਉਹ ਭਾਵੇਂ ਚੈਣਾ ਸੀ ਬਾਈ ਸੱਤੀ ਸੀ ਪੀਤਾ ਸੀ ਪੰਗੂ ਸੀ ਕਾਂਤੀ ਸੀ ਜੱਸਾ ਸੀ ਗੋਰਾ ਸੀ ਮੇਰਾ ਵੀਰ ਕਲਗੀਰੀ ਤੋਂ ਅਮਰ ਸੀ ਸੋ ਸਾਰੇ ਮੇਰੇ ਦੋਸਤ ਗਰਮੀਤ ਬਾਬਾ ਸਾਡਾ ਸੁੱਖਾ ਅਸੀਂ ਫੁੱਫੜ ਕਹਿੰਦੇ ਹੁੰਦੇ ਸੀ ਪਿਆਰ ਨਾਲ ਸੋ ਮੇਰੇ ਸਾਰੇ ਦੋਸਤ ਪਾਲੇ ਵੀਰ ਹੋਣੀ ਸੋ ਇਹ ਸਾਰੇ ਮੇਰੇ ਅਸੀਂ ਇਹ ਇਹ ਮਾ ਨਾ ਉਹ ਲੈ ਹੈ ਜਿਹੜੇ ਅਸੀਂ ਦਿਨ ਰਾਤ ਇਕੱਠੇ ਸੀ ਕਿ ਕਈ ਵਾਰੀ ਮੈਂ ਪੀਤੇ ਦੇ ਉੱਪਰ ਸੁੱਤਾ ਪਿਆ ਇੱਕੇ ਕਮਰੇ ਚ ਪਏ ਸੱਤ ਅੱਠ ਜਣੇ ਆ ਜਗ੍ਹਾ ਘਟਾ ਉੱਪਰ ਹੀ ਪੈ ਗਏ ਤੇ ਤੜਕੇ ਉੱਪਰ ਉੱਠਿਆ ਮੈਂ ਸੋ ਮੇਰੇ ਉਹ ਦੋਸਤ ਅੱਜ ਵੀ ਬਹੁਤ ਸਾਰੇ ਕੈਨੇਡਾ ਚਲੇ ਗਏ ਬਹੁਤ ਸਾਰੇ ਅਸੀਂ ਇੱਥੇ ਆ ਸੋ ਬੜਾ ਸਾਨੂੰ ਵੀਰ ਸਿਓ ਸਾਡਾ ਮੇਰਾ ਭਰਾ ਗਗਨਾ ਬਾਅਦ ਚ ਜੁਆਇਨ ਕੀਤਾ ਉਹਨੇ ਸਾਨੂੰ ਸੋ ਮੇਰੇ ਮੇਰੇ ਦੋਸਤਾਂ ਦਾ ਬਹੁਤ ਉਹਨਾਂ ਨੇ ਮੈਨੂੰ ਬਹੁਤ ਗਵਾਇਆ ਬਹੁਤ ਰੱਜ ਕੇ ਲਾਲੀ ਹੋਰਾਂ ਨੇ ਬਹੁਤ ਗਵਾਇਆ ਤੇ ਦਿਨ ਰਾਤ ਗਵਾਉਂਦੇ ਸੀ ਮਹਿਫਲਾਂ ਦੇ ਗਿਆਕ ਹੁੰਦੇ ਸੀ ਹਾਂ ਬਾਈ ਮਹਿਫਲਾਂ ਮਹਿਫਲਾਂ 'ਚ ਮੈਂ ਹੀ ਗੱਲ ਕਹਿਣ ਲੱਗਾ ਸੀ ਰਾਤ ਦੀਆਂ ਮਹਿਫਲਾਂ ਕਿਉਂਕਿ ਉਦੋਂ ਅਸੀਂ ਸਾਰੇ ਬਾਈ ਜਾਨੀ ਉਹ ਵੀ ਜ਼ਿਆਦਾਤਰ ਰਾਤ ਦੀਆਂ ਮਹਿਫਲਾਂ 'ਚ ਮੈਂ ਰਹੇ ਹਾਂ ਹਾਂ ਬਾਈ ਹਾਂ ਬਾਈ ਦੋਸਤਾਂ ਨਾਲ ਇਹ ਸੀ ਕਿ ਖਾ ਪੀ ਲੈਂਦੇ ਸੀ ਉਦੋਂ ਸਾਰੇ ਚਲੋ ਬੜਾ ਮੋਟਾ ਕੁਸ਼ਕਲ ਕਰਦੇ ਸੀ ਤਾਂ ਤਾਂ ਜਿਹੜਾ ਹੋਸਟਲ ਦੀ ਬਾਲਕਨੀ ਹੁੰਦੀ ਸੀ ਤਾਂ ਉੱਥੇ ਰਾਤ ਨੂੰ ਫਰੇ ਹੁੰਦਾ ਸੀ ਕਿ ਅਸੀਂ ਤਾਂ ਸਾਰੇ ਹੁੰਦੇ ਹੁੰਦੇ ਸੀ ਆਸੇ ਪਾਸੇ ਦਾ ਸਾਰਾ ਹੋਸਟਲ ਆ ਕੇ ਬਹਿ ਜਾਂਦਾ ਜਗ੍ਹਾ ਘੱਟ ਪੈ ਜਾਂਦੀ ਸੀ ਫਿਰ ਉੱਥੇ ਢੋਲ ਕੀ ਸਾਰੇ ਕੋਈ ਹੁੰਦੇ ਸੀ ਕੋਈ ਗਰਮਤ ਸੰਗੀਤ ਵਾਲੇ ਮੁੰਡੇ ਵੀ ਸਾਡੇ ਭਰਾ ਆ ਜਾਂਦੇ ਸੀ ਮਿਊਜ਼ਿਕ ਵਾਲੇ ਹੁੰਦੇ ਸੀ ਕਿਸੇ ਨੂੰ ਢੋਲ ਕਾਉਂਦੀ ਸੀ ਵਿਕਰਮ ਗਿਟਾਰ ਰਾਜਵੀਰ ਜਵੰਦਾ ਹੂੰ ਹੂੰ ਤਾਂ ਉਦੋਂ ਪੜਦਾ ਹੁੰਦਾ ਸੀ ਤਾਂ ਇਹਨੇ ਤੂੰ ਵੀ ਵਜਾਉਣੀ ਮੇਰੇ ਨਾਲ ਨਾਲ ਮੇਰੇ ਗਾਉਣਾ ਆਵਾਜ਼ ਲਾਉਣੀ ਸੁਖਲਵਿੰਦਰ ਬਿੱਲਾ ਮੇਰਾ 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 ਹਮਸਫਰੀ ਉਸ ਨਾਲ ਹੀ ਸੀ ਮੇਰਾ ਸੋ ਮੇਰੇ ਨਾਲ ਦਾ ਹੀ ਸੀ ਅਸੀਂ ਮਤਲਬ ਸੇਮ ਗਾਣੇ ਕੁਲਵਿੰਦਰ ਦਾ ਗਾਣਾ ਆਇਆ ਮੇਰਾ ਕਾਲੇ ਰੰਗ ਦਾ ਯਾਰ ਤੇ ਮੇਰਾ ਕਾਲੇ ਮਿੱਤ ਨੂੰ ਕੁੜੀਆਂ ਕਹਿੰਦੀਆਂ ਮੇਰਾ ਕਾਲੇ ਰੰਗ ਦਾ ਯਾਰ ਹਨਾ ਹਾਂਜੀ ਨੂੰ ਕੁੜੀਆਂ ਕਹਿੰਦੀਆਂ ਤੇਰਾ ਕਾਲੇ ਰੰਗ ਦਾ ਯਾਰ ਤੋਡਾ ਆਇਆ ਅੱਖਾਂ ਮੇਂ ਲਾਦਾ ਅੱਖਾਂ ਬਾਈ ਉਸ ਤੋਂ ਬਾਅਦ ਆਇਆ ਉਹ ਪਹਿਲਾਂ ਆਇਆ ਜੀ ਕਿਉਂਕਿ ਕੁਲਵਿੰਦਰ ਜੀ ਦਾ ਟੇਪ ਜਿਹੜੀ ਮੇਰਾ ਦੇਸ਼ ਹੋਵੇ ਪੰਜਾਬ ਹੂੰ ਹੂੰ ਉਹ ਐਲਬਮ ਆ ਗਈ ਸੀ ਮਕਬੂਲ ਸੀ ਬਹੁਤ ਜ਼ਿਆਦਾ ਉਸ ਤੋਂ ਅਗਲੀ ਟੇਪ ਵੀ ਆ ਗਈ ਸੀ ਤਾਂ ਮੇਰੇ ਖਿਆਲ ਚ ਕੁਲਵਿੰਦਰ ਤੇ ਬਾਈ ਸਤਿੰਦਰ ਸਰਤਾਜ ਇਹ ਇਹ ਦੋਨੇ ਬਰਾਬਰ ਜੇ ਆਏ ਆ ਮੈਂ ਇਹਨਾਂ ਤੋਂ 4-5 ਸਾਲ ਦੇ ਵਕਫੇ 'ਚ ਆ ਹੂੰ ਜੀ ਕਦੇ ਜੀ ਕਰਦਾ ਵੀ ਉਸੇ ਹੋਸਟਲ ਜਾ ਕੇ ਬੈਠੀਏ ਉਸੇ ਹੋਸਟਲ 'ਚ ਕਦੇ ਮਹਿਫਿਲ ਲਾਈ ਬਾਅਦ ਚੋ ਜਾ ਕੇ ਅਨੇ ਹੋਸਟਲ ਤਾਂ ਜੈ ਸ਼ੈਰੀ ਮੈਂ ਇਮੇਜਨ ਕਰਦਾਗਾ ਕਿ ਮੈਨੂੰ ਹੋਸਟਲ ਵਾਲਾ ਕਮਰਾ ਦੇ ਦਿਓ ਮੈਨੂੰ ਐ ਕਰ ਦਿਓ ਕਮਰ ਨਹੀਂ ਇਮੇਜਨ ਕਰਦਾ ਨਹੀਂ ਭਾਈ ਪਤਾ ਕੀ ਹੈ ਇਹ ਥਾਵਾਂ ਵੀ ਆਪਦੇ ਦੋਸਤਾਂ ਨਾਲ ਹੀ ਹੁੰਦੀਆਂ ਨੇ ਹੁਣ ਮੇਰੇ ਦੋਸਤ ਕਦੇ ਕਰ ਦਿਓ ਰੀਯੂਨੀਅਨ ਕਰੀਏ ਯਾਰ ਉਹੀ ਦੋਸਤ ਉਸੇ ਕਮਰੇ 'ਚ ਹੋਣ ਕਿਤੇ ਲਾਈਏ ਮਹਿਫਲ ਨਹੀਂ ਅਸੀਂ ਸਾਰੇ ਅਕਸਰ ਬਹਨੇ ਆ ਭਾਈ ਮੇਰੇ ਦੋਸਤ ਸਾਰੇ ਅਸੀਂ ਜਿੰਨੇ ਵੀ ਆ ਬਾਹਰ ਹੁਣ ਕ ਮਨਕਤ ਲੋ 1 2 3 4 5 6 7 ਉੱਥੇ ਕੈਨੇਡਾ ਨੇ 6 7 ਅਸੀਂ ਇੱਥੇ ਹੈਗੇ ਸੋ ਅਸੀਂ ਹੁਣ ਵੀ ਆ ਥੋੜੇ ਜਿਹਾ ਨਹੀਂ ਹੋਏ ਆ ਉਹਦੇ ਕਈ ਦਿਨਾਂ ਦੇ ਪ੍ਰੋਗਰਾਮਾਂ ਤੋਂ ਬਾਅਦ ਮੇਰੇ ਕੋਲ ਇੱਕ ਦਿਨ ਦੀ ਵੇਲ ਸੀ ਤਾਂ ਉਸ ਦਿਨ ਹੀ ਅਸੀਂ ਸਾਰੇ ਇਕੱਠੇ ਬੈਠੇ ਸੋ ਹੁਣ ਵੀ ਜਦੋਂ ਬਾਹਰ ਲਿਆ ਜਾਂਦੇ ਆ ਤੇ ਮੈਨੂੰ ਲੱਗਦਾ ਅਸੀਂ ਮਹੀਨੇ 'ਚ ਭਾਈ ਇੱਕ ਵਾਰ ਟੂਰ ਬਣਾਉਣੇ ਆ ਉਹ ਮਿਲਦੇ ਅਸੀਂ ਮਹੀਨੇ 'ਚ ਕਈ-ਕਈ ਵਾਰੀ ਆ ਫੋਨ ਹੈ ਤੇ ਫੋਨ ਤੇ ਕਈ ਵਾਰੀ ਗੱਲ ਹੁੰਦੀ ਆ ਜਿਵੇਂ WhatsApp ਤੇ ਗਰੁੱਪਾਂ ਦੇ ਵਿੱਚ ਅੱਜਕੱਲ੍ਹ ਕਈ ਬੰਦੇ ਇਕੱਠੇ ਗੱਲਾਂ ਕਰ ਲੈਂਦੇ ਆ ਉਦਾਂ ਕਿਤੇ ਗੱਲਾਂ ਤੁਰ ਪੀਆਂ ਗੱਲਾਂ ਕਰੀਆਂ ਥੋੜੇ ਵਾਲਾ ਦ ਦੌਰ ਆ ਜਿਹੜਾ ਯੂਨੀਵਰਸਿਟੀ ਵਾਲਾ ਉਹ ਵਿਦਿਆਰਥੀ ਰਾਜਨੀਤੀ ਉਦੋਂ ਫੀਸਾਂ ਵਧੀਆਂ ਸੀਆਂ ਤੁਹਾਡੇ ਯਾਦ ਆ ਮੈਂ ਗ੍ਰੈਜੂਏਸ਼ਨ ਚ ਹੁੰਦਾ ਸੀ 2003 ਤੋਂ 5 ਮੈਂ ਗ੍ਰੈਜੂਏਸ਼ਨ ਕੀਤੀ ਮੇਰੇ ਇੰਨਾ ਚਿੱਤੇ ਆ 700 5 ਦੇ ਅੰਦਰ ਫੀਸਾਂ ਦੀ ਸਟ੍ਰਗਲ ਹੋਈ ਸੀ ਪਿਆਬ ਯੂਨੀਵਰਸਿਟੀ ਪਟਿਆਲਾ ਮੇਰੇ ਇੰਨਾ ਜਿਆਦਾ ਬਾਈ ਸਟਾਮੇ ਹੋਰੀ ਲੀਡਰ ਹੁੰਦੇ ਸੀ 6700 ਰੁਪਏ ਹੁੰਦਾ ਸੀ ਮੇਰੇ ਸੀ ਦਾ ਹਰਮਿੰਦਰ ਹੁੰਦਾ ਸੀਗਾ ਜੀ ਤੇ ਉਹ ਦੌਰ ਚ ਬਹੁਤ ਸਾਰੀਆਂ ਜਥੇਬੰਦੀਆਂ ਸੀਗੀਆਂ ਜੀ ਕਾਮਰੇਡਾਂ ਦੀਆਂ ਬਹੁਤ ਸੀਗੀਆਂ ਸਿੱਖਾਂ ਦੀ ਵੀ ਸੀ ਏਐਸਐਫਾ ਪਰਮਜੀਤ ਗਾਜੀ ਹੋਰੀ ਜੀ ਜਿਹੜੀ ਫੈਡਰੇਸ਼ਨ ਉੱਥੇ ਹੁੰਦੀ ਸੀਗੀ ਤੇ ਫਿਰ ਹੋਰ ਵੀ ਉਹ ਦੌਰ ਸੀ ਜਿਹੜੀਆਂ ਫਲੈਕਸ ਬੋਰਡ ਵਾਲੀਆਂ ਜਥੇਬੰਦੀਆਂ ਵੀ ਉਦੋਂ ਸੋਈ ਉਦੋਂ ਬਣੀ ਫਿਰ ਵਾਈਓਆਈ ਬਣੀ ਉਹ ਕੁਝ ਦੱਸੋ ਯਾਦਾਂ ਉਸ ਦੁਆਰ ਦੀਆਂ ਜਿਹੜਾ ਵਾਈ ਉਹ ਤੇ ਮੈਂ ਬਾਅਦ 'ਚ ਆਉਣਾ ਪਹਿਲਾਂ ਪਹਿਲਾਂ ਯੂਨੀਵਰਸਿਟੀ ਦੀ ਸਟੂਡੈਂਟ ਪੋਲਿਟਿਕਸ ਬਾਰੇ ਦੱਸੋ ਉਹ ਫਿਰ ਮੈਂ ਵਾਈ ਉਹ ਤੇ ਬਾਅਦ 'ਚ ਆਉਂ ਬਾਈ ਮੈਨੂੰ ਇੰਨਾ ਜ਼ਰੂਰ ਪਤਾ ਸੀ ਕਿ ਉਦੋਂ ਇਸ ਤਰ੍ਹਾਂ ਦੀਆਂ ਸਰਗਰਮੀਆਂ ਹੁੰਦੀਆਂ ਪਰ ਆਨੈਸਟਲੀ ਮੇਰਾ ਕੋਈ ਮੇਰੀ ਇਨਵੋਲਵਮੈਂਟ ਨਹੀਂ ਸੀ ਕੋਈ ਕਿਉਂਕਿ ਸਾਡਾ ਤਾਂ ਕਲਚਰ ਨੂੰ ਲੈ ਕੇ ਜਾਨੀ ਇਧਰ ਸੰਗੀਤ ਵਾਲੇ ਪਾਸੇ ਨੂੰ ਲੈ ਕੇ ਮੈਂ ਬਹੁਤ ਜਾਨੀ ਬਿਜ਼ੀ ਸੀ ਤੇ ਰੈਸਟੋਰੈਂਟਾਂ 'ਚ ਗਾਉਣ ਵੀ ਜਾਣਾ ਸੀ ਪੈਸੇ ਵੀ ਕਮਾਉਣੇ ਸੀ ਘਰੇ ਵੀ ਭੇਜਣੇ ਸੀ ਮੈਸ ਦਾ ਬਿੱਲ ਵੀ ਭਰਨਾ ਸੀ ਉਸ ਤੋਂ ਬਾਅਦ ਥੀਏਟਰ ਡਿਪਾਰਟਮੈਂਟ ਦੀਆਂ ਰਸਲਾ ਵਰਕਸ਼ਾਪਾਂ ਉਹਨਾਂ ਦੀਆਂ ਉਧਰ ਨਾਟਕਾਂ ਦੀਆਂ ਦੋ ਦੋ ਮਹੀਨੇ ਰਸਲਾ ਫਿਰ ਪਰਫਾਰਮੈਂਸ ਆ ਉਸ ਤੋਂ ਬਾਅਦ ਮੇਰਾ 뮤직 ਡਿਪਾਰਟਮੈਂਟ ਆਪਣਾ ਉਸ ਤੋਂ ਬਾਅਦ ਮੇਰੇ ਦੋਸਤ ਮਿੱਤਰ ਇਹਨਾਂ ਚ ਗੀਤ ਸੰਗੀਤ ਤਾਂ ਮੈਨੂੰ ਲੱਗਦਾ ਕਿ ਮੈਂ ਬਹੁਤ ਇੱਕ ਐਸੀ ਭਾਈ ਮੇਰੀ ਤਰ੍ਹਾਂ ਮੰਨ ਕੇ ਚੱਲੋਗੇ ਯੂਨੀਵਰਸਿਟੀ ਦੇ ਕੁੱਤੇ ਤੋਂ ਲੈ ਕੇ ਤੇ ਬਿਲਕੁਲ ਉੱਪਰ ਤੱਕ ਸਭ ਨਾਲ ਜਾਨੀ ਮੇਰੇ ਸਾਰੇ ਸਾਰੇ ਮੈਨੂੰ ਜਾਣਦੇ ਸੀ ਮੇਰੀ ਪਛਾਣ ਇਹ ਸੀ ਜੇ ਨਵੇਂ ਬੰਦੇ ਨੂੰ ਕਿਸੇ ਨੇ ਫੋਨ ਕਰਕੇ ਦੱਸਣਾ ਉਹ ਵੀ ਕਮਰ ਨੂੰ ਕਿਵੇਂ ਲੱਭਣਾ ਤਾਂ ਹੀ ਦੱਸਣਾ ਹੁੰਦਾ ਸੀ ਵੀ ਉਹਦੇ ਹਾਰਾ ਪਰ ਨਾ ਜਿਆਦਾ ਮੋੜੇ ਤੇ ਹੂ ਜਾਂ ਬੰਨਿਆ ਹੂ ਤੇ ਸਰਦੀਆਂ ਚ ਹਾਰੇ ਰੰਗ ਦਾ ਇੱਕ ਮੇਰੇ ਕੋਲ ਚੈੱਕ ਵਾਲਾ ਕੋਟ ਹੁੰਦਾ ਸੀ ਉਹ ਕੋਟਰ ਤੇ ਪਾਇਆ ਹੂ ਪਹਿਲਾਂ ਤੁਹਾਡੇ ਵਾਲ ਮੇਲੇ ਵੱਡੇ ਵੱਡੇ ਹੁੰਦੇ ਫਿਰ ਤੁਸੀਂ ਬਹੁਤ ਬਰੀਕ ਵਾਲ ਰੱਖ ਲਏ ਬਹੁਤ ਛੋਟੇ ਕਰਾ ਤੋ ਮੇਰੀ ਯਾਦ ਆ ਜੀ ਤਾਂ ਉਹ ਕੋਟ ਪਾਇਆ ਹੂ ਪਹਿਰਾ ਚੱਪਲਾ ਪਾਈਆਂ ਹੋਣਗੀਆਂ ਤੇ ਬਸ ਉਹ ਇੱਥੇ ਕਿਤੇ ਜਿਆਦਾ ਕਿਸੇ ਕੁੱਤੇ ਕੋਲੇ ਬੈਠਾ ਹੂ ਤੇ ਜਾ ਕਿਤੇ ਇਕੱਲਾ ਬੈਠਾ ਕਿਤੇ ਗਾਈ ਜਾਂਦਾ ਹੂ ਦੋਸਤਾਂ ਮਿੱਤਰਾਂ ਕੋਲੇ ਫਿਰਦਾ ਹੂ ਜਾਂ ਇੱਕ ਥੀਏਟਰ ਮਿਊਜ਼ਿਕ ਡਿਪਾਰਟਮੈਂਟ ਦੇ ਪਿੱਛੇ ਹਾਂਜੀ ਡਫਲੀ ਲੈ ਕੇ ਜੀ ਬਿਲਕੁਲ ਬਿਲਕੁਲ ਉੱਥੇ ਰਸਲਾ ਕਰੀ ਜਾਂਦਾ ਯਾ ਭਗਵਾਨ ਸੋ ਇਸ ਤਰ੍ਹਾਂ ਦਾ ਹੀ ਮੇਰਾ ਸਿਸਟਮ ਜਾ ਸੀ ਤੇ ਪਰ ਮੇਰਾ ਉਥੇ ਰਾਜਨੀਤੀ ਨੂੰ ਲੈ ਕੇ ਨਹੀਂ ਕੋਈ ਇਸ ਤਰ੍ਹਾਂ ਕੋਈ ਰਿਆ ਇਹ ਇਹ ਤੁਹਾਡੇ ਯਾਦ ਨਹੀਂ ਹੈ ਜਦੋਂ ਫੀਸਾਂ ਵਾਲੀ ਸਟਰਗਲ ਹੋਈ ਹੈ ਨਹੀਂ ਬਾਈ ਨਹੀਂ ਮੇਰੇ ਤੁਸੀਂ ਆਪਦਾ ਮਿਊਜ਼ਿਕ ਚ ਡੁੱਬੇ ਹੋਏ ਸੀ ਆਪਦਾ ਥੀਏਟਰ ਚ ਡੁੱਬੇ ਹੋਏ ਸੀ ਉਦੋਂ ਤੱਕ ਸਾਰੇ ਯੂਨੀਵਰਸਿਟੀ ਉਸ ਰੰਗ ਚ ਰੰਗੀ ਗਈ ਸੀ ਬੋਪਾਰਾਏ ਸਾਹਿਬ ਵੀ ਸੀ ਹੁੰਦੇ ਸੀ ਤੁਹਾਡੇ ਯਾਦ ਹੋਵੇ ਸਵਰਨ ਸਿੰਘ ਬੋਪਾਰਾਏ ਵੀ ਸੀ ਹੁੰਦੇ ਸੀ ਜੀ ਮੇਰਾ ਬੜਾ ਹੋਰ ਬੜੀਆਂ ਤਿੱਖੀਆਂ ਸਟੇਟਮੈਂਟਾਂ ਹੁੰਦੇ ਸੀ ਮੇਰੇ ਆ ਦਾ ਸਾਡੇ ਦੋਸਤਾਂ ਨੇ ਗੱਲ ਸੁਣਾਈ ਮੈਂ ਤਾਂ ਨਹੀਂ ਆਇਆ ਸੀ ਕਹਿੰਦੇ ਬੋਪਾਰਾਏ ਸਾਹਿਬ ਕਹਿੰਦੇ ਕੰਮਲੇਟ ਬੜਾ ਕਹਿੰ ਕੁਛ ਨਹੀਂ ਪੜਿਆ ਦੱਸੋ ਮੇਰੇ ਨਾਲ ਅਗਲੀ ਗੱਲ ਕਰੋ ਐਨੇ ਸਖਤ ਬੀਸੀਸੀ ਬੋਪਰਾਏ ਬੜੇ ਪੰਗੇ ਪਾਏ ਬੋਪਰਾਏ ਨਾਲ ਲੋਕਾਂ ਦੇ ਮੈਨੂੰ ਬਹੁਤ ਪਿਆਰ ਕਰਦੇ ਸੀ ਉਹਪਰਾਏ ਸਾਹਿਬ ਵੇਲੇ ਸੀ ਨਾ ਫਿਰ ਜਸਪਾਲ ਜੀ ਆਇਆ ਜੀ ਹਨਾ ਜੀ ਕੈਪਟਨ ਦੀ ਸਰਕਾਰ ਚ ਬੋਪਰਾਏ ਜੀ ਫਿਰ ਕਾਲੀ ਦਲ ਦੀ ਸਰਕਾਰ ਆਈ ਫਿਰ ਡਾਕਟਰ ਜਸਪਾਲ ਆਏ ਹਾਂਜੀ ਮੇਰਾ ਦੋਨਾਂ ਨਾਲ ਹੀ ਬਹੁਤ ਪਿਆਰ ਸੀ ਮੈਨੂੰ ਬੋਪਰਾਏ ਸਾਹਿਬ ਵੀ ਔਰ ਉਹਨਾਂ ਦੇ ਘਰੋਂ ਮੈਡਮ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਐਦਾਂ ਡਾਕਟਰ ਜਸਪਾਲ ਬੋਪਰਾਏ ਸਾਹਿਬ ਨਾਲ ਕਾਮਰੇਡਾਂ ਦਾ ਜ਼ਿਆਦਾ ਪੰਗਾ ਰਿਹਾਗਾ ਉਹ ਫੈਡਰੇਸ਼ਨ ਵਾਲਿਆਂ ਦਾ ਥੋੜਾ ਮੰਜਪੁਰ ਵੀ ਉਹ ਸਾਰੇ ਉੱਥੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀਗੇ ਵੀ ਦੇਖੋ ਜੀ ਹਨਾ ਫਿਰ ਇਹਨਾਂ ਉਹ ਤੇ ਐਲੀਗੇਸ਼ਨ ਵੀ ਲਾਏ ਕਿ ਦੇਖੋ ਜੀ ਇਹ ਤਾਂ BC ਨਾਲ ਮਿਲ ਕੇ ਹੁੰਦਾ ਨਾ ਯੂਨੀਵਰਸਿਟੀ ਦੀ ਪੋਲਿਟਿਕਸ ਕੋਈ ਕਹਿੰਦਾ ਇਹ BC ਨਾਲ ਮਿਲ ਗਿਆ ਇਹ BC ਤਾਂ ਨੌਕਰੀ ਲੈ ਗਿਆ ਕੋਈ ਐ ਕਰਕੇ ਇਹ ਬੜਾ ਚੱਲਦਾ ਸੀਗਾ ਪਰ ਨਹੀਂ ਬਾਈ ਮੇਰਾ ਤਾਂ ਬਸ ਇਹ ਸੀ ਕਿ ਸੰਗੀਤ ਸੁਣਦੇ ਸੀ ਕੁਛ رائے ਦੇਣੀ ਹੁੰਦੀ ਸੀ ਪਤਾ ਆ ਵੀ ਚੀਜ਼ਾਂ ਇਦਾਂ ਚ ਕਰ ਉਹ ਕਰ ਲਈਦੀਆਂ ਸੀ ਬਸ ਮੇਰਾ ਤਾਂ ਇੰਨਾ ਸਿਸਟਮ ਸੀ ਜੀ ਆਉਂਦੀ ਆ ਐਸਓਆਈ ਬਣਦੀ ਆ ਫਿਰ ਵਾਈਓਆਈ ਬਣਦੀ ਆ ਹਾਂਜੀ ਵਾਈਓਆਈ ਦੇ ਤੁਸੀਂ ਸਰਗਰਮ ਮੈਂਬਰ ਰਹੇ ਨੇ ਵਾਈਓਆਈ ਦੇ ਕਲਚਰਲ ਵਿੰਗ ਦੇ ਹੈੱਡ ਬਣ ਜਾਂਦੇ ਹੋ ਤੁਸੀਂ ਉਹ ਕਿਵੇਂ ਬਣੇ ਦੱਸੋ ਉਹ ਵੀ ਜੱਥੇਬੰਦੀ ਸੀ ਤੁਸੀਂ ਕਹਿੰਦੇ ਮੈਂ ਰਾਜਨੀਤੀ ਨਹੀਂ ਕੀਤੀ ਮੈਂ ਵਿਦਿਆਰਥੀ ਰਾਜਨੀਤੀ 'ਚ ਨਹੀਂ ਸੀ ਤੁਹਾਨੂੰ ਦੱਸਿਆ ਕਿਹੜੇ ਇਹ ਗੱਲ ਨਹੀਂ ਮੇਰੇ ਸਾਡੇ ਰਾਜਵਿੰਦਰ ਤੋਂ ਲੈ ਜੜਾ ਭਰਾ ਸਾਡਾ ਉਹ ਸਾਡੇ ਪਿੰਡ ਦਾ ਹੈਗਾ ਮੈਨੂੰ ਸਾਰੀ ਕਹਾਣੀ ਪਤਾ ਤੁਹਾਡੀਆਂ ਸਾਰੀਆਂ ਯਾਦਾਂ ਬਹੁਤ ਸਾਰੀਆਂ ਨੇ ਜਿਹੜੀਆਂ ਮੈਂ ਛੇੜਨੀਆਂ ਨਹੀਂ ਉਰੇ ਜੀ ਜੀ ਬਸ ਸਾਰੇ ਕਿੱਸੇ ਹੁੰਦੇ ਆ ਹਿਸਾਬ ਦੇ ਜਵਾਨੀ 'ਚ ਆਪਣੇ ਆਪਣੇ ਕਿੱਸੇ ਹੁੰਦੇ ਨੇ ਹਾਂਜੀ ਬਿਲਕੁਲ ਅੱਲ ਚ ਭਾਈ ਆਏ ਸੀ ਉਦੋਂ ਰਾਜਵਿੰਦਰ ਹਣੀ ਕੱਲ ਹੋਣੀ ਇਹ ਮੇਰੇ ਵਧੀਆ ਦੋਸਤ ਨੇ ਸੋ ਡੇਵਿਡ ਹੁੰਦਾ ਸੀ ਇਹ ਸਾਰੇ ਇਹ ਸਾਰਿਆਂ ਨੇ ਮੇਰੇ ਖਿਆਲ ਚ ਜਿਹੜੀ ਆਰਗੇਨਾਈਜੇਸ਼ਨ ਬਣਾਈ ਸੀ ਸੋ ਮੈਨੂੰ ਨਾ ਟਿਚਣਾ ਕਰਦੇ ਰਹਿੰਦੇ ਸੀ ਵੀ ਤੂੰ ਵੀ ਆ ਜਾ ਸਾਡੇ ਚ ਪਾਰਟੀ ਚ ਵੀ ਕੁਛ ਯਾਰ ਮੈਂ ਤੁਹਾਡੇ ਨਾਲ ਭਰਾ ਮੇਰਾ ਕੀ ਕੰਮ ਮੈਂ گاਉਂ ਵਾਲਾ ਬੰਦਾ ਐ ਤਾਂ ਇਹਨਾਂ ਚੋ ਕਿਸੇ ਦੀ ਰਾਇ ਸੀ ਕਹਿੰਦੇ ਫਿਰ ਐ ਕਰਦੇ ਐ ਨੂੰ ਕੋਈ ਸੱਭਿਆਚਾਰਕ ਗਤੀਵਿਧੀ ਚ ਕੋਈ ਕੋਈ ਜਗ੍ਹਾ ਦੇ ਦਨੇ ਸੱਭਿਆਚਾਰਕ ਵਿੰਗ ਦਾ ਪ੍ਰਧਾਨ ਲਾ ਦਿੱਤਾ ਤਾਂ ਮੈਨੂੰ ਉਹਨਾਂ ਨੇ ਉਹਦਾ ਪ੍ਰੈਜ਼ੀਡੈਂਟ ਬਣਾਤਾ ਹੁਣ ਉਹ ਫੋਟੋ ਲਾਤੀ ਮੇਰੀ ਉਹ ਜਿਹੜੀ ਪੋਸਟਰ ਲੱਗੇ ਸੀ ਤੁਹਾਡੀ ਫੋਟੋ ਲੱਗੀ ਸੀ ਵਗੈਰਾ ਤੌਰ ਤੇ ਹਾਂਜੀ ਤੇ ਮੈਨੂੰ ਬੜਾ ਉਹਦੋਂ ਮੇਰੇ ਨਾਲ ਦੇਨੇ ਬੜਾ ਵੈਸੇ ਪੋਸਟਰ ਕਢਾ ਸਕਦੇ ਆ ਪਪਾਏ ਹੋਣਗੇ ਉਹਨਾਂ ਕੋਲੇ ਇਹ ਜਦੋਂ ਗੱਲਾਂ ਹੋ ਰਹੀਆਂ ਹੋਣਗੀਆਂ ਵਿਚ ਲਾਵਾਂਗੇ ਹਾਂ ਬਾਈ ਲਾ ਸਕਦੇ ਹੋ ਲਾ ਸਕਦੇ ਤੇ ਮੈਨੂੰ ਵੀ ਜਦੋਂ ਪਤਾ ਲੱਗਿਆ ਵੀ ਮੈਨੂੰ ਆ ਪ੍ਰਧਾਨ ਬਣਾਤਾ ਤਾਂ ਮੈਂ ਤਾਂ ਬਹੁਤ ਹੱਸਿਆ ਸੀ ਤੇ ਪਰ ਨਹੀਂ ਤਾਂ ਉਹਨਾਂ ਨੂੰ ਮੈਨੂੰ ਕਦੇ ਕਿਸੇ ਮੀਟਿੰਗ 'ਚ ਹੀ ਸੱਦਿਆ ਨਾ ਕਿਤੇ ਹੋਰ ਕੋਈ ਇਸ ਤਰ੍ਹਾਂ ਕੁਝ ਕਰਿਆ ਤੇ ਬਸ ਉਹ ਠੀਕ ਹੈ ਚਲੋ ਦੋਸਤਾਂ ਦਾ ਪਿਆਰ ਸੀ ਭਰਾਵਾਂ ਦਾ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਨਾਲ ਆਏਗਾ ਤਾਂ ਥੋੜਾ ਮਾਹੌਲ ਰੰਗੀਨ ਰਹੂਗਾ ਸੋ ਕਦੇ ਰਾਜਵਿੰਦਰ ਤਨੋਂ ਲੈਣਾ ਮੁੜ ਕੇ ਗੱਲਬਾਤ ਹੋਈ ਕਦੇ ਮੁਲਾਕਾਤ ਹੁੰਦੀ ਹੈ ਹਮੇਸ਼ਾ ਬਾਈ ਉਦੋਂ ਬਾਅਦ ਮੈਂ ਕਾਲਜ 'ਚ ਮਿਲਿਆ ਸੀ ਬਾਈ ਹਾਂ ਦੋ ਤਿੰਨ ਵਾਰ ਹੀ ਮਿਲਿਆ ਮੈਂ ਕਿਸੇ ਯੂਥ ਫੈਸਟੀਵਲ 'ਚ ਵੀ ਸਾਡੀ ਮੁਲਾਕਾਤ ਹੋਈ ਹੈ ਬਾਕੀ ਐ ਜਦੋਂ ਵੀ ਮਿਲਾਂਗੇ ਬਾਈ ਉਹ ਸਾਂਝਾ ਬਾਈ ਉਹੋ ਜਿਹੀਆਂ ਸੀ ਕਿ ਉੱਥੇ ਹੀ ਫੇਰ ਚੱਕ ਲੈਣੀਆਂ ਕੋਈ ਯਾਦ ਕਰਾਉਣ ਦੀ ਸੋ ਮਜਾ ਆ ਗਿਆ ਕਾਲੂ ਮੈਲਬਰਨ ਆ ਮੈਲਬਰਨ ਮੈਂ ਗਿਆ ਸੀ ਪਿੱਛੇ ਜੇ ਮਿਲ ਕੇ ਆਇਆ ਸੀ ਯੂਨੀਵਰਸਿਟੀ ਦਾ ਉਹਨਾਂ ਭਰਾਵਾਂ ਨਾਲ ਮੈਨੂੰ ਲੱਗਦਾ ਕੋਈ ਗੈਪ ਐ ਜਿੱਥੋਂ ਜਦੋਂ ਵੀ ਮਿਲਾਂਗੇ ਉੱਥੋਂ ਹੀ ਫੇਰ ਚੱਕ ਲੈਣੀ ਹਾ ਹਾ ਜੱਫੀ ਪਾ ਕੇ ਫੇਰ ਗੱਲਾਂ ਸ਼ੁਰੂ ਭਾਈ ਹਾਂਜੀ ਅੱਛਾ ਇਹ ਜਿਹੜਾ ਕਨੈਕਸ਼ਨ ਆਉਂਦਾ ਅਧਿਆਤਮਿਕ ਕਨੈਕਸ਼ਨ ਜੀ ਕਹਈਏ ਤੁਹਾਡੀ ਲਾਈਫ ਦਾ ਜਿੱਥੇ ਮਾਤਾ ਜੀ ਦੀ ਐਂਟਰੀ ਹੁੰਦੀ ਹੈ ਜਿੱਥੇ ਤੁਸੀਂ ਕਿਹਨੂੰ ਮੇਰੀ ਮਾਂ ਜਿੱਥੋਂ ਗਾਣਾ ਇਹ ਇਹ ਹਣਾ ਜਿਨ੍ਹਾਂ ਨੂੰ ਤੂੰ ਦਿਸਦਾ ਏ ਹੋਰ ਹੀ ਅੱਖਾਂ ਨੇ ਲਿਖਿਆ ਵੀ ਤੁਸੀਂ ਸੀ ਇਹ ਨਹੀਂ ਭਾਈ ਇਹ ਬਾਬਾ ਬੇਲੀ ਬਾਬਾ ਬੇਲੀ ਨੇ ਲਿਖਿਆ ਗਾਇਆ ਤੁਸੀਂ ਪਰ ਤੁਹਾਡ ਉਹ ਡੀਪ ਕਨੈਕਸ਼ਨ ਦਿਖਦਾਗਾ ਉਹ ਚੀਜ਼ਾਂ ਦੇ ਨਾਲ ਕਿਉਂਕਿ ਤੁਸੀਂ ਲਗਾਤਾਰ ਉੱਥੇ ਜਾ ਰਹੇ ਸੀ ਇਹ ਪੂਰੀ ਲਾਈਫਸ ਜਿਹੜਾ ਤੁਹਾਡਾ ਟਰਨਿੰਗ ਪੁਆਇੰਟ ਮੈਨੂੰ ਲੱਗਦਾਗਾ ਹਨਾ ਜਿਹੜੀ ਧਾਰਾ ਵੱਲ ਤੁਸੀਂ ਤੁਰਦੇ ਹੋ ਜਿੱਥੇ ਤੁਹਾਨੂੰ ਇੱਕ ਥਾਂ ਮਿਲਦੀ ਹੈ ਸਮਾਜ ਦੇ ਅੰਦਰ ਗਾਤਾ ਤੁਸੀਂ ਬਹੁਤ ਰਹੇ ਸੀ ਬਚਪਨ ਤੋਂ ਗਾ ਰਹੇ ਸੀਗੇ ਯੂਨੀਵਰਸਿਟੀ ਵੀ ਗਾਉਂਦੇ ਰਹੇ ਤੁਸੀਂ ਜੀ ਪਰ ਤੁਸੀਂ ਫਿਰ ਯੂਨੀਵਰਸਿਟੀ ਤੋਂ ਥੋੜਾ ਮੁਪਤੰਕ ਕਰਕੇ ਜਦੋਂ ਇੱਕ ਉਹ ਉਮਰ ਹੁੰਦੀ ਹੈ ਤੁਹਾਨੂੰ ਪਤਾ ਯੂਨੀਵਰਸਿਟੀ ਵਾਲੀ ਉਮਰ ਕਹੀ ਜੀ ਹੁੰਦੀ ਹੈ ਤੁਸੀਂ ਉਹ ਸਾਰਾ ਛੱਡ ਛੜਾ ਕੇ ਅਧਿਆਤਮਿਕ ਰੰਗ ਚ ਰੰਗੇ ਜਾਂਦੇ ਹੋ ਦਾ ਗੀਤ ਆਉਂਦਾ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਹੋਰੀ ਅੱਖਾਂ ਨੇ ਉਹ ਬੜਾ ਪਾਪੂਲਰ ਗੀਤ ਹੁੰਦਾ ਤੇ ਤੁਹਾਡਾ ਬੜਾ ਡੀਪ ਕਨੈਕਸ਼ਨ ਇੱਕ ਡੇਰੇ ਨਾਲ ਆ ਜਿਸ ਦੌਰ ਚ ਡੇਰਾਬਾਦ ਦੀ ਬੜੀ ਲੋਚਨਾ ਵੀ ਹੋ ਰਹੀ ਆ ਪੰਜਾਬ ਦੇ ਅੰਦਰ ਤੁਸੀਂ ਸਾਰਾ ਛੜ ਛੜਾ ਕੇ ਡੇਰੇ ਤੇ ਚਲੇ ਜਾਨੇ ਹੋ ਨੌਕਰੀ ਵੀ ਛੱਡ ਦੇਨੇ ਹੋ ਇਹ ਕਿਵੇਂ ਹੋਇਆ ਮੇਰਾ ਇੱਕ ਦੋਸਤ ਆ ਬਾਈ ਮਿੱਠਾ ਉਧਰ ਜਿਸ ਪਾਸੇ ਮਲੇਰ ਕੋਟਲੇ ਦੇ ਲਾਗੇ ਪਿੰਡ ਐ ਫਲੌਂਡ ਕਲਾ ਉਸ ਪਿੰਡ ਦੇ ਬਾਹਰ ਕੁੱਟਿਆ ਜਿੱਥੇ ਬੇਬੇ ਹੁਣੇ ਰਹਿੰਦੇ ਸੋ ਉਸ ਪਿੰਡ ਦੇ ਲਾਗੇ ਹੀ ਪਿੰਡ ਰਹੀੜਾ ਪਿੰਡ ਔਰ ਜਿਹੜੇ ਪਿੰਡ ਦਾ ਮੇਰਾ ਦੋਸਤ ਯੂਨੀਵਰਸਿਟੀ ਦਾ ਪੁੱਤ ਰਹੀੜਾ ਜਿੱਥੇ ਵੱਡਾ ਕੱਲੂ ਕਾਰਾ ਜੀ ਕੱਲੂ ਕਾਰਾ ਜੀ ਬਿਲਕੁਲ ਸੋ ਉਹ ਮਿੱਠਾ ਮੈਨੂੰ ਕਹਿੰਦਾ ਹੁੰਦਾ ਸੀ ਕਹਿੰਦਾ ਤੂੰ ਗੁਰਦੁਆਰੇ ਮੰਦਰ ਮਸਜਿਦ ਸਾਰੇ ਕਿਤੇ ਜਾਂਦਾ ਹੈ ਇਹ ਤੇਰੇ ਅੰਦਰ ਕੀ ਚੱਲਦਾ ਹੈ ਤਾਂ ਮੈਂ ਉਹਨੂੰ ਉਵੇਂ ਹੀ ਸਦਰੇ ਢੰਗ ਨਾਲ ਫੇਰ ਕਹਿੰਦਾ ਮੈਂ ਯਾਰ ਮੈਨੂੰ ਸਾਰੇ ਚੰਗੇ ਲੱਗਦੇ ਆ ਪਤਾ ਨਹੀਂ ਕਿਉਂ ਮਹਾ ਮੈਨੂੰ ਆਏ ਲੱਗਦਾ ਕਿ ਮੈਨੂੰ ਸਾਰਿਆਂ ਤੋਂ ਹੀ ਕੁਝ ਨਾ ਕੁਝ ਮਿਲ ਰਿਹਾ ਹੈ ਕਹਿੰਦਾ ਨਾ ਸਾਡੇ ਇੱਕ ਬੇਬੇ ਜੀ ਹੈ ਸਾਡਾ ਪਰਿਵਾਰ ਵੀ ਉੱਥੇ ਜਾਂਦਾ ਹੈ ਉਹ ਵੀ ਕਹਿੰਦਾ ਪ੍ਰੈਕਟੀਕਲੀ ਆਏ ਬ ਕਿਸੇ ਨਾਲ ਕੋਈ ਨਫ਼ਰਤ ਹੀਨ ਭਾਵਨਾ ਹੈ ਨਹੀਂ ਤੇ ਤੂੰ ਚੱਲ ਇੱਕ ਵਾਰੀ ਮੈਂ ਉਦੋਂ ਫਸਟ ਟਾਈਮ 19 ਦਸੰਬਰ 2010 ਮੇਰੇ ਡੇਟ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਕੋਲ ਗਿਆ ਸੀ ਸੋ ਜਾ ਕੇ ਮੈਨੂੰ ਬੜਾ ਚੰਗਾ ਲੱਗਿਆ ਸੀ ਪਹਿਲੇ ਦਿਨ ਮੈਨੂੰ ਇਹ ਮਹਿਸੂਸ ਹੋਇਆ ਸੀ ਉਹਤੇ ਗਾਇਆ ਜਾ ਕੇ ਫਿਰ ਹਾਂ ਭਾਈ ਗਾਇਆ ਇਹੀ ਗਾਣਾ ਗਾਇਆ ਜਿਨ੍ਹਾਂ ਨੂੰ ਤੂੰ ਦਿਸਦਾ ਹੋ ਰਿਹਾ ਹੈ ਨਾ ਸਾਈਜ਼ ਹੂਰ ਹੋਰਾਂ ਦਾ ਨਾ ਕਲਾਮ ਅੱਲਾਹ ਨਵਾਂ ਨਵਾਂ ਸੁਣਿਆ ਸੀ ਸੁਣਿਆ ਮੈਂ ਨਵਾਂ ਨਵਾਂ ਸੁਣਿਆ ਸੀ ਉਹ ਹੀ ਮੈਨੂੰ ਬੁਖਾਰ ਵਾਂਗੂ ਚੜਿਆ ਹੋਇਆ ਸੀ ਸੋ ਉਹੀ ਮੈਂ ਤੁਸੀਂ ਬਾਅਦ ਚ ਰਿਕਾਰਡ ਵੀ ਕਰਾਇਆ ਹਾਂਜੀ ਉਹ ਮੈਂ ਤੇ ਕਾਰ ਵੀ ਹੋਰਾਂ ਨੇ ਅਸੀਂ ਤਾਂ ਉਹ ਗਾਇਆ ਸੀ ਪਹਿਲੇ ਦਿਨ ਹੀ ਮੈਨੂੰ ਬੇਬੇ ਨੂੰ ਦੇਖ ਕੇ ਤਾਂ ਲੱਗਿਆ ਸੀ ਕਿ ਕੋਈ ਮੇਰਾ ਵਿਛੜਿਆ ਮੈਨੂੰ ਮਿਲਿਆ ਅੱਜ ਇੰਨੀ ਇੱਕ ਸਟਰੋਂਗ ਫੀਲਿੰਗ ਸੀ ਬੇਬੇ ਨੂੰ ਮਿਲ ਕੇ ਔਰ ਮੈਨੂੰ ਪਹਿਲੇ ਦਿਨ ਕਲੀਅਰ ਸੀ ਕਿ ਮੈਂ ਮੈਂ ਇਹਨਾਂ ਕੋਲ ਰਹੂੰਗਾ ਜੋ ਜੋ ਵੀ ਹੋਵੇ ਮੈਂ ਇਹਨਾਂ ਕੋਲ ਰਹੂੰਗਾ ਸੋ ਮੈਂ ਕੰਟੀਨਿਊ ਇਹਨਾਂ ਕੋਲ ਫਿਰ ਜਾਣਾ ਸ਼ੁਰੂ ਕਰਤਾ ਸੀ ਤੁਸੀਂ ਯੂਨੀਵਰਸਿਟੀ ਨੌਕਰੀ ਛੱਡੀ ਪੱਕੇ ਡੇਰੇ ਜਾ ਕੇ ਉੱਥੇ ਲਾ ਲਏ ਪਰ ਮੈਂ ਉੱਥੋਂ ਅਪ ਡਾਊਨ ਕਰਦਿਆਂ ਕਾਫੀ ਟਾਈਮ ਬਾਈ ਫਿਰ ਉਹਨਾਂ ਕੋਲ ਰਹਿਣਾ ਸ਼ੁਰੂ ਕਰਤਾ ਉੱਥੋਂ ਮਲੇਰਕੋਟ ਲਿਓ ਗਰੇਵਾਲ ਚੌਂਕ ਚੋਂ ਬੱਸ ਲੈ ਕੇ ਜਾਣਾ ਤੇ ਫਿਰ ਇੱਕ ਦਿਨ ਉਹਨਾਂ ਨੇ ਆਖਿਆ ਸੀ ਕਹਿੰਦੇ ਹੁਣ ਤੂੰ ਨੌਕਰੀ ਛੱਡ ਦੇ ਰਿਜ਼ਾਈਨ ਕਰ ਦੇ ਤਾਂ ਔਰ ਉਹ ਤੱਕ ਮੇਰਾ ਵੀ ਪੂਰਾ ਮਨ ਬੈਟਰੀ ਚ ਹੁੰਦੀ ਸੀ ਉਦੋਂ ਹਾਂਜੀ ਰਿਪੈਟਰੀ ਨਹੀਂ ਬਈ ਨਹੀਂ ਉਹ ਤੱਕ ਮੇਰੀ ਉਹ ਤੱਕ ਮੇਰੀ ਡਿਪਾਰਟਮੈਂਟ ਚ ਪਰਮਨੈਂਟ ਜੌਬ ਸੀ ਪਰਮਨੈਂਟ ਜੌਬ ਲੱਗੀ ਹਾਂਜੀ ਜੀ ਪਰਮਨੈਂਟ ਨਹੀਂ ਜੀ ਥੀਏਟਰ ਚ ਥੀਏਟਰ ਚ ਲੱਗੀ ਥੀਏਟਰ ਚ ਸੋ ਫਿਰ ਮੈਂ ਜੌਬ ਛੱਡ ਅਸਲ ਚ ਉੱਥੇ ਆਏ ਸੀ ਬਾਈ ਜਿਹੜੀ ਇਹ ਚੀਜ਼ਾਂ ਨੇ ਨਾ ਮੇਰੇ ਮੇਰੇ ਕਈ ਚੀਜ਼ਾਂ ਜਿਵੇਂ ਜਿੰਨਾ ਬਾਰੇ ਮੈਂ ਖਿਆਲ ਵਿਚਾਰ ਕਰ ਰਿਹਾ ਸੀ ਉੱਥੇ ਮੋਹਰ ਲਾਤੀ ਬੇਬੇ ਨੇ ਕਿਉਂਕਿ ਜਦੋਂ ਉਹਨਾਂ ਨੂੰ ਮੰਦਰਾਂ ਜੋ ਗੱਲਾਂ ਕਰਦੇ ਸੀ ਹੁਣ ਗਾਇਆ ਤਾਂ ਉਹਨਾਂ ਨਹੀਂ ਸੀ ਇੱਕ ਇੱਕ ਸਤਸੰਗ ਜੀ ਗਾਇਆ ਸੀ ਕਿ ਉਹ ਤਾਂ ਅੱਖੀਆਂ ਨੇ ਹੋਰ ਜਿੰਨਾ ਨੂੰ ਤੂੰ ਦਿਸਦਾ ਹੈ ਉਹ ਤਾਂ ਸੋ ਉੱਥੇ ਹੀ ਗੀਤ ਨਿਕਲੇ ਸੀ ਜਿੰਨਾ ਨੂੰ ਤੂੰ ਦੱਸਦਾ ਸੋ ਬੇਬੇ ਦੀਆਂ ਗੱਲਾਂ ਚ ਫਿਰ ਮੇਰੇ ਗੀਤ ਨਿਕਲਣੇ ਸ਼ੁਰੂ ਹੋ ਗਏ ਤੋ ਜਿੱਦਾਂ ਉਹਨਾਂ ਨੂੰ ਮੰਦਰਾਂ ਚ ਜਿੱਦਾਂ ਇੱਕ Hindu ਪਰਿਵਾਰ ਚ ਬਹਿ ਕੇ ਉਹ ਫੀਲ ਕਰਦੇ ਸੀ ਜਾਂ ਉਹਨਾਂ ਨਾਲ ਡਾਇਲੌਗ ਕਰਦੇ ਸੀ ਜਿੱਦਾਂ ਹੀ ਆਪਣੇ ਵਾਲੇ ਗੁਰਦਰਾ ਸਾਹਿਬ ਚ satsang ਕਰਦੇ ਸੀ ਸਿੱਖ ਭਾਈਚਾਰੇ ਚ ਬਹਿੰਦੇ ਸੀ ਇਹ ਵਣਕੇ ਮਲੇਰਕੋਟਲੇ ਤੋਂ ਮੁਸਲਮਾਨ ਭਾਈਚਾਰੇ ਚ ਬਹੁਤ سارے ਲੋਕ ਆਉਂਦੇ ਸੀ ਤਾਂ ਉਹ ਚੀਜ਼ਾਂ ਨੂੰ ਮੈਂ ਪਹਿਲੇ 6-7 ਮਹੀਨੇ ਤਾਂ ਬਹੁਤ ਤਾਜ਼ਗੀ ਚ ਮਾਰਿਆ ਕਿ ਯਾਰ ਆ ਕੀ ਕੀ ਬਾਤ ਆ ਯਾਰ ਇਹ ਇਦਾਂ ਵੀ ਹੁੰਦਾ ਹੈ ਹਨਾ ਕਿ ਇੱਕ ਬੇਬੇ ਹੈ ਕਿ ਜਿਹੜੀ ਮੈਨੂੰ ਕਹਿੰਦੀ ਆ ਕਿ ਮੈਂ ਕੋਈ ਸੰਤ ਨਹੀਂ ਆ ਹਨਾ ਉਹੀ ਬੇਬੇ ਨੂੰ ਮੈਂ ਉੱਥੇ ਭਾਂਡੇ ਵਾਜਦੀ ਨੂੰ ਦੇਖਦਾ ਰੋਜ਼ ਉਹੀ ਬੇਬੇ ਉਹਥੇ ਮੈਂ ਬੂਟੇਗੜ ਦੀ ਨੂੰ ਦੇਖਦਾ ਕੋਈ ਆਉਂਦਾ ਉਹਨੂੰ ਰੋਟੀਆਂ ਲਾ ਕੇ ਖਵਾਈ ਜਾਂਦੀ ਹੈ ਉਹੀ ਬੰਦਾ ਉਹਦੇ ਪੈਰਾਂ ਨੂੰ ਪੈ ਰਿਆ ਉਹਨੂੰ ਚੱਕ ਕੇ ਆਪਦੇ ਨਾਲ ਲਾ ਰਹੀ ਹੈ ਨਹੀਂ ਪੁੱਤ ਆਏ ਨਹੀਂ ਇਹ ਸੂਫੀਆਂ ਦਾ ਡੇਰਾ ਸੀ ਨਹੀਂ ਨਹੀਂ ਭਾਈ ਨਹੀਂ ਬੇਬੇ ਉਹ ਨਹੀਂ ਤਾਂ ਅਮਰਤਾਰੀ ਨੇ ਅਮਰਤਾਰੀ ਉਥੇ ਭਾਈ ਮਹਾਰਾਜ ਪ੍ਰਕਾਸ਼ ਹੈ ਇਹ ਤਾਂ ਨਾ ਉਦੋਂ ਜਾਨੀ ਇੱਕ ਵਾਰ ਜ ਤੁਹਾਡੇ ਗੀਤ ਇਸ ਤਰ੍ਹਾਂ ਦੇ ਆਏ ਲੋਕਾਂ ਨੂੰ ਲੱਗਿਆ ਸ਼ਾਇਦ ਨੀ ਨਹੀਂ ਭਾਈਆਂ ਦੇ ਉੱਤੇ ਜਾਣ ਲੱਗਿਆ ਕਮਰ ਨਹੀਂ ਨਹੀਂ ਭਾਈ ਤੁਸੀਂ ਤਾਂ ਜਾਣਦੀ ਸੀ ਸਾਰੀ ਥਾਂ ਮੈਨੂੰ ਤਾਂ ਜਾਨੀ ਬੜਾ ਚਿਹਰ ਲੱਗਿਆ ਇਹ ਜੀ ਸਾਬਤ ਕਰਦਿਆਂ ਨੂੰ ਪਹਿਲਾ ਪਹਿਲਾ ਤਾਂ ਮੀਡੀਆ ਵਾਲੇ ਵੀ ਕਈ ਭਰਾ ਜਿਹੜੇ ਮੈਨੂੰ ਨ ਜਣੇ ਕਿ ਆ ਇੱਕ ਹੋਰ ਪ੍ਰੋਡਕਟ ਹੀ ਦੱਸਦੇ ਇਸ ਮੈਨੂੰ ਕਿ ਮੇਰੇ ਯਾਦ ਆ ਮੈਂ ਇੱਕ ਪ੍ਰੈਸ ਕਾਨਫਰੈਂਸ 'ਚ ਬੈਠਾ ਸੀ ਸਪੀਡ ਰੈਕਰ ਨੇ ਜੋਗੀ ਨਾ ਟੇਪ ਕੀਤੀ ਸੀ ਮੇਰੇ ਯਾਦ ਆ ਦੋ ਤਿੰਨ ਉੱਥੇ ਭਰਾ ਸੀ মিডিਆ ਵਾਲੇ ਐਨਾ ਕੁੱਚੀ ਆਵਾਜ਼ 'ਚ ਬੋਲੇ ਮੈਨੂੰ ਤੇ ਮੈਂ ਨਾ ਅੱਖਾਂ ਭਰਿਆ ਕਿਉਂਕਿ ਮੈਨੂੰ ਤਾਂ ਪਤਾ ਸੀ ਹੋ ਜਗ੍ਹਾ ਬਾਰੇ ਕੀ ਹੈ ਇੱਥੇ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਬਾਜੀ ਤੁਸੀਂ ਹੋ ਸਕਦਾ ਮੈਂ ਜਮਾਂ ਗਲਤ ਹੋਵਾਂ ਪਰ ਤੁਸੀਂ ਮੇਰੀ ਇੱਕ ਬੇਨਤੀ ਹੈ ਤੁਸੀਂ ਉੱਥੇ ਆ ਜਿਓ ਹਣਾ ਤਾਂ ਫਿਰ ਬਹੁਤ ਸਾਰੇ মিডিਆ ਪਰਸਨ ਜਿਹੜੇ ਹੈਗੇ ਉਹਨਾਂ ਨੇ ਵਿਜ਼ਿਟ ਵੀ ਕੀਤਾ ਤਾਂ ਉੱਥੇ ਤਾਂ ਬਾਈ ਸਾਰੇ ਮਹਾਰਾਜ ਪ੍ਰਕਾਸ਼ ਹੈ ਬੇਬੇ ਹੁਣੀਆਂ ਅਮਰਤਾਰੀ ਐ 25 26 ਯਾਨੀ ਹੋਰ ਉੱਥੇ ਸਾਰੇ ਅਮਰਤਾਰੀ ਨੇ ਮੈਂ ਕੱਲਾ ਹੀ ਐ ਜਿਹੜਾ ਅਮਰਤਾਰੀ ਨਹੀਂ ਤੇ ਪਹਿਲੇ ਦਿਨ ਤੋਂ ਬੇਬੇ ਦਾ ਵੀ ਮੈਨੂੰ ਇਹੀ ਸਿੱਖਿਆ ਪੁੱਤ ਮੈਂ ਲੱਤਾਂ ਤੋੜ ਦੂੰ ਜੇ ਕਿਤੇ ਸਟੇਜ ਤੇ ਜਾ ਕੇ ਕਹਤਾ ਕਿ ਉਹ ਮੇਰਾ ਗੁਰੂ ਐ ਮਾ ਐ ਮੈਂ ਤੇਰੀ ਗੁਰੂ ਆਪਣਾ ਦੋਵਾਂ ਦਾ ਉਹ ਐ ਜੋ ਉਹ ਤੋਂ ਸਿੱਖਿਆ ਮੈਂ ਆਪਦੀ ਉਮਰ ਚ ਉਹ ਤੇਰੇ ਨਾਲ ਸ਼ੇਅਰ ਕਰਦੀਆਂ ਬਸ ਇਹ ਚੰਗੀਆਂ ਚੀਜ਼ਾਂ ਭਾਈਚਾਰਕ ਗੱਲਾਂ ਸਭ ਉਹ ਪ੍ਰੇਮ ਦੀਆਂ ਗੱਲਾਂ ਸਾਰਿਆਂ ਨਾਲ ਸ਼ੇਅਰ ਕਰਾਇਆ ਕਰ ਸੋ ਇਸ ਤਰ੍ਹਾਂ ਫਿਰ ਬੇਬੇ ਨਾਲ ਹੌਲੀ-ਹੌਲੀ ਪ੍ਰੇਮ ਪਿਆਰ ਐਜੂਕੇਸ਼ਨ ਕਰਦਿਆਂ ਕਰਦਿਆਂ ਬਸ ਉਹ 10 ਸਾਲ ਹੋ ਗਏ ਭਾਈ ਉਹੀ ਚੀਜ਼ਾਂ ਹੁਣ ਸਟੇਜਾਂ ਤੇ ਮੇਰੇ ਦੁਆਰਾ ਬੋਲੀਆਂ ਜਾਂਦੀਆਂ ਅੱਛਾ ਇੱਥੋਂ ਬਾਬੇ ਬਿੱਲੀ ਨਹੀਂ ਗਾਣਾ ਹਾਂਜੀ ਬਣਾਇਆ ਉਹ ਬਾਬਾ ਬਿੱਲੀ ਵੀ ਜਾਂਦਾ ਸੀ ਮੈਂ ਮੈਂ ਭਾਈ ਸੱਤ ਸੰਗ ਤੋਂ ਆਇਆ ਨਹੀਂ ਬਾਬਾ ਬਿੱਲੀ ਜਾਂਦਾ ਸੀ ਬਾਬੇ ਬਿੱਲੀ ਨੂੰ ਇੱਥੇ ਆ ਕੇ ਸੁਣਾਇਆ ਬਾਬਾ ਬਿੱਲੀ ਮਿਊਜ਼ਿਕਸ ਸੀ ਨਾ ਨਹੀਂ ਭਾਈ ਬਾਬਾ ਬਿੱਲੀ ਡਿਪਾਰਟਮੈਂਟ ਕੋ ਸ਼ੋਰ ਸੀ ਸਿਸ਼ੀਓਲੋਜੀ ਸੀ ਮਿਲਦਾ ਜਾਂ ਐਡਮ ਹੋ ਸਕਦਾ ਸੋ ਮੈਂ ਮੈਂ ਉਹਦੇ ਗੁਰਦਵਾਰ ਪਬਲਿਕ ਐਡ ਸੀ ਮਿਲਦਾ ਜਦੋਂ ਆਇਆ ਨਾ ਮੈਂ ਉਹਦੇ ਬੇਬੇ ਨੇ ਧਾਰਨਾ ਪੜ੍ਹੀਏ ਉੱਥੋਂ ਨੇ ਗਾਣਾ ਚੱਕ ਲਿਆ ਮੈਂ ਫਿਰ ਬੇਬੇ ਨੂੰ ਪੁੱਛਿਆ ਪਹਿਲਾਂ ਬਹੁਤ ਸੁਣ ਪੁੱਛਿਆ ਫਿਰ ਮਾ ਬੇਬੇ ਮੈਂ ਕਹਾਂ ਗੀਤ ਬਣਾ ਸਕਦਾ ਦਾ ਬੇਬੇ ਕਹਿੰਦੀ ਬਲਾਲਾ ਪੁੱਤ ਫਿਰ ਮੈਂ ਬਾਬੇ ਨੂੰ ਫੋਨ ਕੀਤਾ ਮੈਂ ਯਾਰ ਐਂ ਬੋਲੀ ਬੇਬੇ ਇਹਦਾ ਇਹਦਾ ਕੋਈ ਗੀਤ ਬਣਾ ਕਮਰ ਜਿਵੇਂ ਮੈਂ ਪੁੱਛ ਰਿਹਾ ਸੀਗਾ ਕਿ ਕਿਸੇ ਦੀ ਜ਼ਿੰਦਗੀ ਚ ਜਾਂ ਥਾਵਾਂ ਦਾ ਨਾਵਾਂ ਦਾ ਰੋਲ ਹੁੰਦਾ ਮੈਂ ਤੁਹਾਨੂੰ ਪਿੰਡ ਵੀ ਪੁੱਛਿਆ ਹਨ ਕਿਵੇਂ ਸ਼ਾਮਲ ਹੁੰਦਾ ਕਿਵੇਂ ਗੈਰਹਾਜ਼ਰ ਹੁੰਦਾ ਫਿਰ ਮੈਂ ਯੂਨੀਵਰਸਿਟੀ ਆਪਾ ਆਏ ਤਾਂ ਜੇ ਮੈਂ ਪੁੱਛਿਆ ਕਿ ਇੱਕ ਟਰਨਿੰਗ ਪੁਆਇੰਟ ਲਾਈਫ ਦਾ ਬੇਬੇ ਨੂੰ ਮਿਲਣਾ ਵੀ ਸੀਗਾ ਯਾਨੀ ਉਹਨੇ ਪੂਰੀ ਜ਼ਿੰਦਗੀ ਬਦਲਤੀ ਜੀ ਉਹ ਗਾਇਕੀ ਦੇ ਤੌਰ ਤੇ ਬਦਲੀ ਜਾਂ ਅਧਿਆਤਮਿਕ ਤੌਰ ਤੇ ਹਰ ਲੈਵਲ ਤੇ ਬਦਲਦੀ। ਦੇਖੋ ਭਾਈ ਅ ਇਹ ਰੋਲ ਬੇਬੇ ਦਾ ਕਿ ਅੱਜ ਜੇ ਮੈਂ ਆਸ-ਪਾਸੇ ਨੱਚ ਰਹੀ ਮਾਇਆ ਸ਼ੋਰਤ ਤੇ ਚਰਚਾ ਇਹ ਮੈਨੂੰ ਇਮਤਿਹਾਨ ਲੱਗ ਰਹੀ ਹੈ ਹੁਣ। ਇਹ ਬੇਬੇ ਸਾਧਕਾ ਹੀ ਹੈ। ਨਹੀਂ ਮੈਂ ਵੀ ਬਾਕੀਆਂ ਵਾਂਗੂ ਕਿਰਪਾ ਹੀ ਕਹਿਣਾ ਸੀ ਕਿ ਬੜੀ ਕਿਰਪਾ ਸਭ ਕੁਝ ਆ ਰਿਹਾ ਹੈ ਰੋਜ਼ ਇਨੀ ਮਾਇਆ ਆ ਰਹੀ ਹੈ ਬੜੀ ਕਿਰਪਾ ਹੈ ਹੁਣੇ ਕਿਰਪਾ ਨਹੀਂ ਲੱਗ ਰਹੀ ਇਹਨਾਂ ਸਾਰੀਆਂ ਚੀਜ਼ਾਂ ਦਾ ਕਾਰਨ ਅੱਜ ਜੇ ਮੈਂ ਇਕੱਲਾ ਕਾਰ ਚਲਾ ਕੇ ਪ੍ਰੋਗਰਾਮ ਕਰਦਾ ਫਿਰਦਾ ਕੋਈ ਮੇਰੇ ਆਸ-ਪਾਸ ਸਿਕਿਉਰਿਟੀ ਨਹੀਂ ਹੈ ਤਾਂ ਇਹਦਾ ਕਾਰਨ ਬੇਬੇ ਹੈ ਸੋ ਕੁਝ ਜੋੜਨ ਦੀ ਇੱਛਾ ਨਹੀਂ ਹੈ ਇਹ ਇਸ ਤਰ੍ਹਾਂ ਚਾਰ ਗਾਣਿਆਂ ਦਾ ਚੱਲ ਜਾਣਾ ਕੋਈ ਬਹੁਤ ਵੱਡੀ ਘਟਨਾ ਨਹੀਂ ਹੈ ਇਹਦਾ ਕਾਰਨ ਬੇਬੇ ਹੈ ਸੋ ਉਦੋਂ ਤੋਂ ਹੀ ਬੇਬੇ ਨੇ ਹੀ ਇਹ ਸਾਰੀਆਂ ਚੀਜ਼ਾਂ ਹਰ ਰੋਜ਼ ਆਹੀ ਹੁੰਦਾ ਸੀ ਕਈ ਵਾਰ ਮੈਂ ਹੱਸ ਕੇ ਕਹਿ ਵੀ ਹੁੰਦਾ ਸੀ ਮੈਂ ਦੇਖ ਲਾ ਸਾਰੀ ਦੁਨੀਆ ਨੇ ਇੱਕ ਪਾਸੇ ਤੇ ਤੂੰ ਇੱਕ ਪਾਸੇ ਹੱਸ ਪੈਂਦੀ ਸੀ ਫਿਰ ਕਹਿੰਦੀ ਪੁੱਤ ਮੈਂ ਝੂਠ ਨਹੀਂ ਬੋਲ ਸਕਦੀ ਤੈਨੂੰ ਮੈਂ ਤੈਨੂੰ ਖੁਸ਼ ਧੱਕਾ ਨਹੀਂ ਦੇ ਸਕਦੀ ਸੱਚ ਜਾਣੀ ਕਹਿੰਦੀ ਇਸ ਚੀਜ਼ ਨੂੰ ਬੈਠ ਕੇ ਮਹਿਸੂਸ ਕਰਿਆ ਕਰ ਕਿ ਜੇ ਇੱਕ ਦਿਹਾੜੀਦਾਰ ਬੰਦਾ 8 ਘੰਟੇ ਕੰਮ ਕਰਕੇ 500 ਕਮਾ ਰਿਆ ਤੇ ਤੈਨੂੰ 2-3 ਘੰਟਿਆਂ ਦਾ 3-4 ਲੱਖ ਰੁਪਏ ਦੇ ਰਹੇ ਨੇ ਤਾਂ ਤੈਨੂੰ ਬਥੇਰੇ ਲੋਕ ਕਹਿਣਗੇ ਕਿ ਉਹ ਦਿਹਾੜੀ ਵਾਲਾ ਬੰਦਾ ਛੋਟਾ ਹੈ ਤੇ ਤੂੰ ਵੱਡਾ ਬੰਦਾ ਹੈ ਕਦੀ ਪੁੱਤ ਪਰ ਇਸ ਚੀਜ਼ ਨੂੰ ਅੰਦਰ ਨਹੀਂ ਲੈ ਕੇ ਜਾਣਾ ਇਹਨੂੰ ਉੱਥੇ ਹੀ ਮਹਾਰਾਜ ਨੂੰ ਅਰਦਾਸ ਕਰਨੀ ਹੈ ਮਹਾਰਾਜ ਸਾਹਮਣੇ ਨੂੰ ਪਤਾ ਨਹੀਂ ਹਨ ਇਹਨੂੰ ਪਤਾ ਨਹੀਂ ਹੈ ਕਿ ਯਾਤਰਾ ਕੀ ਹੈ ਅਸਲ ਤਾਂ ਕਦੀ ਹੋ ਸਕਦਾ ਹੈ ਕਿ ਉਹ ਇੰਨੀ ਬੰਦਗੀ ਕਰਦਾ ਹੋਵੇ ਜਿਹੜਾ ਰੋਜ਼ ੱਟਾਂ ਚੜਦਾ ਹੈ ਜਾਂ ਬੂਟ ਪਾਲਸ਼ਾ ਕਰਦਾ ਜਾਂ ਰਿਕਸ਼ਾ ਚਲਾਉਂਦਾ ਆਟੋ ਚਲਾਉਂਦਾ ਜਾਂ ਕੁਝ ਵੀ ਕਰਦਾ ਤੇ ਤੂੰ ਸਾਰਾ ਦਿਨ ਇਸੇ ਭਲੇਖੇ ਜੀ ਮੱਝਾ ਜਾਵੇਂ ਕਿ ਯਾਰ ਮੈਂ ਤਾਂ ਬਹੁਤ ਵੱਡਾ ਬੰਦਾ ਹਾਂ ਤਾਂ ਮੈਂ ਪੁੱਛਾਂ ਜ਼ਿੰਦਗੀ ਜਿਉਣੀ ਜਾਂ ਜ਼ਿੰਦਗੀ ਕੀ ਹੁੰਦੀ ਹੈ ਇਹ ਬੇਬੇ ਨੇ ਸਿਖਾਈ ਹੈ ਯੂਨੀਵਰਸਿਟੀ ਨੇ ਨਹੀਂ ਸਿਖਾਈ ਜਾਂ ਯੂਨੀਵਰਸਿਟੀ ਨੇ ਵੀ ਸਿਖਾਈ ਬੇਬੇ ਨੇ ਉਹਨੂੰ ਉਸ ਮੁਕਾਮ ਤੇ ਲਿਆ ਖੜੇ ਕਰਤਾ ਜਿੱਥੋਂ ਲੱਗਦਾਗਾ ਕਿ ਕਮਰ ਕਮਰ ਆ ਦੇਖੋ ਜਿੱਡਾ ਕਿ ਦਾਇਰਾ ਮੇਰਾ ਯੂਨੀਵਰਸਿਟੀ ਤੱਕ ਸੀ ਭਾਈ ਉੱਥੋਂ ਤੱਕ ਯੂਨੀਵਰਸਿਟੀ ਨੇ ਬਹੁਤ ਕੁਝ ਦਿੱਤਾ ਪਰ ਜਿਹੜਾ ਅਚਾਨਕ ਇਸ ਮੰਡੀ ਚ ਇਸ ਤਰ੍ਹਾਂ ਸੱਟਣਾ ਮਹਾਰਾਜ ਦਾ ਮੈਨੂੰ ਕਿ ਪਹਿਲੇ ਸਾਲ 267 ਪ੍ਰੋਗਰਾਮ ਕਰਨੇ ਹੁਣ ਤੁਸੀਂ ਦੇਖੋ ਕਿ ਉਸ ਵੇਲੇ ਕੀ ਪੀਕ ਹੋਊਗੀ ਹਰ ਰੋਜ਼ ਦਾ ਮੇਰਾ ਕਿੰਨਾ ਸਫਰ ਹੋਊਗਾ ਕਿੰਨੇ ਲੋਕ ਮੇਰੇ ਆਸੇ ਪਾਸੇ ਹੋਣਗੇ ਕਿੰਨੀ ਮਾਇਆ ਮੇਰੇ ਆਸੇ ਪਾਸੇ ਹੋਊਗੀ ਜਿਹੜੀ ਕਿ ਹੁਣ ਤੱਕ ਕੰਟੀਨਿਊ ਹੈ ਉਹ ਤੋਂ ਵਧਿ ਹੋਈ ਹੈ ਘਟਈ ਨਹੀਂ ਹੈ ਇੱਥੇ ਆ ਕੇ ਡੁੱਬ ਜਾਣਾ ਆਰਟਿਸਟ ਦਾ ਮੈਨੂੰ ਲੱਗਦਾ ਕਿ ਮੈਂ ਕੋਈ ਨਾਂ ਨਹੀਂ ਮੈਂਸ਼ਨ ਕਰੂੰਗਾ ਪਰ ਮੈਂ ਜਿੰਨਾ ਕਿ ਇੰਡਸਟਰੀ ਨੂੰ ਜਿੰਨਾ ਕਿ ਨੇੜੇੋਂ ਦੇਖਿਆ ਤਾਂ ਮੈਨੂੰ ਲੱਗਦਾ ਕਿ ਹਰ ਇਨਸਾਨ ਦੇ ਇਹੀ ਟਾਰਗੇਟ ਸੈੱਟ ਕੀਤੇ ਹੋਏ ਆ ਕੋਈ ਇੱਕਾ ਦੁੱਕਾ ਮੇਰੇ ਭੈਣ ਭਰਾਵਾਂ ਨੂੰ ਛੱਡ ਕੇ ਕਿ ਇਹੀ ਜ਼ਿੰਦਗੀ ਦਾ ਸੱਚ ਹੈ ਕਿ ਬਹੁਤ ਸਾਰੀ ਮਾਇਆ ਦਾ ਆ ਜਾਣਾ ਆਪਣੇ ਆਪ ਨੂੰ ਸਾਬਤ ਕਰ ਦੇਣਾ ਕਿ ਦੇਖਿਆ ਮੈਂ ਕਮਰ ਸਿੰਘ ਕੋਈ ਚੀਜ਼ ਹੈ ਦੇਖਿਆ ਅੱਜ 100 ਮਿਲੀਅਨ ਹੋ ਗਿਆ 200 ਮਿਲੀਅਨ ਹੋ ਗਿਆ ਸੋ ਇਸ ਸਪੀਡ ਚ ਇੰਨੇ ਰਸ਼ ਚ ਜਿਹੜਾ ਖਿਆਲਾਂ ਦਾ ਰਸ਼ ਕਹਾਂਗਾ ਮੈਂ ਇਸ ਰਸਤੇ ਵਿੱਚ ਜੇ ਕਿਸੇ ਨੇ ਸਾਭਿਆ ਮੈਨੂੰ ਤਾਂ ਉਹ ਬੇਬੇ ਹੀ ਹੈ ਕਿਉਂਕਿ ਉਹਨਾਂ ਨੇ ਮੈਨੂੰ ਕਦੇ ਵੀ ਕੋਈ ਆ ਜੱਗ ਵਾਲੀ ਗੱਲ ਨਹੀਂ ਕਹੀ ਉਹਨਾਂ ਨੇ ਹਮੇਸ਼ਾ ਮੈਨੂੰ ਇਹੀ ਆਖਿਆ ਕਿ ਪੁੱਤ ਉਹ ਮਹਾਰਾਜ ਹੈ ਸੁਪਰੀਮ ਪਾਵਰ ਹੈ ਉਹ ਜਿਹਦੇ ਪਲਾਨ 'ਚ ਲਿਖਿਆ ਹੋਇਆ ਸੀ ਕਿ ਤੈਨੂੰ ਮਕਬੂਲ ਕਰਨਾ ਉਹਨੇ ਸ਼ੌਹਰਤ ਸਭ ਦਾ ਦਿਮਾਗ ਖਰਾਬ ਕਰਦੀ ਹੈ ਤੁਹਾਡਾ ਨਹੀਂ ਕੀਤਾ ਫਿਰ ਦੇਖੋ ਭਾਈ ਜਿੰਨਾ ਕੁ ਮੈਂ ਸੰਭਲਿਆ ਇਸ ਚੀਜ਼ ਤੋਂ ਤਾਂ ਉਹ ਬੇਬੇ ਕਰਕੇ ਹੀ ਸੀ ਹਾਂ ਇਹ ਨਹੀਂ ਕਿ ਮੈਂ ਕੋਈ ਸੰਤ ਬਣ ਕੇ ਵਿਚਰ ਰਿਹਾ ਸਮਾਜ 'ਚ ਹਾਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਮੈਨੂੰ ਵੀ ਪਰ ਜਿਕੇ ਸੇ ਚੀਜ਼ ਨੇ ਮੇਰੇ ਮੈਨੂੰ ਆਕੇ ਧੱਕਾ ਦਿੱਤਾ ਵੀ ਹੈ ਵੱਜਣਸਾਰ ਮੇਰਾ ਪਹਿਲਾ ਖਿਆਲ ਹੀ ਹੈ ਜਿਵੇਂ ਕਿ ਫਾਰ ਇਗਜ਼ਾਮਪਲ ਹਰ ਰੋਜ਼ ਇੱਕ ਡਾਇਲੋਗ ਕਿਸੇ ਮਸ਼ਹੂਰ ਬੰਦੇ ਦੇ ਆਸ-ਪਾਸੇ ਹੁੰਦਾ ਹੈ ਕਿ ਵਾਹ ਕਮਰ ਕਿਆ ਬਾਤ ਗਾਉਣਾ ਯਾਰ ਤੂੰ ਓਨੈਸਟਲੀ ਮੰਨਿਓ ਕਿ ਪਹਿਲਾ ਖਿਆਲ ਹੀ ਹੁੰਦਾ ਕਿ ਮਹਾਰਾਜ ਜੇ ਤੂੰ ਗਵਾਉਣਾ ਤਾਂ ਮੈਂ ਗਾਉਣਾ ਜੇ ਮੈਂ ਪੁੱਛਾਂ ਹੰਕਾਰ ਨਹੀਂ ਹੈ ਕਮਰ ਗਰੇਵਾਲ ਚ ਨਹੀਂ ਹੈ ਬੇਸ਼ੱਕ ਹੈ ਬੇਸ਼ੱਕ ਹੈ ਮੈਂ ਤੈਨੂੰ ਕਹਿ ਰਿਹਾ ਹਾਂ ਓਨੈਸਟਲੀ ਮੈਂ ਤਾਂ ਮੰਨ ਰਿਹਾ ਕਿ ਹੰਕਾਰ ਹੈ ਪਰ ਇੱਕ ਹੁੰਦਾ ਹੈ ਕਿ ਉਸ ਖਿਆਲ ਦੇ ਉੱਪਰ ਅਗਲੇ ਖਿਆਲ ਦਾ ਪੋਜ਼ਿਟਿਵ ਖਿਆਲ ਦਾ ਆ ਕੇ ਭਾਰੂ ਪੈ ਜਾਣਾ ਉਹ ਇੱਕ ਸਾਧੂ ਦੀ ਸੰਗਤ ਚੋਂ ਮੈਨੂੰ ਮਿਲਿਆ ਹੋਇਆ ਇਸ ਤਰ੍ਹਾਂ ਵਿੱਚ ਕਿ ਬੇਬੇ ਹੋਰਾਂ ਦੀਆਂ ਦਸੀਆਂ ਹੋਈਆਂ ਗੱਲਾਂ ਔਰ ਨਾਲ ਨਾਲ ਫਿਰ ਤੁਹਾਡੀ ਇੱਕ ਆਪਣੀ ਵੀ ਯਾਤਰਾ ਹੁੰਦੀ ਹੈ ਜੋ ਬੈਲੈਂਸ ਹੁੰਦੀ ਰਹਿੰਦੀਆਂ ਚੀਜ਼ਾਂ ਫਿਰ ਜੀ ਜੀ ਬਿਲਕੁਲ ਜਿਹੜੀ ਚੀਜ਼ ਦਿਮਾਗ ਨੂੰ ਚੜਦੀ ਉਹ ਬੈਲੈਂਸ ਕਰ ਲੇ ਜੀ ਬਿਲਕੁਲ ਭਾਈ ਬਿਲਕੁਲ ਬਿਲਕੁਲ ਚੜਦੀ ਹੈ ਦਿਮਾਗ ਨੂੰ ਆਕੇ ਤੁਸੀਂ ਦੇਖੋ ਜਿਸ ਦਿਨ ਰੇਡ ਹੋਈ ਸੀ ਤਾਂ ਜਿਹੜੇ ਕਮਿਸ਼ਨਰ ਭਰਾ ਸੀ ਉਹ ਮੈਨੂੰ ਬਾਅਦ ਚ ਜਦੋਂ ਤਿੰਨ ਚਾਰ ਘੰਟੇ ਬਾਅਦ ਜਦੋਂ ਅਸੀਂ ਥੋੜਾ ਰਿਲੈਕ ਕਹਿੰਦਾ ਛੋਟੇ ਵੀਰ ਅਸੀਂ ਬਹੁਤ ਘੱਟ ਲੋਕ ਐਦਾਂ ਦੇ ਦੇਖਦੇ ਆ ਕਿ ਜਦੋਂ ਅਸੀਂ ਕਿਸੇ ਦੇ ਘਰੇ ਆਪਰੇਸ਼ਨ ਕਰਦੇ ਆ ਨਾ ਤਾਂ ਬੰਦਾ ਯਾਰ ਕਹਿੰਦਾ ਹਿੱਲ ਜਾਂਦਾ ਜਾਨੀ ਇੱਕ ਵਾਰੀ ਟੈਂਪਰਮੈਂਟ ਆਪਣਾ ਛੱਡ ਜਾਂਦਾ ਜਿਵੇਂ ਹੀ ਕਈ ਬੰਦੇ ਬਹੁਤ ਲਾਊਡ ਬੋਲਣ ਲੱਗ ਜਾਂਦੇ ਆ ਹੈ ਬਹੁਤ ਕੁਝ ਹੋਣ ਲੱਗ ਜਾਂਦਾ ਕਈਆਂ ਨੂੰ ਕੋਈ ਪ੍ਰੋਬਲਮ ਵੈਸੇ ਕੋਈ ਦੌਰਾ ਪੈ ਗਿਆ ਜਾਂ ਉਹਨਾਂ ਦੀ ਭਾਸ਼ਾ 'ਚ ਕੁਝ ਬਦਲਾਅ ਆ ਗਿਆ ਕਹਿੰਦਾ ਯਾਰ ਤੂੰ ਮੈਂ ਮੈਂ ਉਸ ਵੇਲੇ ਫੋਨ ਸੁਣ ਰਿਹਾ ਸੀ ਮੈਂ ਬੇਬੇ ਨਾਲ ਹੀ ਫੋਨ 'ਤੇ ਗੱਲ ਕਰ ਰਿਹਾ ਸੀ ਤਾਂ ਜਦੋਂ ਉਹਨਾਂ ਨੇ ਮੈਨੂੰ ਆ ਕੇ ਕਿਹਾ ਕਿ ਕਿ ਇਦਾਂ ਕਰਕੇ ਵੀ ਆ ਵੀ ਅਸੀਂ ਇਸ ਡਿਪਾਰਟਮੈਂਟ ਤੋਂ ਆਏ ਆ ਤੇ ਅਸੀਂ ਆਪਰੇਸ਼ਨ ਚਾ ਕਿ ਤੁਸੀਂ ਫੋਨ ਪਲੀਜ਼ ਬੰਦ ਕਰ ਦਿਓ ਤਾਂ ਮੈਂ ਹੱਸਦੇ ਹੱਸਦਾ ਬੇਬੇ ਨੂੰ ਆਖਿਆ ਸੀ ਬੇਬੇ ਕੁਛ ਸੱਦਨ ਘਰੇ ਆਏ ਕੁਛ ਇਹਨਾਂ ਦਾ ਆਪਣਾ ਕੰਮ ਹੈ ਸੋ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦਾ ਤਾਂ ਉਹਨਾਂ ਨੇ ਮੈਨੂੰ ਬਾਅਦ ਚ ਕਹਿੰਦੇ ਯਾਰ ਤੈਨੂੰ ਘਬਰਾਹਟ ਨਹੀਂ ਹੋਈ ਸੋ ਮੈਂ ਕਿਹਾ ਬਾਈ ਹੁਣ ਜਾ ਤਾਂ ਹੋਵੇ ਨਾ ਵੀ ਮੈਂ ਉਸ ਤਰੀਕੇ ਨਾਲ ਕੋਈ ਚੋਰੀ ਕਰਕੇ ਘਰੇ ਬਹੁਤ ਕੁਝ ਰੱਖੀ ਬੈਠਾ ਹਾਂ ਸੋ ਸੋ ਇੱਕ ਇੱਕ ਘਟਨਾ ਸੀ ਕਿ ਜਿਹਦੇ ਚੋਂ ਮੈਂ ਬਾਅਦ ਚ ਬਹੁਤ ਕੁਝ ਸਿੱਖਿਆ ਕਿ ਯਾਰ ਉਸ ਵੇਲੇ ਮੈਨੂੰ ਘਬਰਾਹਟ ਕਿਉਂ ਨਹੀਂ ਹੋਈ ਉਸ ਜੀ ਨੇ ਮੈਨੂੰ ਆਪਣੇ ਆਪ ਨਾਲ ਗੱਲ ਕਰਕੇ ਇੱਕ ਹੱਲਾਸ਼ੇਰੀ ਦਿੱਤੀ ਕਿ ਕਬਰ ਕਿ ਇਹ ਇਹ ਇਹਨਾਂ ਤੇਰੇ ਖਿਆਲਾਂ ਦਾ ਹੀ ਨਤੀਜਾ ਹੈ ਕਿ ਜਿਹੜੇ ਤੂੰ 10 ਸਾਲ ਤੋਂ ਸੋਚਦਾ ਹੋਣਾ ਸੋ ਇਹ ਨਹੀਂ ਹੈ ਕਿ ਮੈਂ ਕੋਈ ਦੁਬਾਰਾ ਫਿਰ ਰਿਪੀਟ ਕਰਦਾ ਕਿ ਮੈਂ ਆਪਣੇ ਆਪ ਨੂੰ ਕੁਝ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕੋਈ ਬਹੁਤ ਵੱਡਾ ਇਨਸਾਨ ਹੈ ਨਹੀਂ ਇੱਕ ਸੰਗਤ ਤੁਹਾਨੂੰ ਕਿਦਾਂ ਪ੍ਰਭਾਵਿਤ ਕਰਦੀ ਆ ਸੋ ਸੰਗਤ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡਾਇਰੈਕਟਰ ਸੀ ਹੁਣ ਤੱਕ ਉਹ ਬੇਬੇ ਆ ਮੇਰੀ ਕਿ ਟਾਈਮ ਟੂ ਟਾਈਮ ਜਦੋਂ ਵੀ ਕੋਈ ਕੰਟਰੋਵਰਸੀ ਹੋਈ ਮੇਰੇ ਨਾਲ ਤਾਂ ਬੇਬੇ ਦੀ ਕਾਲ ਪਹਿਲਾਂ ਸੀ ਕਿ ਪੁੱਤ ਕਿਦਾਂ ਦੇਖਦਾ ਹੁਣ ਤੋਂ ਤਾਂ ਹੱਸ ਕੇ ਕਹਿਣਾ ਕਿ ਕੁਝ ਚੀਜ਼ਾਂ ਨੇ ਪ੍ਰਭਾਵਤ ਕਰ ਰਹੀਆਂ ਉਹਨਾਂ 'ਚ ਫਿਰ ਉਹ ਪ੍ਰਭਾਵ ਮੇਰੇ 'ਚ ਕੱਢਣਾ ਕਿ ਨਹੀਂ ਇਹ ਵੀ ਸੱਚ ਨਹੀਂ ਹੈ ਹੌਲੀ ਹੌਲੀ ਚੱਲਦਾ ਚੱਲਦਾ ਜਦੋਂ ਹੁਣ ਤੱਕ ਆ ਸਾਰੇ ਲਾਮ ਲਸ਼ਕਰ ਮਾਇਆ ਨੂੰ ਬੇਬੇ ਨੇ ਹਰ ਵਾਰੀ ਠੁਕਰਾ ਕੇ ਕਹਿਣਾ ਕਿ ਪੁੱਤ ਇਹ ਸੱਚ ਨਹੀਂ ਹੈ ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਤੁਸੀਂ ਅੰਦਰ ਲੈ ਕੇ ਜਾਂਦੇ ਹੋ ਤਾਂ ਹੁਣ ਹੌਲੀ ਹੌਲੀ ਸੱਚ ਕੀ ਹੈ ਉਸ ਚੀਜ਼ ਵਾਲੇ ਪਾਸੇ ਨੂੰ ਚੱਲ ਪਿਆ ਕੰਮ ਕਿ ਯਾਰ ਆ ਫਿਰ ਜਿਹੜਾ ਖਲਿਆਰਾ ਰੱਬ ਨੇ ਮੇਰਾ ਪਾਇਆ ਵੇ ਇਹ ਸੱਚ ਥੋੜੇ ਯਾਰ ਕਮਰ ਨੂੰ ਡਰ ਲੱਗਦਾ ਕਿਸੇ ਗੱਲ ਤੋਂ ਜੋ ਮਿਲ ਗਿਆ ਉਹਨੂੰ ਗਵਾਉਣ ਦਾ ਜਾ ਕਿਸੇ ਗੱਲ ਦਾ ਕੋਈ ਡਰ ਨਹੀਂ ਹੈ ਨਹੀਂ ਭਾਈ ਨਹੀਂ ਨਹੀਂ ਮੈਂ ਮੈਂ ਤਿਆਰ ਹਾਂ ਜੀ ਅੱਜ ਵੀ ਮਹਾਰਾਜ ਮੈਨੂੰ ਕਹਦੇ ਕਿ ਫਿਰ ਤੂੰ ਇੱਕ ਲੋਕਲ ਲੈਵਲ ਤੇ ਜਾ ਕੇ ਗਾਏਗਾ ਘਰ ਬੈਠ ਕੇ ਗਾਏਗਾ ਤਾਂ ਮੈਨੂੰ ਹੁਣ ਨਹੀਂ ਫਰਕ ਪੈਣਾ ਭਾਈ ਇਸ ਚੀਜ਼ ਦਾ ਅਭਿਆਸ ਵੈਸੇ ਡਰ ਹੈ ਕਿਸੇ ਗੱਲ ਦਾ ਕੁਝ ਕੁਝ ਵੀ ਖੁੱਸ ਨਾ ਜਾਵੇ ਮਾਇਆ ਕਿਉਂ ਨਹੀਂ ਭਾਈ ਹੋਰ ਖੋਰ ਕਿਸ ਚੀਜ਼ ਦਾ ਡਰ ਹੋਊਗਾ ਭਾਈ ਹਨਾ ਮੈਂ ਤਾਂ ਮੇਰੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਕਹਿਣਾ ਹੁੰਦਾ ਕਿ ਕਿ ਯਾਰ ਸਾਈਕਲ ਤੱਕ ਦੀ ਹਸੀਅਤ ਨਹੀਂ ਸੀ ਐਸ ਕਮਰ ਦੀ ਇੱਕਦਮ ਅੱਜ ਮੈਨੂੰ ਮੈਂ ਹਰ ਹਰ ਮਹੀਨੇ ਚ ਜਾਜਾਂ ਦਾ ਸਫ਼ਰ ਕਰ ਰਿਹਾ ਤੇ ਇਹ ਉਸੇ ਦੀ ਖੇੜੀ ਹੈ ਨਾ ਤੇ ਕਿਵੇਂ ਮੈਂ ਇੱਕ ਉਹ ਐਡੀ ਡਿਸਟਰਬ ਜੀ ਕਬੀਲਦਾਰੀ ਚੋਂ ਅੱਜ ਆਪਦੇ ਮਾਪਿਆਂ ਨੂੰ ਇੰਨਾ ਸੌਖਿਆ ਦੇਖਦਾ ਆਪਦੇ ਪਰਿਵਾਰ ਨੂੰ ਬੱਚੇ ਤੰਦਰੁਸਤ ਨੇ ਸਭ ਕੁਝ ਸਰੀਰ ਤੰਦਰੁਸਤ ਹੈ ਤੇ ਸੰਗੀਤ ਹੈ ਹੁਣ ਜਿਵੇਂ ਦੇਖੋ ਬੇਬੇ ਮੁਰਾ ਅਕਸਰ ਕਹਿੰਦੀ ਹੁੰਦੀ ਸੀ ਕਹਿੰਦੀ ਦੇਖ ਸਾਰਾ ਜੱਗ ਕਲਾਕਾਰਾਂ ਦਾ ਔਰ ਕਿਸੇ ਵੀ ਕਲਾ ਦੇ ਵਿੱਚ ਤਿੰਨ ਫਲਸਫੇ ਪਏ ਆ ਤੇਰੀ ਕਲਾ 'ਚ ਤਾਂ ਖਾਸ ਤੌਰ ਤੇ ਪਏ ਆ ਬੇਬੇ ਕਿਹੜੇ ਕਿਹੜੇ ਕਹਿੰਦੀ ਸਭ ਤੋਂ ਪਹਿਲਾਂ ਗਿਆਨ ਜੋ ਤੂੰ ਛੋਟੇ ਹੁੰਦਾ ਤੋਂ ਉਸਤਾਦ ਤੋਂ ਸਿੱਖਦਾ ਹੁੰਦਾ ਸੀ ਬਾਜੇ ਤੇ ਕਦੇ ਸਰਗਮ ਸਿੱਖੀ ਕਦੇ ਰਾਗ ਸਿੱਖਿਆ ਉਸ ਤੋਂ ਬਾਅਦ ਕਹਿੰਦੀ ਤੇਰੀ ਕਲਾ 'ਚ ਵਿਗਿਆਨ ਆਇਆ ਹੈਨਾ ਤੂੰ ਇੱਕ ਰਾਗ ਦੇ ਵਿੱਚ ਦੂਜੇ ਰਾਗ ਨੂੰ ਕਿੱਦਾਂ ਕਲੈਬਰੇਟ ਕਰਨਾ ਹੈ ਇਹ ਪਰਿਵਾਰਾਂ ਵਾਂਗੂ ਹੁੰਦੇ ਰਾਗ ਸਟੇਜ ਤੇ ਖੜਾ ਖੜਾ ਗੱਲ ਕਰਦਾ ਹੈ ਉਹ ਤਰ੍ਹਾਂ ਵਿਗਿਆਨ ਆ ਤੂੰ ਖੋਜ ਕਰ ਰਿਹਾ ਹੈ ਇਹ ਕੋਈ ਕੰਪੋਜੀਸ਼ਨ ਨੂੰ ਦੂਸਰੀ ਕੰਪੋਜੀਸ਼ਨ ਨਾਲ ਕਲੈਬੋਰੇਟ ਕਰਨਾ ਉਸ ਤੋਂ ਬਾਅਦ ਕਹਿੰਦੀ ਪੁੱਤੇ ਇਹਦੇ ਵਿੱਚ ਬ੍ਰਹਮ ਗਿਆਨ ਵੀ ਪਿਆ ਹੈ। ਸੰਗੀਤ ਨੂੰ ਤਾਂ ਕਹਿੰਦੀ ਸਾਡੇ ਗ੍ਰੰਥ ਸ਼ਾਸਤਰ ਸਾਡੇ ઋષਿ ਮੁਨੀ ਗਿਆਨੀ ਵਿਗਿਆਨੀ ਲੋਕ ਸਭ ਕਹਿੰਦੇ ਆ ਕਿ ਸੰਗੀਤ ਤਾਂ ਸਿੱਧਾ ਕਨੈਕਟ ਕਰਦਾ ਉਹਦੇ ਨਾਲ। ਤਾਂ ਕਹਿੰਦੀ ਹੁਣ ਜੇ ਤਾਂ ਮਾਇਆ ਵਾਲੇ ਪਾਸੇ ਇਸ ਪਾਸੇ ਗੇਮ ਖੇਡਣੀ ਹੈ ਤੇਰੀ ਮਰਜ਼ੀ ਹੈ ਜੋੜਨ ਵਾਲੇ ਪਾਸੇ ਪਰ ਮੈਨੂੰ ਲੱਗਦਾ ਕਹਿੰਦੀ ਤੂੰ 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 ਬ੍ਰਹਮ ਵੀ ਪਾ ਸਕਦਾ ਇਹਦੇ ਚੋ। ਇਹਦੇ ਚ ਐਨੀ ਕਿ ਪਿਓਰਿਟੀ ਹੈ ਤੇਰੇ ਸ਼ਬਦ ਵੀ ਤੈਨੂੰ ਮਹਾਰਾਜ ਨੇ ਇਹ ਜਿਹਾ ਦਿੱਤਾ ਕਿ ਤੂੰ ਫਕੀਰੀ ਗਾਣਾ ਗਾ ਰਿਹਾ। ਸੋ ਸਮਝਦਾ ਹੀ ਲੱਗਦਾ ਬਾਈ ਹੁਣ ਕਿ ਜਿਹੜਾ ਇਹ ਗਾਣਾ ਹੈ ਹੌਲੀ ਹੌਲੀ ਔਰ ਇੱਕ ਗੱਲ ਹੋਰ ਵੀ ਬਾਈ ਮੈਂ ਕੋਈ ਜੇ ਮੈਨੂੰ ਮਹਾਰਾਜ ਨੂੰ ਉਮਰ ਦਿੱਤੀ ਹੋਈ ਤੇ ਇਹ ਸ਼ੋਹਰਤ ਇਸ ਤਰ੍ਹਾਂ ਦਿੱਤੀ ਹੋਈ ਮੈਂ ਬਹੁਤ ਲੰਮਾ ਟਾਈਮ ਨਹੀਂ ਗਾਉਂਗਾ ਬਾਈ ਮੈਂ ਮੈਂ ਤੂੰ ਆਪਦੇ ਭਰਾ ਤੇ ਮਾਣ ਕਰੀਂ ਕਿ ਮੈਂ 60 65 ਸਾਲ ਦੀ ਉਮਰ 'ਚ ਵਿਆਹਾਂ ਤੇ ਦਸਾਂ ਦਸਾਂ ਦੇ ਨੋਟ ਇਕੱਠੇ ਕਰਨ ਵਾਲਾ ਗਵਈਆ ਨਹੀਂ ਹੋਊਂਗਾ ਮੈਕ ਟਾਈਮ ਆਊਗਾ ਜਦੋਂ ਮੈਂ ਜੇ ਜੇ ਚੀਜ਼ ਹੋਣੀ ਹੋਈ ਕੋਈ ਰੱਬ ਦਾ ਕੁਝ ਨਹੀਂ ਪਤਾ ਹੋ ਸਕਦਾ ਕਿ ਮਹੀਨੇ ਬਾਅਦ ਕੋਈ ਕਿ ਮੈਨੂੰ ਕੋਈ ਪੁੱਛਦਾ ਵੀ ਨਾ ਹੋਵੇ ਇਹ ਵੀ ਹੋ ਸਕਦਾ ਪਰ ਜੇ ਮੇਰੀ ਜੇ ਮੇਰਾ ਸਫਰ ਇਸੇ ਤਰ੍ਹਾਂ ਰਿਹਾ ਤਾਂ ਤੁਸੀਂ ਤੁਸੀਂ ਇਹ ਗਵਈਆ ਪਹਿਲਾ ਗਵਈਆ ਦੇਖੋਗੇ ਜਿਹੜਾ ਇੱਕ ਪ੍ਰੈਸ ਕਾਨਫਰੈਂਸ ਕਰਕੇ ਅਨਾਉਂਸਮੈਂਟ ਕਰੂੰਗਾ ਕਿ ਅੱਜ ਤੋਂ ਬਾਅਦ ਮੈਂ ਮੈਂ ਖੜੇ ਨਹੀਂ ਲਾਊਗਾ ਹਾਂ ਰਿਲੀਜ਼ ਕਰਦਾ ਰਹੂੰਗਾ ਸਟੂਡੀਓ ਲਾਈਨ ਚ ਮੇਰਾ ਸ਼ਕਮ ਹੈ ਮੈਂ ਉਹ ਚੀਜ਼ਾਂ ਸਿੱਖ ਰਿਹਾ ਕਿ ਇੱਕ ਗਾਣੇ ਦਾ ਮਿਊਜ਼ਿਕ ਕਿੱਦਾਂ ਬਣਦਾ ਹੈ ਉਹਦੀ ਕੰਪੋਜੀਸ਼ਨ ਕਿੱਦਾਂ ਬਣਦੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇ ਸਾਜ਼ ਹੋਣੇ ਚਾਹੀਦੇ ਆ ਇੰਡੀਅਨ ਕਲਾਸਿਕਲ ਮਿਊਜ਼ਿਕ ਨੂੰ ਕਿਸੇ ਵੈਸਟਰਨ ਕਲਾਸਿਕਲ ਨਾਲ ਕਦਾਂ ਕਲੈਬੋਰੇਟ ਕਰ ਰਹੇ ਹਾਂ ਮੇਰੀ ਹੁਣ ਐਲਬਮ ਆ ਰਹੀ ਹੈ ਜਗੇ ਰਣ ਜੋਗੀ ਜਿਹੜੀ ਆਈ ਹੈ ਹੁਣ ਇਹਦੇ 'ਚ ਮੈਂ ਹਣੀ ਸਿੰਘ ਨਾਲ ਵੀ ਗਾ ਰਹੇ ਹਾਂ ਹਣੀ ਸਿੰਘ ਨਾਲ ਗੀਤ ਹੈ ਮੇਰਾ ਇੱਕ ਸੋ ਇੱਕ ਹਰਸ਼ਦੀਪ ਨਾਲ ਗੀਤ ਹੈ ਬੰਬੇ ਵਾਲੀ ਸਾਡੀ ਭੈਣ ਸੋ ਸੋ ਜਿੱਦਾਂ ਦੇ ਮੇਰੇ ਹੁਣ ਇੱਕ ਮੈਂ ਇਹੀ ਕਹੂੰਗਾ ਕਿ ਜਿੱਦਾਂ ਹੁਣ ਮੈਂ ਸ਼ਿਵਾ ਗਾਇਆ ਕ੍ਰਿਸ਼ਨਾ ਗਾ ਰਹੇ ਹਾਂ ਨੌਵੇਂ ਮਹੱਲੇ ਦੇ ਸ਼ਲੋਕ ਗਾ ਰਹੇ ਹਾਂ ਚਪਾਈ ਸਾਫ ਤੇ ਕੰਮ ਕਰ ਰਹੇ ਹਾਂ ਸੀ ਫਜ਼ਰ ਦੀ ਨਮਾਜ਼ ਗਾ ਰਹੇ ਹਾਂ ਮੈਂ ਸੋ ਹੌਲੀ ਹੌਲੀ ਮੈਂ ਆਪਣੇ ਮਿਊਜ਼ਿਕ ਨੂੰ ਬਾਈ ਉਹ ਪਾਵਰ ਦੇ ਨਾਲ ਕਨੈਕਟ ਕਰਨਾ ਚਾਹੁੰਦਾ ਕੋਸ਼ਿਸ਼ ਕਰੂੰਗਾ ਆਨੈਸਟਲੀ ਜੋ ਮੇਰੇ ਅੰਦਰ ਹੈ ਬਾਕੀ ਤਾਂ ਉਹਦੇ ਤੇ ਹੈ ਕਿ ਉਹਦੇ ਪਲਾਨ ਚ ਕੀ ਹੈ ਸੋ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜੀਆਂ ਮੇਰੇ ਅੰਦਰ ਨੇ ਬਾਕੀ ਖੁੱਸਣਾ ਫਿਰ ਕਾਦਾ ਭਾਈ ਜਦੋਂ ਸੰਗੀਤ ਮੇਰੇ ਅੰਦਰ ਹੈ ਖੋਜ ਮੇਰੀ ਜਾਰੀ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਬ੍ਰਹਮਵਾਲ ਨੂੰ ਲੈ ਕੇ ਜਾ ਸਕਦੀ ਹੈ ਤੇ ਇੱਥੋਂ ਵਾਲਾ ਜੇ ਕੋਈ ਆ ਚਾਰ ਦਮੜੇ ਅੱਗੇ ਪਿੱਛੇ ਵੀ ਹੋ ਜਾਣਗੇ ਮੈਨੂੰ ਫਰਕ ਨਹੀਂ ਪੈਂਦਾ ਤੁਸੀਂ ਬੇਬੇ ਬਾਰੇ ਇੰਨਾ ਬੋਲਦੇ ਹੋਗੇ ਜੀ ਤੁਹਾਨੂੰ ਤਾਂ ਪਤਾ ਉਹ ਕੌਣ ਨਹੀਂ ਗਈ ਜੀ ਜੇ ਤੁਸੀਂ ਦੁਨੀਆ ਨੂੰ ਦੱਸਣਾ ਹੋਵੇ ਥੋੜੇ ਸ਼ਬਦਾਂ ਚ ਉਹਨਾਂ ਦੀ ਵਿਆਖਿਆ ਕੀ ਹੈਗੀ ਕੌਣ ਨੇ ਉਹ ਬੇਬੇ ਬਹੁਤ ਕੌਣ ਨੇ ਕਿੱਥੋਂ ਮਤਲਬ ਉਹਨਾਂ ਦੀ ਜਰਨੀ ਕੀ ਹੈਗੀ ਬੇਬੇ ਇੱਕ ਬਹੁਤ ਚੰਗੇ ਇਨਸਾਨ ਨੇ ਹੈ ਨਾ ਮੈਂ ਨਹੀਂ ਕਹੂੰਗਾ ਕਿ ਉਹ ਕੋਈ ਸ਼ਕਤੀ ਹੈ ਕਿ ਉਹਨਾਂ ਦੇ ਕਹੇ ਤੇ ਆਏ ਹੋ ਜਾਊਗਾ ਇਹ ਹੋ ਜਾਊਗਾ ਜਾਂ ਮੈਂ ਉਹਨਾਂ ਦਾ ਦਿੱਤਾ ਖਾਨਾ ਨਹੀਂ ਇਹ ਗੱਲਾਂ ਉਹਨਾਂ ਨੇ ਮੈਨੂੰ ਆਪ ਬਿਠਾ ਕੇ ਸਮਝਾਈਆਂ ਸੀ ਕਹਿੰਦੀ ਪੁੱਤੇ ਇੱਥੇ ਦੁਨੀਆ ਤੇ ਬਹੁਤ ਉਹਨਾਂ ਦੀ ਜਰਨੀ ਕਿਵੇਂ ਸ਼ੁਰੂ ਹੁੰਦੀ ਹੈ ਉਹ ਕਿਸੇ ਨੂੰ ਮੰਨਦੇ ਸੀਗੇ ਕਿਤੇ ਜਾਂਦੇ ਸੀਗੇ ਕਿਤੇ ਪੜ੍ਹੇ ਲੈ ਕੇ ਕੀ ਥੋੜਾ ਦੱਸੋ ਉਹ ਪਹਿਲਾ ਐਜੂਕੇਟਡ ਨੇ ਸੋ ਪਹਿਲਾ ਇੱਕ ਸਕੂਲ ਚ ਪ੍ਰਿੰਸੀਪਲ ਵੀ ਰਹੇ ਆ ਉਹ ਸੋ ਸਾਧੂਆ ਦੀ ਸੰਗਤ ਚੋਂ ਹੀ ਐਦਾਂ ਵਾਧਿਆ 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 ਤੇ ਅੱਜ ਉਹ 60 ਪਲੱਸ 60 ਦੇ ਨੇੜੇ ਨੇ ਤੇ ਚੰਗੇ ਇਨਸਾਨ ਨੇ ਜੋ ਮੈਂ ਉਹਨਾਂ ਨੂੰ ਦੇਖਦਾ ਤੇ ਹਰ ਧਰਮ ਨੂੰ ਹਰ ਜਗ੍ਹਾ ਨੂੰ ਸਤਿਕਾਰ ਦਿੰਦੇ ਨੇ ਉਥੋਂ ਦੇ ਪੋਜ਼ਿਟਿਵ ਤੇ ਨੈਗੇਟਿਵ ਪੱਖ ਉਹਨਾਂ ਨੂੰ ਪਤਾ ਹੁੰਦੇ ਨੇ ਤੇ ਪਰ ਉਹ ਉਹਨਾਂ ਤੇ ਚਰਚਾ ਕਰਦੇ ਨੇ ਬਹੁਤ ਬਹੁਤ ਮੁਹੱਬਤ ਜੀ ਨਾਲ ਇੱਕ ਤੁਸੀਂ ਦੇਖਿਆ ਕਈ ਇਨਸਾਨ ਹੁੰਦੇ ਆ ਹੱਸਦੇ ਹੱਸਦੇ ਆ ਤੁਹਾਨੂੰ ਆਪਣਾ ਬਣਾ ਜਾਂਦੇ ਆ ਤੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੱਸ ਜਾਂਦੇ ਆ ਉਹ ਉਹ ਉਸ ਤਰ੍ਹਾਂ ਦੇ ਇਨਸਾਨਾ ਚ ਨੇ ਬੈਠ ਕੇ ਕਿ ਹੁਣ ਸਿੱਖੀズム ਸਿੱਖੀ ਚੋਂ ਨੇ ਸਿੱਖ ਪਰਿਵਾਰ ਚੋਂ ਨੇ ਇੱਕ ਜਿਵੇਂ ਅੱਜ ਕੱਲ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਨੇ ਸਿੱਖੀ ਨੂੰ ਬਹੁਤ ਜਾਨੀ ਇੱਕ ਜਾਨੀ ਵੜਾ ਰੱਖਿਆ ਚੁੱਪ ਜੀ ਵਿਹਦ ਤੇ ਬਹੁਤ ਸਿਆਣੇ ਜੇ ਬਣ ਕੇ ਬੈਠਣਾ ਹੱਸਣਾ ਨਹੀਂ ਹੈ ਉਸ ਚੀਜ਼ ਤੋਂ ਪਾਰ ਨੇ ਉਹ ਕਹਿੰਦੇ ਯਾਰ ਸਾਡੇ ਕੋਲ ਤਾਂ ਬਾਬੇ ਨੇ ਆਨੰਦ ਸਾਹਿਬ ਬਖਸ਼ਿਆ ਐਸ ਤੋਂ ਬਾਅਦ ਖੇੜਾ ਹੀ ਕਿਸੇ ਬਾਣੀ ਚ ਨਹੀਂ ਜਦੋਂ ਕਾਹੀ ਦਿੱਤਾ ਕਿ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਸਤਿਗੁਰੂ ਹੀ ਮਿਲ ਗਿਆ ਤੇ ਬੰਦਾ ਫਿਰ ਤਾਂ ਨੱਚੂਗਾ ਯਾਰ ਅੰਦਰੋਂ ਨੱਚੂਗਾ ਫਿਰ ਤਾਂ ਖੇੜਾ ਸੋ ਬੇਬੇ ਬੇਸਿਕਲੀ ਔਰ ਐਜੂਕੇਸ਼ਨ ਉਹਨਾਂ ਕੋਲੇ ਕਿਸੇ ਵੀ ਭਾਸ਼ਾ ਚ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਸੋ ਸੋ ਦੁਨੀਆ ਦੇਖ ਰਹੇ ਨੇ ਉਹ ਕੰਫਰ ਰ ਰਹੇ ਨੇ ਫੋਰਨ ਚ ਵੀ ਜਾਂਦੇ ਨੇ ਤੇ ਐਦਾਂ ਹੀ ਗਾਉਂਦੇ ਨੇ ਆ ਬਹੁਤ ਸੋਹਣੇ ਗਵਈਏ ਨੇ ਆਪ ਆਪ ਭਜਨ ਗਾਉਂਦੇ ਨੇ ਬਹੁਤ ਸੋਹਣਾ ਗਾਉਂਦੇ ਨੇ ਮੇਰੇ ਨਾਲ ਵੀ ਕਦੇ ਮੈਨੂੰ ਨਾਲ ਬਿਠਾ ਕੇ ਅਕਸਰ ਗਾਉਂਦੇ ਨੇ ਕੈਲੀਬ੍ਰੇਸ਼ਨ ਸੋਚਿਆ ਕਦੇ ਵੀ ਹਾਂ ਤੁਸੀਂ ਇਕੱਠੇ ਕੋਈ ਕੈਲੀਬ੍ਰੇਸ਼ਨ ਹੋਵੇ ਤੇ ਤੁਹਾਡਾ ਇੰਨਾ ਪਿਆਰ ਆਗਾ ਜੀ ਨਹੀਂ ਇਹਦਾ ਸਟੂਡੀਓ ਲਾਈਨ ਤੋਂ ਚਲੋ ਦੂਰ ਨੇ ਉਹ ਇਦਾਂ ਤਾਂ ਕਈ ਵਾਰੀ ਕਿਸ ਸੱਜਣਾਂ ਨਾਲ ਰੱਖੇ ਲੂੰਗਾ ਆਗਾ ਉੱਥੇ ਹਾਂ ਵੈਸੇ ਗਾਉਨੇ ਆਸੀਂ ਮਾਂ ਪੁੱਤ ਅਸੀਂ ਮਾਂ ਪੁੱਤ ਗਾਉਨੇ ਆ ਪਰ ਇੱਕ ਚੀਜ਼ ਹੈ ਕਿ ਅਸੀਂ ਮਾਂ ਪੁੱਤ ਹੈ ਗੁਰੂ ਚੇਲਾ ਨਹੀਂ ਹੈਗੇ ਪਹਿਲੋ ਪਹਿਲ ਜਦੋਂ ਬੰਧਰੋਲ ਪਿਆ ਸੀ ਨਾ ਜਦੋਂ ਮੈਨੂੰ ਲੋਕ ਕਹਿੰਦੇ ਸੀ ਕਿ ਇੱਕ ਪ੍ਰੋਡਕਟ ਆ ਗਿਆ ਹੁਣ ਇਹ ਆਪਦੇ ਬੇਬੇ ਨੂੰ ਉਹਦਾ ਕਰੂਗਾ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਕਹਿੰਦਾ ਸੀ ਨਹੀਂ ਓਏ ਉਹ ਤਾਂ ਆਪ ਮੈਨੂੰ ਕਹਿ ਕੇ ਤੋੜਦੀ ਆ ਰੋਜ਼ ਕਿ ਵੇਖੀਂ ਕਿ ਤੇ ਸਟੇਜ ਤੇ ਆਏ ਨਾ ਕਹਦੀ ਵੀ ਮਾਂ ਤੇਰੀ ਗੁਰੂ ਆ ਮਾਂ ਹੈ ਮਾਂ ਤੇਰੀ ਮਾਂ ਪੁੱਤ ਦੀ ਆਪਣੀ ਡਿਸਕਸ਼ਨ ਹੈ ਸੋ ਤੁਸੀਂ ਵੀ ਕਦੇ ਜੇ ਉੱਥੇ ਆਓਗੇ ਨਹੀਂ ਨਹੀਂ ਮੈਂ ਤੁਹਾਡੇ ਨਾਲ ਚਲੂੰਗਾ ਤੁਹਾਨੂੰ ਬਹੁਤ ਚੰਗਾ ਲੱਗੂਗਾ ਬਹੁਤ ਚੰਗਾ ਲੱਗੂਗਾ ਉਹ ਉਸ ਪਿਰਤੋ ਕੇ ਕੁੰਡੀ ਲਾ ਕੇ ਉਹਦਾ ਜੀ ਧਿਆਨ ਚ ਬੈਠੇ ਨੇ ਉਹ ਦਰਸ਼ਨ ਦੇਣਗੇ ਦਰਸ਼ਨ ਨਹੀਂ ਦੇਣਗੇ ਉਸ ਕਲਚਰ ਤੋਂ ਬਹੁਤ ਵਾਰ ਨੇ ਉਹ ਤਾਂ ਤੁਹਾਨੂੰ ਉਹਨਾਂ ਦਾ ਇੰਟਰਵਿਊ ਕਰਦੇ ਉਹਨਾਂ ਨਾਲ ਗੱਲਾਂ ਕਰਦੇ ਤੁਹਾਨੂੰ ਨਾਲ ਬਿਠਾ ਕੇ ਹੋ ਸਕਦਾ ਹੋ ਸਕਦਾ ਜੇ ਰਾਜ਼ੀ ਹੋ ਜਾਣ ਤਾਂ ਹੋ ਸਕਦਾ ਤੁਸੀਂ ਪੁੱਛ ਲਿਓ ਮੈਂ ਵੀ ਪੁੱਛ ਲਊਗਾ ਜੀ ਅੱਛਾ ਅਧਿਆਤਮਿਕ ਇਸ਼ਕ ਤਾਂ ਬਹੁਤ ਹੋਏ ਦੁਨਿਆਵੀ ਇਸ਼ਕ ਵੀ ਹੋਇਆ ਕੋਈ ਚਾਹ ਨਾਲੇਸ਼ ਕਮਰਾ ਕੋਟਪਾਰਕ ਤੋਂ ਤੁਹਾਨੂੰ ਜਵਾਬ ਦੇ ਰਹੇ ਆ ਚਾਹ ਮੈਂ ਨੀ ਯੂਨੀਵਰਸਿਟੀ ਦੀ ਲਾਈਫ ਆ ਕਾਲਜ ਦੀ ਲਾਈਫ ਆ ਕਦੇ ਕੋਈ دنی aviਸ਼ ਕੋ ਹੋਇਆ ਸੀ ਮੇਰਾ ਤਾਂ ਬੜੇ ਇਸ਼ਕ ਰਹੇ ਆ ਬਾਈ ਮੇਰਾ ਤਾਂ ਇਸ਼ਕ ਹੀ ਇਸ਼ਕ ਨੇ ਮੇਰਾ ਸਭ ਤੋਂ ਵੱਡਾ ਇਸ਼ਕ ਤਾਂ ਮੇਰਾ 6ਵੀਂ ਕਲਾਸ ਚ ਉਦੋਂ ਪੈ ਗਿਆ ਜਦੋਂ ਮੈਂ ਵਾਜਾ ਚੱਕ ਲਿਆ ਸੀ ਸੋ ਸਰਗਮਣ ਵਾਲਾ ਇਸ਼ਕ ਹੀ ਸੀ ਮੇਰਾ ਹਣ ਤੇ ਬਾਕੀ ਜੇ ਤੁਸੀਂ ਕੁਝ ਹੋਰ ਪੁੱਛਣਾ ਸੀ ਬੀਬੀ ਨਾਲ ਪੁੱਛ ਰਿਹਾ ਮੈਂ ਦੇਖੋ ਬੇਬੇ ਨਾਲ ਇਸ਼ਕ ਹੀ ਆ ਬੇਬੇ ਨਾਲ ਤਾਂ ਹੈ ਬੀਬੀ ਨਾਲ ਯਾਨੀ ਤੁਹਾਡੀ ਮੈਰਿਜ ਆ ਉਹ ਲਵ ਆ ਜਾਂ ਉਦੋਂ ਪਹਿਲਾਂ ਕਦੇ ਕੋਈ ਨਹੀਂ ਨਹੀਂ ਮੇਰੀ ਰੇਂਜ ਮੈਰਿਜ ਹੈ ਮੇਰੀ ਮੇਰੀ ਰੇਂਜ ਮੈਰਿਜ ਹੈ ਸੋ ਮੈਂ ਤੇ ਮੇਰੀ ਭੂਆ ਦਾ ਪੁੱਤ ਆ ਅਸੀਂ ਦੋਵੇਂ ਸਾਡੂ ਆ ਇੱਕ ਕਰੇ ਵੇ ਆ ਸੋ ਉਹ ਮੈਥੋਂ ਵੱਡਾ ਤੇ ਮੇਰੇ ਗੁਰੂ ਸਰ ਸਹਰੇ ਆ ਗਿੱਦੜ ਵਾਹੇ ਦੇ ਲਾਗੇ ਬੜਾ ਸਾਦਾ ਵਿਆਹ ਕੀਤਾ ਜੀ ਤੁਸੀਂ ਹਾਂ ਬਈ ਤੜਕੇ ਤੜਕੇ ਅਮਰਤ ਵੇਲੇ ਸੋ 2 ਘੰਟਾ ਦਾ ਵਿਆਹ ਸੀ ਬੇਬੇ ਆਈ ਸੀ ਉੱਥੇ ਹਾਂਜੀ ਬੇਬੇ ਜੀ ਸੀਗੇ ਬੇਬੇ ਜੀ ਸੀਗੇ ਅੱਛਾ ਅਸੀਂ 5-7 ਬੰਦ ਜਾਣੇ ਸੀ ਬਾ ਮੇਰੇ ਇੱਕ ਦੋ ਤਾਇਆ ਜੀ ਸੀਗੇ ਉਹ ਵੀ ਬੇਬੇ ਨੇ ਕਿਹਾ ਸੀਗਾ ਕਿ ਆਪਾਂ ਵਿਆਹ ਬਿਲਕੁਲ ਸਾਦਾ ਕਰਨਾ ਯਾਨੀ ਬੇਬੇ ਦੇ ਕਹਿਣ ਤੋਂ ਪਹਿਲਾਂ ਹੀ ਕਲੀਅਰ ਹੀ ਸੀ ਮੈਂ ਮੇਰੇ ਪਰਿਵਾਰ ਨੂੰ ਵੀ ਕਹਿ ਚੁੱਕਾ ਸੀ ਕਿ ਮੈਂ ਉਹ ਕੰਜਰਖਾਨਾ ਨਹੀਂ ਕਰਨਾ ਤੇ ਬਸ ਜੋ ਮਾਰਾ ਇਹਨੇ ਕਿਹਾ ਚਾਰਲਾਵਾ ਉਹ ਰੀਝਣਾ ਪੜਨੀ ਹੈ ਮਹਿਸੂਸ ਕਰਨੀ ਹੈ ਤੇ ਸਮਝ ਕੇ ਤੇ ਬਸ ਤੜਕੇ ਉੱਥੇ ਪਰ ਹੁਣ ਤੁਹਾਡੇ ਸਾਹਮਣੇ ਰੋਜ਼ ਉਹ ਵਿਆਹ ਹੁੰਦੇ ਨੇ ਹਾਂਜੀ ਜਿਹਨੂੰ ਤੁਸੀਂ ਸ਼ਬਦ ਬਹੁਤ ਤਿੱਖਾ ਸ਼ਬਦ ਵਰਤ ਰਹੇ ਹੋਗੇ ਹੂੰ ਜੀ ਇਹ ਵਿਆਹ ਤਾਂ ਤੁਹਾਡੇ ਸਾਹਮਣੇ ਰੋਜ਼ ਹੁੰਦੇ ਨੇ ਤੁਸੀਂ ਉਹਨਾਂ ਤੇ ਗਾ ਰਹੇ ਹੋ ਨਹੀਂ ਤੇ ਮੈਂ ਬਾਈ ਵਿਆਹ ਜਾ ਕੇ ਕਹਿਣ ਬੋਲਦੇ ਹੋ ਤੁਸੀਂ ਵੈਸੇ ਆ ਮੈਂ ਵਿਆਹ ਜਾ ਕੇ ਕਹਿਣਾ ਬਾਈ ਬੋਲਦੇ ਤਾਂ ਮੈਂ ਤਾਂ ਉੱਥੇ ਜਾ ਕੇ ਕਹਿਣਾ ਕਿ ਉਹ ਉਹ ਕਿਹੜੀ ਬੋਲੀ ਕਿਹੜੀ ਆ ਉਹ ਕੁੜੀ ਵੀ ਲੈ ਕੇ ਘਰ ਵੀ ਲੈ ਕੇ ਬਾਕੀ ਕੀ ਸ਼ਰੀਕੇ ਚ ਤਾੜੀ ਦੁਨੀਆ ਨਾ ਮਰਦੀ ਆ ਤਾਂ ਹੋਸ਼ਪੋਨੇ ਨੇ ਮਾਰੀ ਦੁਨੀਆ ਨਾ ਮਰਦੀ ਉਹ ਗੱਲ ਰੌਂ ਤਾਂ ਨਹੀਂ ਕਹਿੰਦਾ 24 ਘੰਟੇ ਵਿੱਚ ਖਾਜੇ ਪੈਲਸ ਕਿਲਾ ਪੈਲੀ ਦਾ ਸੋ ਗੱਲਾਂ ਤਾਂ ਪ੍ਰਤੱਖ ਨੇ ਸਾਰੀਆਂ ਪਰ ਠੀਕ ਹੈ ਆਪ ਦੇ ਮਨ ਚ ਇਹ ਗੱਲ ਸੀਗੀ ਮਹਾਰਾਜ ਨੇ ਕਰਵਾਤੀ ਇਸ ਗੱਲ ਦੀ ਤਸੱਲੀ ਆ ਬੋਲਦਿਆਂ ਨੂੰ ਡਰ ਵੀ ਨਹੀਂ ਲੱਗਦਾ ਇਸ ਕਰਕੇ ਬਾਕੀ ਇਹ ਕਿ ਪੰਜਾਬ ਦੀ ਸੁੱਖ ਮੰਗਦੇ ਆ ਕਹਿੰਦੇ ਆ ਕਿ ਇਹ ਪੈਸਾ ਕਿਸੇ ਹੋਰ ਪਾਸੇ ਇਨਵੈਸਟ ਹੋ ਸਕਦਾ ਬੜੀਆਂ ਜ਼ਰੂਰਤਾਂ ਨੇ ਇੱਥੇ ਮੈਂ ਮੇਰਾ ਵਿਆਹ 7 ਦਿਨ ਚੱਲ ਸਕਦਾ ਸੀ ਸਾਰੇ گاਉਂ ਵਾਲੇ ਭੈਣ ਭਰਾਈ ਸੀ ਰੋਜ਼ ਪਿੰਡ ਖਾੜਾ ਲਾਉਂਦਾ ਤੇ ਰੋਜ਼ ਪਿੰਡ ਚ ਬੱਲੇ ਬੱਲੇ ਵੀ ਘਰੇ ਵਾਲਾਂ ਦਾ ਵਿਆਹ ਹੋਇਆ ਪਰ ਮੈਨੂੰ ਲੱਗਦਾ ਸਰਦਾ ਇਸ ਗੱਲ ਤੋਂ ਹੋਰ ਬਹੁਤ ਪਾਸੇ ਹੈਗੇ ਜਿੱਥੇ ਇਹੀ ਪੈਸਾ ਪਾ ਲਾ ਸਕਦਾ ਇੱਕ ਟ੍ਰੈਂਡ ਹੈਗਾ ਜਿਹੜੇ ਪਿਛਲੇ ਦੌਰ ਚ ਜ਼ਿਆਦਾ ਹੈਗਾ ਕਿ ਜਿਹਨੇ ਗਾਇਕ ਨੇ ਸੈਲੀਬ੍ਰਿਟੀ ਨੇ ਉਹਨਾਂ ਨੂੰ ਪੋਲਿਟਿਕਲ ਪਾਰਟੀ ਨੇ ਅਪਰੋਚ ਕਰਦੀਆਂ ਨੇ ਤੁਹਾਨੂੰ ਕਦੀ ਕਿਸੇ ਨੇ ਕੀਤਾ ਅਜੇ ਤੱਕ ਅ ਅੰਦੋਲਨ ਵੇਲੇ ਜ਼ਰੂਰ ਬਾਜਾਂ ਦੀਆਂ ਪਈਆਂ ਸੀ ਮੈਨੂੰ ਉਦੋਂ ਲੱਗਦਾ ਸੀ ਕਿਉਂਕਿ ਕਿਉਂਕਿ ਕਈਆਂ ਦੀ ਪ੍ਰੋਡਕਸ਼ਨ ਇਹ ਹੀ ਸੀ ਕਿ ਇਹ ਹੁਣ ਤਾਂ ਹੀ ਇਧਰ ਆਇਆ ਕਿ ਇਹ ਨੂੰ ਹੁਣ ਵੋਟਾਂ ਵਾਲੇ ਪਾਸੇ ਆਉਣ ਦਾ ਦਾ ਮੂਡ ਹੋਊਗਾ ਪਰ ਮੈਂ ਤਾਂ ਆਪਣੇ ਪਰਿਵਾਰਾਂ ਕਰਕੇ ਉੱਥੇ ਗਿਆ ਸੀ ਉਦੋਂ ਕਈਆਂ ਨੇ ਸੁਨੇਹੇ ਭੇਜੇ ਸੀ ਮੈਨੂੰ ਕਿ ਆਇਆਂ ਕਰ ਲਾਂਗੇ ਆਇਆਂ ਕਰ ਲਾਂਗੇ ਨਾਲਣਾ ਚਾਹੁੰਦੇ ਕਿਸੇ ਦਾ ਨਹੀਂ ਭਾਈ ਕਦੇ ਆਸਤੇ ਕੀ ਲੋੜ ਹੈ ਪਾਰਟੀਆਂ ਥੋੜੀਆਂ ਜਿਹੀਆਂ ਜੀ ਆਪਣੇ ਤਾਂ ਆਪਣੇ ਕਿਹੜਾ ਕੋਈ ਬਾਹਲਾ ਜਿਵੇਂ ਸਿੱਧਾ ਸਵਾਲ ਪੁੱਛਾਂ ਕਮਰ ਗਰੇਵਾਲ ਕਦੇ ਰਾਜਨੀਤੀ ਚਾਊਗਾ ਨਹੀਂ ਭਾਈ ਨਹੀਂ ਕਦੇ ਵੀ ਨਹੀਂ ਲੋੜ ਕੀ ਆ ਭਾਈ ਉਹ ਕਹਿੰਦੇ ਨੇ ਰਾਜਨੀਤੀ ਚ ਤੁਸੀਂ ਇੰਟਰਸਟ ਲਓ ਜਾਂ ਨਾ ਲਓ ਰਾਜਨੀਤੀ ਤੋਰ ਚ ਇੰਟਰਸਟ ਲੈਂਦੀ ਹੈ ਦੇਖੋ ਭਾਈ ਜਾਣੀ ਮੈਂ ਸ਼ੁਕਰਾਨਾ ਕਰਦਾ ਮਹਾਰਾਜ ਦਾ ਇਸ ਗੱਲੋਂ ਕਿ ਜਿਸ ਤਰ੍ਹਾਂ ਦੀ ਉਹਨੇ ਮੈਨੂੰ ਸਟੇਜ ਬਖਸ਼ੀ ਹੈ ਮੇਰੀ ਸਟੇਜ ਤੇ ਰਾਜਨੀਤਿਕ ਗੱਲਾਂ ਹੁੰਦੀਆਂ ਨੇ ਮੇਰੀ ਸਟੇਜ ਤੇ ਸਮਾਜਿਕ ਗੱਲਾਂ ਹੁੰਦੀਆਂ ਨੇ ਮੇਰੀ ਸਟੇਜ ਤੇ ਧਾਰਮਿਕ ਗੱਲਾਂ ਹੁੰਦੀਆਂ ਨੇ ਜੇ ਕੋਈ ਸਾਰੇ ਰੱਬ ਕਰਦੇ ਕਮਲੇ ਬੈਠੇ ਆ ਤਾਂ ਸਪਿਰਚੁਅਲ ਗੱਲਾਂ ਵੀ ਹੁੰਦੀਆਂ ਨੇ ਹੈ ਫਿਰ ਉਹ ਧਾਰਮਿਕ ਤੋਂ ਉੱਪਰ ਹੁੰਦੀਆਂ ਨੇ ਸੋ ਮੈਨੂੰ ਤਾਂ ਲੱਗਦਾ ਕਿ ਇਹ ਤਾਂ ਅਸਲ ਚ ਗਵਰ ਵਾਲਿਆਂ ਨੇ ਕਬੂਲ ਲਿਆ ਤੇ ਸਰੋਤਿਆਂ ਨੇ ਵੀ ਕਬੂਲ ਲਿਆ ਕਿ ਜਿਹੜਾ گاਉਂ ਵਾਲਾ ਹੁੰਦਾ ਹੈ ਬਸ ਇਹ ਇੰਟਰਟੇਨ ਕਰੂਗਾ ਤੁਹਾਨੂੰ ਸ਼ਰਾਬਾਂ ਦੇ ਗੀਤ ਗਾਊਗਾ ਹਥਿਆਰਾਂ ਦੇ ਗੀਤ ਗਾਊਗਾ ਕੁੜੀਆਂ ਦੇ ਗੀਤ ਗਾਊਗਾ ਮਸ਼ਕਰੀਆਂ ਦੇ ਗੀਤ ਗਾਊਗਾ ਤੇ ਤੁਸੀਂ ਮੇਰੀ ਸਟੇਜ ਵੀ ਤਾਂ ਦੇਖੀ ਹੋਊਗਾ ਤਾਂ ਇਹ ਸਟੇਜ ਬਿਲਕੁਲ ਡਿਫਰੈਂਟ ਹੈ ਇੱਥੇ ਮਸਲਿਆਂ ਤੇ ਵੀ ਗੱਲਾਂ ਹੁੰਦੀਆਂ ਨੇ ਪੇਚਾ ਪੈ ਗਿਆ ਸੈਂਟਰ ਨਾਲ ਗਾਇਆ ਤਾਂ ਗਾਇਆ ਬਾਈ ਨਾ ਧੜਕੋ ਕੇ ਗਾਇਆ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਜਦੋਂ ਇਮੋਸ਼ਨ ਦੀ ਗੱਲ ਸੀ ਕਿ ਰੱਖੀ ਬੇਬੇ ਬਾਪੂ ਦਾ ਖਿਆਲ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਸ਼ਾ ਇਹ ਕਿਸੇ ਰਾਜਨੀਤੀ ਤੋਂ ਘੱਟ ਥੋੜੀ ਸੋ ਮੈਨੂੰ ਲੱਗਦਾ ਕਿ ਜਿਹੜੇ ਕੰਮ ਪ੍ਰਚਾਰਕ ਕਰਦੇ ਆ ਪੋਲਿਟੀਕਲ ਲੋਕ ਕਰਦੇ ਆ ਉਹ ਸਟੇਜਾਂ ਤੇ ਠੀਕ ਆ ਉਹ ਫਰੇਜ਼ ਹੁੰਦਾ ਕੋਈ 5-7 10 ਮਿੰਟ ਦਾ 15 ਮਿੰਟ ਦਾ ਪਰ ਸਟੇਜ ਤੇ ਹੁੰਦਾ ਤੇ ਮੈਂ ਤੁਹਾਨੂੰ ਮੰਨਦਾ ਕਿ ਅਸੀਂ ਸਾਰੇ ਪੱਖਾਂ ਤੋਂ ਕੋਈ ਭਾਵੇਂ ਉਹ ਰਿਲੀਜੀਅਸ ਆ ਸਪਿਰਚੁਅਲ ਆ ਪੋਲਿਟੀਕਲ ਆ ਸੋਸ਼ਲ ਆ ਇਕਨੋਮਿਕਲ ਆ ਸੋ ਖੁੱਲ ਕੇ ਗੀਤ ਵੀ ਮੇਰੇ ਤੋਂ ਤੇ ਆਉਂਦੇ ਆ ਬਾਈ ਸੋ ਮੈਨੂੰ ਲੱਗਦਾ ਕਿ ਮੈਨੂੰ ਤਾਂ ਮਾਰ ਆਏ ਨੇ ਸੰਗੀਤ ਦੇ ਜ਼ਰੀਏ ਜਣੀ ਇਹ ਸਾਰੇ ਹੋਕੇ ਦੇਣ ਤੇ ਰੱਖਿਆ ਹੋਇਆ ਹੈ ਡੈਸਟਨੀ 'ਚ ਵਿਸ਼ਵਾਸ ਕਰਦੇ ਹੋ ਤੁਸੀਂ ਕਿ ਸਭ ਕੁਝ ਲਿਖਿਆ ਹੋਇਆ ਹੈ ਗੁਰੂ ਸਾਹਿਬ ਵੱਲੋਂ ਜਾਂ ਤੁਹਾਨੂੰ ਲੱਗਦਾ ਨਹੀਂ ਕੋਈ ਸੰਘਰਸ਼ ਪ੍ਰੈਕਟਿਸ ਵੀ ਕੋਈ ਗੱਲ ਹੁੰਦੀ ਹੈ ਦੇਖੋ ਜਦੋਂ ਕੋਈ ਚੀਜ਼ ਆ ਵਾਪਰਦੀ ਹੈ ਸੋ ਉਸ ਵਾਪਰਨ ਵੇਲੇ ਇਹੀ ਹੁੰਦਾ ਕਿ ਮਹਾਰਾਜ ਦਾ ਲਿਖਿਆ ਹੋਇਆ ਹੈ ਸਾਰਾ ਕੁਝ ਪਰ ਨਾਲ-ਨਾਲ ਜਦੋਂ ਮਹਾਰਾਜ ਕੋਲ ਬੈਠ ਕੇ ਇਸ ਗੱਲ ਦਾ ਹੌਸਲਾ ਲਈਦਾ ਕਿ ਸਭ ਤੇਰੀਆਂ ਖੇਡਾਂ ਨੇ ਪਰ ਨਾਲ-ਨਾਲ ਇੱਕ ਅਰਦਾਸ ਜ਼ਰੂਰ ਆਉਣ ਵਾਲੇ ਸਮੇਂ ਦੀ ਮਿਹਨਤ ਬੀਤੇ ਵੇਲੇ ਦੀਆਂ ਯਾਦਾਂ ਤੇ ਪ੍ਰੈਜੈਂਟ ਜੋ ਚੱਲ ਰਿਹਾ ਉਹ ਅਰਦਾਸ ਚ ਪਿਆ ਹੁੰਦਾ ਸਾਰਾ ਕੁਝ ਜੋ ਅਕਸਰ ਮੈਂ ਮਹਾਰਾਜ ਨਾਲ ਬੈਠ ਕੇ ਕਰਦਾ ਕਿ ਕਿ ਆਹ ਚੀਜ਼ ਹੁਣ ਮੈਨੂੰ ਇਦਾਂ ਮਹਿਸੂਸ ਹੋ ਰਹੀ ਹੈ ਤੇ ਮੈਨੂੰ ਲੋਕਾਂ ਨੇ ਪੁੱਛਣੀ ਵੀ ਹੈ ਸੋ ਇਹਦੇ ਲਈ ਸਭ ਕਰਤਾ ਤਰਤਾ ਤੂੰ ਹੀ ਆ ਜਦੋਂ ਮੈਂ ਤੜਕੇ ਉੱਠ ਕੇ ਪੜ ਲਿਆ ਵੀ ਕਰਤਾ ਪੁਰਖ ਤਾਂ ਉੱਥੇ ਤਾਂ ਦੁਚਿੱਤੀ ਰਹੀ ਨਹੀਂ ਗਈ ਕਿ ਪਰ ਅੱਗੇ ਤੂੰ ਕਹਤਾ ਕਿ ਨਿਰਭਉ ਹੈ ਤਾਂ ਡਰ ਵੀ ਨਹੀਂ ਮੈਨੂੰ ਲੱਗ ਰਿਹਾ ਅੱਗੇ ਤੂੰ ਇਹ ਵੀ ਕਹਤਾ ਨਿਰਵੈਰ ਹੈ ਕੋ ਸਵਾਲ ਆਉਣਗੇ ਵੀ ਕਿਸੇ ਚੀਜ਼ ਨੂੰ ਲੈ ਕੇ ਆ ਕਿਉਂ ਹੋਇਆ ਆ ਐ ਹੋਇਆ ਆ ਐ ਹੋਊਗਾ ਤਾਂ ਉੱਥੇ ਮੈਂ ਕਿਸੇ ਲਈ ਵੈਰ ਵੀ ਨਹੀਂ ਪਾਲਣਾ ਮੈਨੂੰ ਉਹਦੇ ਚੋ ਵੀ ਤੂੰ ਹੀ ਦਿਨ ਸੋ ਮੂਲ ਮੰਤਰ ਦੇ ਵਿੱਚੇ ਸਾਰੀ ਵਿਆਖਿਆ ਪਈ ਆ ਉਸ ਚੀਜ਼ ਦੀ ਸੋ ਮੈਂ ਵੀ ਕੋਸ਼ਿਸ਼ ਕਰਦਾ ਕਿ ਡੈਸਟਨੀ ਦਾ ਹੈ ਚੀਜ਼ਾਂ ਵਾਪਰਦੀਆਂ ਉਹਦੇ ਅਕੋਰਡਿੰਗ ਹੀ ਵਾਪਰਦੀਆਂ ਪਰ ਉੱਥੇ ਨਾਲ-ਨਾਲ ਕੁਝ ਗੱਲਾਂ ਡਾਇਲੌਗ ਉਸ ਪਾਵਰ ਨਾਲ ਉਸ ਬਾਹਰ ਵਾਲ ਨਾਲ ਕਰਨੀਆਂ ਬਹੁਤ ਜ਼ਰੂਰੀ ਹੈ ਨਹੀਂ ਤਾਂ ਫਿਰ ਤੁਸੀਂ ਪਿੱਛੇ ਰਹਿ ਜਾਨੇ ਹੋ ਅਧਿਆਤਮ ਚ ਕਿਹਾ ਜਾਂਦਾ ਹੈਗਾ ਕਿ ਜਿਹੜਾ ਨਹੀਂ ਜਾਣਦਾ ਉਹ ਜ਼ਿਆਦਾ ਬੋਲਦਾ ਜਿਹੜਾ ਜਿੰਨਾ ਜਾਣਦਾ ਜਾਂਦਾ ਉਹ ਨਾ ਚੁੱਪ ਹੁੰਦਾ ਜਾਂਦਾ ਜਿਹੜਾ ਜਾਣਨ ਦੀ ਨਾਲ ਪਾ ਵੀ ਲੈਂਦਾ ਉਹ ਬਿਲਕੁਲ ਹੀ ਚੁੱਪ ਹੋ ਜਾਂਦਾ ਤੁਸੀਂ ਦੇ ਆਤਮ ਦੇ ਉੱਤੇ ਲਗਾਤਾਰ ਦੇ ਆਤਮ ਨਾਲ ਜੁੜੇ ਰਹੇ ਹੋ ਕਦੇ ਹੀ ਜੀ ਅਵਸਥਾ ਵੀ ਹੋ ਸਕਦੀ ਹੈ ਕਿ ਜੋ ਹੋਣਾ ਸੀ ਹੋ ਗਿਆ ਬਸ ਠੀਕ ਹੈ ਬਹੁਤ ਆ ਜੋ ਲਿਖਣਾ ਸੀ ਲਿਖ ਦਿੱਤਾ ਗਿਆ ਜੋ ਬੋਲਣਾ ਸੀ ਬੋਲ ਦਿੱਤਾ ਗਿਆ ਜੋ ਕਹਿਣਾ ਸੀ ਕਹਿ ਦਿੱਤਾ ਗਿਆ ਜਿਵੇਂ ਤੁਸੀਂ ਕਹਿੰਦੇ ਹੋ ਚਲੋ ਤੱਕ ਲਿਸਟ ਚੀਜ਼ਾਂ ਦੀ ਗੱਲ ਆ ਕਦੇ ਇਸ ਤਰ੍ਹਾਂ ਦਾ ਕੋਈ ਅਵਸਥਾ ਹੋ ਸਕਦੀ ਹੈ ਜਾਂ ਤੁਹਾਨੂੰ ਲੱਗਦਾ ਦੇਖੋ ਸਮੇ ਤੋਂ ਪਹਿਲਾਂ ਦੀਆਂ ਗੱਲਾਂ ਬਾਈ ਇਹ ਪਰ ਪਰ ਜਿਹੜੀ ਇੱਕ ਅਵਸਥਾ ਨਾ ਬਾਈ ਜਿਹੜੀ ਯਾਰ ਜਣੀ ਇਹ ਸਵਾਲ ਮੈਨੂੰ ਬਹੁਤ ਤੰਗ ਕਰਦਾ ਹੈ ਜਣੀ ਬਹੁਤ ਤੰਗ ਕਰਦਾ ਮੈਨੂੰ ਇਹ ਸਵਾਲ ਕਿ ਜਦੋਂ ਮੈਨੂੰ ਕੋਈ ਆ ਕੇ ਕਹਿੰਦਾ ਕਿ ਤੇਰੀ ਲੱਗੀ ਪਈ ਹੈ ਤੂੰ ਤੂੰ ਬਖਤ ਹੋ ਗਿਆ ਤੇਰੀ ਅਵਸਥਾ ਬਣੀ ਪਈ ਹੈ ਸਟੇਜ ਤੇ ਜਦੋਂ ਤੂੰ ਲੋਈ ਆਏ ਘੁੰਡ ਜਾ ਕੱਢ ਕੇ ਕੁਝ ਕਰਦਾ ਹੈ ਉਦੋਂ ਆਏ ਲੱਗਦਾ ਤੂੰ ਕਿਤੇ ਪਹੁੰਚ ਗਿਆ ਪਰ ਮੈਨੂੰ ਮੇਰੇ ਮਨ ਦਾ ਪਤਾ ਹੈ ਬਾਈ ਕਿ ਐਸ ਜਨਮ ਦੀ ਖੇਡ ਨਹੀਂ ਹੈਗੀ ਇਹ ਹਨਾ ਇਹ ਜੇ ਮੈਂ ਇਥੇ ਬੇਈਮਾਨ ਹੋ ਗਿਆ ਨਾ ਭਾਈ ਮੇਰੇ ਸਵਾਲ ਦਾ ਜਵਾਬ ਕੁਝ ਹੋਰ ਹੋ ਗਿਆ ਤੇ ਮੈਂ ਵਾਕਈ ਤੁਹਾਡੇ ਸਵਾਲ ਚੁਲਝ ਕੇ ਉਹਦਾ ਜਵਾਬ ਦੇ ਗਿਆ ਤਾਂ ਇਸ ਚੀਜ਼ ਦਾ ਮੈਨੂੰ ਪੇ ਕਰਨਾ ਪਊਗਾ ਹਨਾ ਆ ਚੁੱਪ ਹੋਣ ਵਾਲੀਆਂ ਗੱਲਾਂ ਅੰਦਰੋਂ ਕੁਝ ਪ੍ਰਗਟ ਹੋਣ ਵਾਲੀਆਂ ਗੱਲਾਂ ਤੇ ਯਾਨੀ ਇਹ ਤਾਂ ਬਈ ਹਜੇ ਹਜੇ ਪੈਂਡਾ ਦੂਰ ਹੈ ਬਹੁਤ ਪੈਂਡਾ ਦੂਰ ਹੈ ਹਜੇ ਫਿਲਹਾਲ ਤਾਂ ਮੈਂ ਇਸ ਕਾਮਰਸ ਨੂੰ ਦੇਖ ਕੇ ਮੈਂ ਇੰਨੀ ਗੱਲ ਜੋ ਤੁਹਾਨੂੰ ਮੈਂ ਪਹਿਲਾਂ ਕਹਿ ਗਿਆ ਕਿ ਇਸ ਮੰਡੀ ਚ ਮੈਂ ਜ਼ਿਆਦਾ ਟਾਈਮ ਵਿਕੂੰਗਾ ਨਹੀਂ ਇਸ ਚੀਜ਼ ਦੀ ਮੈਂ ਸ਼ੋਰਟੀ ਲੈ ਸਕਦਾ ਕਿ ਜਿਹੜੀ ਮੰਡੀ ਚ ਮੈਂ ਰੋਜ਼ ਵੇਚ ਰਿਹਾ ਤੇ ਮੈਨੂੰ ਖਰੀਦ ਰਿਹਾ ਮੇਰੇ ਆਪਣੇ ਪਰਿਵਾਰ ਹਨ ਤੇ ਉਹ ਪਤਾ ਨਹੀਂ ਹੁਣ ਮੈਥੋਂ ਕੀ ਲੈ ਰਹੇ ਆ ਉਹਨਾਂ ਨੂੰ ਜੇ ਕੁਝ ਮਿਲਦਾ ਤਾਂ ਮੈਥੋਂ ਲੈ ਰਹੇ ਆ ਐਨਾ ਮੈਂ ਸ਼ੋਰ ਹਾਂ ਕਿ ਇਹ ਦਸਾਂ ਦਸਾਂ ਦੇ 100 100 5 500 ਦੇ ਨੋਟ ਮੈਨੂੰ ਜ਼ਿਆਦਾ ਟਾਈਮ ਪ੍ਰਭਾਵਿਤ ਨਹੀਂ ਕਰਨਗੇ ਇਹ ਮੇਰਾ ਇਹ ਮੇਰਾ ਜਾਨੀ ਰਸਤਾ ਨਹੀਂ ਆ ਤੰਕਰਦੀ ਇਹ ਮੰਡੀ ਦੇਖੋ ਹਰ ਰੋਜ਼ ਹੈ ਭਾਈ ਹਨ ਕਦੇ ਨਾ ਕਦੇ ਹੁਣ ਪਿਛਲੇ 5-7 ਦਿਨ ਸੀ ਰੋਸ਼ ਹੋ ਸੀ ਹੁਣ ਗਰਮੀ ਵੀ ਅੰਤਾਂ ਦੀ ਹੈ ਕਈ ਵਾਰੀ ਦੇਵਤੇ ਉੱਪਰ ਪ੍ਰਕਾਸ਼ ਹੁੰਦੇ ਆ ਦੁਪਹਿਰ ਦਾ ਸ਼ੋਅ ਹੁੰਦਾ ਹੈ 10-15000 ਦਾ ਕਰਾਊਡ ਬੁਰੇ ਸੋ ਕਈ ਵਾਰੀ ਕਾਰਜ ਬੈਠ ਕੇ ਲੱਗਦਾ ਵੀ ਇਹ ਕੀ ਹੈ ਅੱਕ ਜਾਨੇ ਤਾਂ ਹੁੰਦਾ ਹੈ ਕਈ ਵਾਰੀ ਓਬਵੀਅਸ ਹੈ ਬਾਈ ਇਹ ਚੀਜ਼ਾਂ ਹੁੰਦੀਆਂ ਪਰ ਨਾਲ ਦੀ ਨਾਲ ਉਹ ਖਿਆਲ ਵੀ ਆਉਂਦਾ ਹੈ ਕਿ ਕਿ ਤੂੰ ਤਾਂ 2016 ਚ ਵੀ ਕਹਿੰਦਾ ਸੀ ਕਿ ਹੁਣ ਮੈਂ ਪੰਜ ਪ੍ਰੋਗਰਾਮ ਕਰੂੰਗਾ ਹੋਇਆ ਤਾਂ ਹੈ ਨਹੀਂ ਫਿਰ ਤਥੋਂ ਇੱਕ ਅਰ ਇੱਕ ਚੀਚੀ ਵੱਟੀ ਸੀ ਅੱਜ ਕੱਲ ਵੀ ਮੈਂ ਛੋਟੇ ਭਰਾ ਨਾਲ ਗੱਲਾਂ ਕਰ ਰਿਹਾ ਕਿ ਯਾਰ ਹਰਿੰਦਰ ਬੈਠਾ ਮੈਂ ਸਾਡੀਆਂ ਗੱਲਾਂ ਚੱਲੀ ਜਾਂਦੀਆਂ ਕਿ ਯਾਰ ਕਿਤੇ ਕੋਈ ਟਿਕਟ ਸ਼ੋਅ ਹੀ ਕਰ ਲਈਏ ਕੁਈ ਮਹੀਨੇ ਚ ਆਪਾਂ ਇੱਕ ਦੋ ਟਿਕਟ ਸ਼ੋਅ ਅਰੇਂਜ ਕਰ ਲਿਆ ਕਰੀਏ ਤੇ ਬਸ ਆਪਾਂ 28 ਦਿਨ ਮੈਂ ਬੈਠ ਕੇ ਕੋਈ 뮤직 ਨੂੰ ਲੈ ਕੇ ਜਿੱਦਾਂ ਮੈਂ ਕਰਨਾ ਚਾਹਣਾ ਅੰਦਰੋਂ ਕਿ ਇਹਦੇ ਨਾਲ ਮੇਰੀ ਕੋਈ ਉਸਤਾਂ ਦੀ ਫਰੈਂਡਸ਼ਿਪ ਹੋਵੇ ਕਿ ਮੈਂ ਇਹਦੇ ਚ ਸਕੂਨ ਉਹ ਉਹ ਲਾਈਟ ਉਹ ਜਿਹੜੀ ਪਾਵਰ ਉਹਨੂੰ ਫੀਲ ਕਰਾਂ ਮੈਂ ਜਿਹੜੀ ਰੇਸ ਚ ਭੱਜ ਰਿਓਂ ਜਿਹੜੀ ਰੇਸ ਕਿਤੇ ਨਹੀਂ ਲੈ ਕੇ ਜਾਂਦੀ ਜਿਹੜੀ ਕਿਤੇ ਨਹੀਂ ਲੈ ਕੇ ਜਾਂਦੀ ਕਿਸੇ ਇਹਦੇ ਚ ਬਾਈ ਨਹੀਂ ਮਿਲਦਾ ਇਹਦੇ ਚ ਜੇ ਕੋਈ ਕੋਈ ਕਹਿ ਕੇ ਵੀ ਗਿਆ ਨਾ ਕਿ ਕਿ ਮੇਰੀਆਂ ਆਏ ਲੱਗ ਗਈ ਮੇਰਾ ਆਏ ਹੋ ਗਿਆ ਕੰਨਾਂ ਨੂੰ ਹੱਥ ਲਾ ਲੈ ਨਹੀਂ ਬਾਈ ਝੂਠ ਬੋਲਦਾ ਮੈਂ ਮੈਂ ਗਵਾਹ ਐ ਇਸ ਗੱਲ ਦਾ ਇਹਦੇ ਚੋਂ ਇਦਾਂ ਦਾ ਕੁਝ ਨਹੀਂ ਮਿਲਦਾ ਭਾਈ ਇਹਦੇ ਚੋਂ ਸਵਾਏ ਸਿਰਫ ਆ ਪੈਸੇ ਦੇ ਹੰਕਾਰ ਦੇ ਤੇ ਆਪਣੇ ਆਪ ਨੂੰ ਸਾਬਤ ਕਰਨ ਤੋਂ ਬਿਨਾ ਮੈਂ ਮੈਂ ਯਾਰ ਕਹਿੰਦਾ ਭਾਈ ਹੋ ਹੀ ਨਹੀਂ ਸਕਦਾ ਯਾਰ ਐ ਕਿਵੇਂ ਇੱਕ ਖੇਡ ਆ ਯਾਰ ਪ੍ਰਮਾਤਮਾ ਭਾਈ ਕਿ ਤੁਸੀਂ ਚਾਰ ਬਾਬੇ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਨੱਚਣਾ ਪੈਂਦਾ ਏ ਗਾ ਕੇ ਜੇ ਮੈਂ ਫੀਲਿੰਗਾਂ ਲਈਆਂ ਇਹ ਬਾਬੇ ਬੁੱਲ੍ਹੇ ਸ਼ਾਹ ਦਾ ਐਕਸਪੀਰੀਅੰਸ ਆ ਭਾਈ ਯਾਰ ਜੇ ਸ਼ਾਇਰ ਨਾ ਆਏ ਤਾਂ ਰਸਿਆ ਉਹਨੇ ਕੰਦਰੀ ਬਣ ਬਣ ਬਣਾਇਆ ਮੈਂ ਤਾਂ ਸਿਰਫ ਉਹਦਾ ਇੱਕ ਗੀਤ ਯਾਦ ਕਰਕੇ ਸਾਜ਼ ਨਾਲ ਉਹਨੂੰ ਪ੍ਰੋਪਰ ਡਿਜ਼ਾਈਨ ਕਰਕੇ ਤੇ ਇੱਕ ਪਰਫਾਰਮੈਂਸ ਦੇ ਰਿਹਾ ਹਾਂ ਹੌਲ ਇਟਸ ਪੋਸੀਬਲ ਕਿ ਮੈਂ ਉਹ ਉਹ ਗੀਤ ਗਾਉਂਦਾ ਗਾਉਂਦਾ ਤੇ ਕਿ ਮੈਂ ਆਪ ਬੁੱਲਾ ਹੋ ਜਾ ਨਹੀਂ ਭਾਈ ਉਹਦੇ ਲਈ ਮੈਨੂੰ ਹੁਣ ਬਾਬਾ ਬੁੱਲਾ ਸ਼ਾ ਵਿਕਿਆ ਤਾਂ ਇੱਕ ਮੂਰੇ ਵਿਕਿਆ ਇੱਛਾ ਨਹੀਂ ਆ ਬੁੱਲਾ ਹੋਣ ਦੀ ਦੇਖੋ ਭਾਈ ਜੋ ਮੈਂ ਹੁਣ ਬਾਬੇ ਬੁੱਲੇ ਸ਼ਾ ਦਾ ਐਕਟੀਵੇਸ਼ਨ ਲੈਵਲ ਕੀ ਸੀ ਆਈ ਡੋਟ ਨੋ ਮੇਰਾ ਜੋ ਐਕਟੀਵੇਸ਼ਨ ਲੈਵਲ ਹੈ ਜੋ ਮੇਰਾ ਥੌਟ ਪ੍ਰੋਸੈਸ ਹੈ ਜਿੱਦਾਂ ਦਾ ਮੈਂ ਅੰਦਰੋਂ ਹਾਂ ਉਹ ਮੈਂ ਜਾਣਨਾ ਤਾਂ ਉਸ ਤਰੀਕੇ ਨਾਲ ਮੈਂ ਤਿਆਰੀ ਕਰ ਸਕਦਾ ਹਾਂ ਇਸੇ ਕਰਕੇ ਤਾਂ ਕਹਿੰਦੇ ਆ ਨਾ ਕਿ ਕਈ ਵਾਰੀ ਬਹੁਤ ਤਰ੍ਹਾਂ ਦੇ ਐਕਟੀਵੇਸ਼ਨ ਲੈਵਲਸ ਬੈਠ ਕੇ ਵੀ ਡਿਸਟਰਬ ਹੋ ਜਾਂਦੇ ਆ ਕਿਉਂਕਿ ਗੱਲ ਮੇਰੀ ਇੱਥੋਂ ਸ਼ੁਰੂ ਹੋ ਰਹੀ ਆ ਉਹਦੀ ਉੱਥੋਂ ਸ਼ੁਰੂ ਹੋ ਰਹੀ ਆ ਉਹਦੀ ਉੱਥੋਂ ਸ਼ੁਰੂ ਹੋ ਰਹੀ ਆ ਸੋ ਜਿੱਥੇ ਜੇ ਮੈਂ ਅੱਜ ਖੜਾ ਐ ਸਮੈ ਲੱਗਦਾ ਕਿ ਮੈਂ ਤਾਂ ਅਜੇ ਬਹੁਤ ਨੀਵਾ ਐ ਬਹੁਤ ਪਿੱਛੇ ਐ ਬਹੁਤ ਮੈਲਾ ਐ ਪਰ ਹਰ ਧਰਮ ਚ ਕਿਹਾ ਤੇ ਜਾਂਦਾ ਨਾ ਕਿ ਮਨੁੱਖਾ ਜਨਮ ਆ ਜਿਹੜਾ ਇਹ ਤੇ ਮੱਸੇ ਹੀ ਮਿਲਦਾਗਾ ਜੀ ਬਹੁਤ ਸਾਰੀਆਂ ਹਿੰਦੂਇਜ਼ਮ ਚ ਵੀ ਆ ਜੀ ਸਿੱਖੀ ਚ ਵੀ ਪੁਨਰ ਜਨਮ ਦੀ ਗੱਲ ਆਗੀ ਜੀ ਕੀ ਤੇ ਮੱਸੇ ਹੀ ਮਿਲਦਾ ਜੀ ਤੇ ਇਹੀ ਜਨਮ ਹੁੰਦਾ ਜੀ ਤੁਸੀਂ ਸਭ ਤੋਂ ਜ਼ਿਆਦਾ ਇੱਕ ਉਸ ਕੌਂਸ਼ੀਅਸ ਮਾਈਂਡ ਚੋਂਗੇ ਜਿੱਥੇ ਤੁਸੀਂ ਸਾਰੇ ਕਾਸੇ ਤੋਂ ਮੁਕਤ ਹੋ ਸਕਦੇ ਹੋ ਜੀ ਉਹਦੇ ਮੁਕਤੀ ਦੇ ਸਾਧਨ ਆਪੋ ਆਪਣੇ ਨੇਗੇ ਤਾਂ ਇਹ ਨਹੀਂ ਲੱਗਦਾਗਾ ਕਿ ਜਿਵੇਂ ਆਪਣੇ ਆਮ ਹੀ ਕਹਿਆ ਜਾਂਦਾ ਕਿ ਇਹਨੂੰ ਗਵਾ ਲੈਂਦੇ ਆ ਲੋਕ ਕਿ ਉਹ ਐਕਸਪੀਰੀਅੰਸ ਕਰਕੇ ਦੇਖ ਲੈਣਾ ਚਾਹੀਦਾਗਾ ਬਾਬੇ ਬੁੱਲੇ ਸ਼ਾਹ ਵਾਲਾ ਨਹੀਂ ਹੋਊਗਾ ਤਾਂ ਕੀ ਆ ਹਰ ਜੇ ਤਾਂ ਦਾਤੇ ਲਾ ਦੇਣਾ ਚਾਹੀਦਾ ਜੋ ਤੁਸੀਂ ਕਹਿੰਦੇ ਮੇਰੇ ਲਈ ਮਾਇਆ ਦਾ ਕੋਈ ਮੀਨਿੰਗ ਨਹੀਂ ਮੇਰੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਮੀਨਿੰਗ ਨਹੀਂ ਆ ਹਰ ਰੌਲਾ ਪਤਾ ਕੀ ਆ ਬਾਈ ਇੱਥੇ ਜਾਂ ਤਾਂ ਹੁਣ ਮੇਰਾ ਇਹ ਪਹਿਲਾ ਹੀ ਜਨਮ ਹੁੰਦਾ ਆ ਪਹਿਲਾ ਹੀ ਜਨਮ ਹੁੰਦਾ ਫਿਰ ਤਾਂ ਮੈਂ ਕਹਿੰਦਾ ਕਿ ਚੀਜ਼ਾ ਮੇਰੇ ਕੁਛ ਵਾਸਤੇ ਹੈਗੀਆਂ ਨੇ ਕਿ ਪਹਿਲੀ ਝਰਨੀ ਹੈ ਹੁ ਨਾ ਨਾ ਭਾਈ ਪਿਛਲੇ ਪੂਰਬਲੇ ਕਰਮ ਬਹੁਤ ਚੀਜ਼ਾ ਟਰੈਵਲ ਕਰ ਰਹੀਆਂ ਜਿਵੇਂ ਹੁਣ ਕਹਿ ਕੇ ਪੰਜ ਸ਼ੋਅ ਵੀ ਕਰੂੰਗਾ ਮੈਂ ਮੈਂ ਨਾ ਕਰਨੇ ਇਹ ਮੈਂ ਕਰ ਨਹੀਂ ਇਹ ਨਹੀਂ ਹੈ ਕਿ ਮੈਂ ਕਰ ਨਹੀਂ ਰਿਹਾ ਮੈਥੋਂ ਹੋ ਨਹੀਂ ਰਿਹਾ ਮੈਥੋਂ ਕਿਉਂ ਨਹੀਂ ਹੋ ਰਿਹਾ ਮੈਨੂੰ ਕੋਈ ਕਰਨ ਨਹੀਂ ਦੇ ਰਿਹਾ ਇਸ ਚੀਜ਼ਾ ਇੰਨੀ ਇੱਕ ਸੂਖਮ ਨੇ ਜਿੱਦਾਂ ਅੱਜ ਤੁਸੀਂ ਬੈਠੇ ਮੈਥੋਂ ਸਵਾਲ ਜਵਾਬ ਆਪਾਂ ਕਰ ਰਹੇ ਹਾਂ ਇਹ ਇਹ ਪਲਾਨ ਚਾ ਉਹਦੇ ਚ ਕਿ 15 ਅਗਸਤ ਨੂੰ ਇਹ ਦੋਨੇ ਭਰਾ ਮੱਖਣਬਾਈ ਦੇ ਆ ਕੇ ਫਾਰਮ 'ਚ ਏਅਰਪੋਰਟ ਰੋਡ ਦੇ ਨੇੜੇ ਜਿਸ ਜਗ੍ਹਾ ਤੇ ਮੈਂ ਪਹਿਲਾਂ ਕਦੇ ਨਹੀਂ ਆਇਆ ਇੱਥੇ ਬੈਠ ਕੇ ਭਾਈ ਮੱਖਣ ਦੇ ਫਾਰਮ ਹਾਊਸ ਤੇ ਬੈਠ ਕੇ ਆ ਸਵਾਲ ਜਵਾਬ ਹੋਣਗੇ ਹੈ ਲਾਈਟ 'ਚ ਸ਼ੁਰੂ ਕਰਨਗੇ ਜਿਹੜੀ ਕਿ ਕੁਦਰਤ ਦੀ ਦਿੱਤੀ ਹੋ ਪਰ ਹੌਲੀ ਹੌਲੀ ਹਾਲਾਤ ਐਜ ਬਣ ਗਏ ਕਿ ਬੰਦੇ ਨੂੰ ਆਪ ਦੀ ਬਣਾਈ ਹੋਈ ਲਾਈਟ ਨਾਲ ਹੀ ਇੰਟਰਵਿਊ ਕਰਨੀ ਪਊਗੀ ਇਹ ਸਾਰੀਆਂ ਪ੍ਰੀਪਲਾਨਡ ਨੇ ਸੋ ਹਜੇ ਉਹ ਉਹ ਗੇਮ ਮੇਰੇ ਹੱਥ 'ਚ ਨਹੀਂ ਹੈ ਮੇਰੇ ਪੂਰਬਲੇ ਕਰਮ ਵੀ ਤਾਂ ਹੈਗੇ ਹਨਾ ਭਾਈ ਪਿਛਲੇ ਜਨਮ ਵੀ ਤਾਂ ਮੇਰੇ ਨਾਲ ਟਰੈਵਲ ਕਰ ਰਹੇ ਹਨਾ ਸੋ ਇਸ ਕਰਕੇ ਹਜੇ ਬਹੁਤ ਸਾਰੀਆਂ ਚੀਜ਼ਾਂ ਕਮਰ ਦਾ ਆ ਜਨਮ ਹੈ ਜਿਹੜਾ ਇਹ ਬੇਵਸੋ ਕੇ ਖੜ ਜਾਂਦਾ ਹੈ ਕਿ ਜੀ ਹਜ਼ੂਰ ਤੁਸੀਂ ਦੱਸੋ ਕੀ ਕਰਾਉਣਾ ਸੋ ਹੈ ਹਾਂ ਇਸ ਵਾਰੀ ਕੁਝ ਚੰਗੇ ਕਰਮ ਮੇਥੋਂ ਹੋ ਜਾਣ ਜੋ ਇਮਤਿਹਾਨ ਮੈਨੂੰ ਰੱਬ ਨੇ ਦਿੱਤਾ ਹੈ ਇਹਦੇ ਚੋਂ ਮੈਂ ਜਿਵੇਂ ਤਪੋ ਰਾਜ ਰਾਜ ਉਹ ਨਰਕ ਵਾਲੀ ਜਿਹੜੀ ਸਟੇਟਮੈਂਟ ਹੈ ਮਹਾਰਾਜ ਦੀ ਉਹ ਤੋਂ ਕਿਤੇ ਪਾਰ ਲੰਘ ਜਾਨਾ ਹੈ ਜੇ ਇਸ ਵਾਰੀ ਮੈਨੂੰ ਰਾਜਾ ਬਣਾਇਆ ਮਹਾਰਾਜ ਨੇ ਰਾਜ ਕਿਤੇ ਮੈਨੂੰ ਕਰਨ ਆਜੇ ਮੈਂ ਖਾਕ ਬਣ ਕੇ ਲੰਘ ਜਾ ਤੇਰੇ ਵਰਗੇ ਪ੍ਰਭਾਵਾਂ ਦੇ ਪੈਰਾਂ ਦੀ ਹੈ ਜੋ ਮਾਇਆ ਮੈਨੂੰ ਦਿੱਤੀ ਹੈ ਇਹ ਤੋਂ ਮੈਂ ਪ੍ਰਭਾਵਿਤ ਨਾ ਹੋਵਾਂ ਜਿਵੇਂ ਆਈ ਹੈ ਓਵੇਂ ਕਿਸੇ ਤੇ ਲੱਗ ਜੇ ਸੋ ਜੋ ਜੋ ਮਹਿਲ ਨੇ ਰੋਜ਼ ਤਲਵਾਰ ਲਮਕਦੀ ਹੋਵੇ ਰਾਜ ਜਨਕ ਕੰਗੂ ਜੇ ਕਿਤੇ ਇਸ ਤਰ੍ਹਾਂ ਦਾ ਥੌਟ ਪ੍ਰੋਸੈਸ ਮੈਂ ਮਰਦੇ ਦਮ ਤੱਕ ਬਣਾ ਗਿਆ ਹੋ ਸਕਦਾ ਹੈ ਕਿ ਅਗਲੇ ਜਨਮਾਂ ਚ ਕੁਛ ਮਹਾਰਾਜ ਮੈਨੂੰ ਫਿਰ ਉਸ ਤਰੀਕੇ ਦੀ ਕੋ ਕੁਖ ਦੇਵੇ ਉਸ ਤਰੀਕੇ ਦੀ ਸੰਗਤ ਦੇਵੇ ਬਚਪਨ ਤੋਂ ਹੀ ਮੇਰੇ ਉਦਾਂ ਦੇ ਹਾਲਾਤ ਹੋਣ ਸੰਗੀਤ ਫਿਰ ਵੀ ਬਖਸ਼ੂਗਾ ਮੈਨੂੰ ਇਹ ਨਹੀਂ ਜਾਂਦਾ ਇਹ ਨਹੀਂ ਜਾਂਦਾ ਸੋ ਸੋ ਮੈਨੂੰ ਲੱਗਦਾ ਬਈ ਇਹ ਲੈਟ ਅਸ ਸੀ ਪਰ ਇਹ ਉਲਟਾ ਹੁੰਦਾ ਇਹ ਤਾਂ ਉਲਟਾ ਵੀ ਹੁੰਦਾਗਾ ਬੁੱਧੂ ਨੂੰ ਸਭ ਕੁਝ ਬਖਸ਼ਿਆ ਸੀਗਾ ਸੁਦਾਰਥ ਛੱਡ ਕੇ ਆਪਣਾ ਰਾਜ ਭਾਗ ਬੁੱਧ ਹੋ ਗਿਆ ਜਨਨੀ ਸੀ ਨਾ ਇੱਕੋ ਨਹੀਂ ਹਰ ਰਹਾੜਾ ਤਾਂ ਇਹ ਹੈ ਨਾ ਭਾਈ ਆਪਾਂ ਬੁੱਧ ਦੇ ਉਸੇ ਜਨਮ ਦੀ ਹੀ ਚਰਚਾ ਕਰ ਰਹੇ ਹਾਂ ਉਸ ਤੋਂ ਪਿਛਲੇ ਜਨਮ ਚ ਕੀ ਸੀ ਉਸ ਤੋਂ ਪਿਛਲੇ ਚ ਕੀ ਸੀ ਉਹ ਤਾਂ ਸਾਨੂੰ ਨਹੀਂ ਪਤਾ ਕਿਉਂਕਿ ਵਹਿਣ ਵਹਿੰਦੇ 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 ਆ ਕੇ ਸਮੁੰਦਰਾਂ ਚ ਮਿਲਿਆ ਨਾ ਸੋ ਆਪਾਂ ਨੂੰ ਕੀ ਪਤਾ ਕਿ ਬੁੱਧ ਸਾਹਿਬ ਕਬੀਰ ਸਾਹਿਬ ਬਾਬਾ ਰਵਿਦਾਸ ਬਾਬਾ ਗੁਰਨਾਣਕ ਬਾਬਾ ਸ਼ੰਕਰ ਬਾਬਾ ਕ੍ਰਿਸ਼ਨ ਕਿੱਦਾਂ ਦੀ ਯਾਤਰਾ ਸੀ ਪਿਛਲੀ ਹਾਕਿਬ ਜੱਕਦਮ ਪਟਵਾਰੀ ਦਾ ਮੁੰਡਾ ਆ ਕੇ ਹਲਵਾਉਂਦਾ ਆਂਦਾ ਐਦਾਂ ਥੋੜਾ ਕ੍ਰਾਂਤੀ ਲੈ ਸਕਦਾ ਪਿਛਲੀ ਯਾਤਰਾ ਸੀ ਉਹਨਾਂ ਦੀ ਸੋ ਸੋ ਮੈਂ ਤਾਂ ਅਜੇ ਬਾਈ ਜੀ ਆਪਦੇ ਬਾਰੇ ਕਵਾਂ ਪਰ ਕ੍ਰਾਂਤੀਆਂ ਨੇ ਉਹਨਾਂ ਵਾਲੀ ਕੁਛ ਲੋਕੀ ਵੀ ਮੰਨਦੇ ਨੇ ਕਿ ਇਹ ਤਾਂ ਰੱਬ ਤਾਂ ਹੁੰਦਾ ਹੀ ਨਹੀਂਗਾ ਉਹ ਉਹਨਾਂ ਨੂੰ ਮੁਬਾਰਕ ਹੈ ਬਾਈ ਹਨਾ ਉਸ ਚੀਜ਼ ਚ ਪਾ ਕੇ ਮੈਂ ਆਪਦਾ ਸਮਾ ਬਿਲਕੁਲ ਨਹੀਂ ਖਰਾਬ ਕਰ ਸਕਦਾ ਕਿ ਰੱਬ ਹੁੰਦਾ ਹੈ ਕਿ ਨਹੀਂ ਹੁੰਦਾ ਹਨਾ ਜੇ ਨਹੀਂ ਹੁੰਦਾ ਉਹਦੇ ਲਈ ਤਾਂ ਉਹਦੇ ਲਈ ਨਹੀਂ ਹੁੰਦਾ ਮੇਰੇ ਲਈ ਰੱਬ ਹੈ ਤਮ ਮਹਿਸੂਸ ਕਰ ਰਹੇ ਹੁੰਦਾ ਗੱਲ ਹੀ ਜਿਵੇਂ ਉਹਦੇ ਬਾਈ ਮੇਰਾ ਇੱਕ ਭਰਾ ਕਹਿੰਦਾ ਸੀ ਕਹਿੰਦਾ ਯਾਰ ਮੈਨੂੰ ਉਥੇ ਬੜੇ ਲੋਕ ਕਹਣ ਵੀ ਤੂੰ ਵੰਡਣ ਕੇ ਰਿਆ ਕਰ ਹਣਾ ਕਹਿੰਦਾ ਮੈਂ ਇੱਕ ਚ ਨਿਬੜਤੀ ਠੀਕ ਹੈ ਜੀ ਹੁਣ ਜੇ ਮੈਂ ਇਹ ਕਹਾਂ ਕਿ ਨਹੀਂ ਜੀ ਵੰਡਣ ਕੇ ਰਹਿਣ ਚ ਕੀ ਫਾਇਦਾ ਜੀ ਸੁਧਾਰਨ ਜਿੰਦਗੀ ਬਹੁਤ ਵਧੀਆ ਹੁੰਦੀ ਹੈ ਜੀ ਐਵੇਂ ਮੈਂ ਉਥੇ ਅੰਡਰਲਾਈਨ ਕਰਕੇ ਮਗਰ ਡੰਡੀਆਂ ਨਾਲੋਂ ਦਾ ਫਰੂੰਗਾ ਤਾਂ ਮੈਂ ਆਪਦਾ ਘੰਟਾ ਖਰਾਬ ਕਰੂੰਗਾ ਇੱਕ ਚ ਨਿਬੜਗੀ ਠੀਕ ਹੈ ਜੀ ਤਾਂ ਉਹ ਆਪਦੇ ਰਾ ਪੈ ਗਿਆ ਮੈਂ ਆਉਦੇ ਰਾ ਪੈ ਗਿਆ ਸੋ ਜਿਵੇਂ ਮੇਰੇ ਵਾਲਾ ਤੁਣਕਾ ਵੱਜੀ ਜਾਂਦਾ ਬਾਈ ਮੈਨੂੰ ਵਜਾ ਲੈੰਦਿਓ ਤਨਵਦ ਬਾਈ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਸੰਘਰਸ਼ ਬਹੁਤ ਸੋਹਣਾ ਨਾਮ ਰੱਖਿਆ ਤੁਸੀਂ ਇਸ ਸੈਗਮੈਂਟ ਦਾ ਇਸ ਐਪੀਸੋਡ ਦਾ ਸੰਘਰਸ਼ ਵਾਕਈ ਇਹ ਸੰਘਰਸ਼ ਹੈ ਸੋ ਇਹ ਸੰਘਰਸ਼ ਨੂੰ ਮੇਰੇ ਖਿਆਲ ਚ ਮੇਰੇ ਤੋਂ ਪਹਿਲਾਂ ਜਿੰਨੇ ਖਿਡਾਰੀ ਆਏ ਮੇਰੇ ਤੋਂ ਬਾਅਦ ਆਉਣਗੇ ਮਹਿਸੂਸ ਕਰਨਾ ਚਾਹੀਦਾ ਇਦਾਂ ਹੀ ਕਿ ਇਹ ਸੰਘਰਸ਼ ਬਹੁਤ ਖੂਬਸੂਰਤ ਹੈ ਚੜਦੀ ਚੜਦੀ ਕਲਾ ਨਾਲ ਜ਼ਿੰਦਾਦਿਲੀ ਨਾਲ ਪ੍ਰੋਪਰ ਮਹਾਰਾਜ ਦੀ ਹਜ਼ੂਰੀ ਚ ਆਪਾਂ ਇਹ ਸੰਘਰਸ਼ ਨੂੰ ਪਾਰ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਕਰਨਾ ਪੰਜਾਬ ਇਸ ਵੇਲੇ ਸੂਬਾ ਵੀ ਸੰਘਰਸ਼ ਕਰ ਰਿਹਾ ਸੋ ਚੜ੍ਹਦੀ ਕਲਾ ਨਾਲ ਇਹ ਸੰਘਰਸ਼ ਨੂੰ ਸਾਰ ਕਰਨਾ ਆਪਾਂ ਔਰ ਜਿੱਦਾਂ ਆਪਾਂ ਕਹਿੰਦੇ ਹੁਣੇ ਨਾ ਆਪਾਂ ਅੰਦੋਲਨ ਵਾਲੇ ਵੀ ਦੋਨੇ ਭਰਾ ਗੱਲਾਂ ਕਰਦੇ ਹੁੰਦੇ ਸੀ ਕਿ ਆਪਾਂ ਯਾਰ ਕਿੰਨਾ ਕੁਝ ਦੇਖ ਲਿਆ ਆਪਣੀ ਵਾਲੀ ਪੀੜ੍ਹੀ ਨੇ ਕਿੰਨਾ ਕੁਝ ਦੇਖ ਲਿਆ ਸੋ ਇਹ ਹਿੱਸੇ ਨਹੀਂ ਹੋਣਾ ਕਿਸੇ ਦੇ ਉਹ ਕਿਸੇ ਦੇ ਉਹ ਮਤਲਬ ਅਗਲਿਆਂ ਦੇ ਹਿੱਸੇ ਨਹੀਂ ਹੋਣਾ ਪਿਛਲਿਆਂ ਦੇ ਵੀ ਨਹੀਂ ਆਇਆ ਸੀ ਅਗਲਿਆਂ ਦੇ ਵੀ ਸੋ ਅਗਲਿਆਂ ਦੇ ਆਵੇ ਚਲੋ ਅਗਲੇ ਵੀ ਸੰਘਰਸ਼ਾਂ ਚੋਂ ਲੰਘਣ ਇਸ ਪੰਜਾਬ ਨੂੰ ਆਪਾਂ ਚਾਹੁੰਦੇ ਹਾਂ ਕਿ ਦੋਨੇ ਭਰਾ ਜਿੱਦਾਂ ਸੰਘਰਸ਼ ਦੀ ਇੱਕ ਤਰਦੀਪ ਚੱਲ ਰਹੀ ਹੈ ਅਖੀਰ ਤੱਕ ਇਹ ਕਲਾਈਮੈਕਸ ਦੇਖ ਕੇ ਜਾਈਏ ਤੇ ਝੂਠੇ ਹਰਦੇ ਦੇਖੀਏ ਸੱਚੇ ਜੱਤ ਦੇ ਦੇਖੀਏ ਤੇ ਪੰਜਾਬ ਉਦਾਂ ਹੀ ਫਿਰ ਗੁਰੂਆਂ ਪੀਰਾਂ ਦੀ ਜਿਹੜੀ ਖੁਸ਼ਹਾਲ ਧਰਤੀ ਜਿਹੜੀ ਉਪਜਾਊ ਧਰਤੀ ਹੈ ਜਿਹੜੀ ਹੈ ਉਹੀ ਨਸਲਾਂ ਉਹੀ ਫਸਲਾਂ ਸਭ ਆਪਾਂ ਚੜ੍ਹਦੀ ਕਲਾ 'ਚ ਦੇਖ ਕੇ ਜਾਈਏ ਸੋ ਸੰਘਰਸ਼ ਮੁਬਾਰਕਾ ਤੁਹਾਨੂੰ ਵੀ ਧੰਨਵਾਦ ਬਹੁਤ ਧੰਨਵਾਦ ਸ਼ੁਕਰੀਆ